ਜਿਹੜਾ ਕੁੜੀਆਂ ਦੇ ਵਿੱਚ ਸੈਕਸ ਆ ਬੰਦੇ ਨਾਲੋਂ ਜ਼ਿਆਦਾ ਮੀਰਤੀ ਲਾੜੋ ਆ ਯਾਰ ਪ੍ਰਦੀਪ ਬਰਮਾ ਨੇ ਡੋਲਾ ਬਣਾਇਆ ਉੱਪਰ ਵਾਲਾ ਡੋਲਾ ਤਾਂ ਵੱਡਾ ਨੀਚੇ ਵਾਲਾ ਡੋਲਾ ਹੈ ਹੀ ਨਹੀਂ ਨੀਚੇ ਵਾਲਾ ਡੋਲਾ ਖਤਮ ਹੋ ਗਿਆ ਆ ਦੇਖ ਯਾਰ ਬੋਡੀ ਬਿਲਡਰ ਜਾਂਦਾ ਫੁੱਦੂ ਜਾ ਹਨਾ ਇਹ ਤਾਂ ਖੱਸੀ ਹੋਣਾ ਮੇਰੇ ਥੱਲੇ ਤਾਂ ਕੁਝ ਹੈ ਨਹੀਂ ਤੇ ਕੰਟਰੋਲ ਸਭ ਨਾਲੋਂ ਜ਼ਿਆਦਾ ਕਿਰੇ ਚ ਕੁੜੀਆਂ ਐ ਤੇ ਮੁੰਡਿਆਂ 'ਚ ਕੰਟਰੋਲ ਨਹੀਂ ਹੈ ਉਹਨਾਂ ਨੂੰ ਇਹ ਹੁੰਦਾ ਉਹਨਾਂ ਦਾ ਨਾ ਟੈਸਟੋਸਟੇਰੋਨ ਹਾਈ ਹੋ ਜਾਂਦਾ एनर्जी ਆ ਜਾਂਦੀ ਹੈ ਜੇ ਟੈਸਟੋਸਟੇਰੋਨ ਲੋ ਹੋਊਗਾ ਬੰਦਾ ਐ ਬੈਠਾ ਰਹੂਗਾ ਕੁਝ ਕਰੂਗਾ ਨਹੀਂ ਜਦੋਂ ਟੈਸਟੋਸਟੇਰੋਨ ਕੁੜੀ ਨੂੰ ਦੇਖ ਕੇ ਬੂਸਟ ਹੋਏਗਾ ਉਹਦੇ ਵਿੱਚ ਨਰਜੀ ਜ਼ਿਆਦਾ ਆਊਗੀ ਐਕਸੇ ਜ਼ਿਆਦਾ ਲਾਊਗਾ ਤੇ ਮੈਂਬਰਸ਼ਿਪ ਭਾਜੀ ਕਿੰਨੇ ਦੀ ਲਊਗਾ ਫਿਰ ਮਹੀਨੇ ਦੀ ਤਾਂ ਨਹੀਂ ਲਊਗਾ ਨਾ ਸਾਲ ਦੀ ਲਊਗਾ ਸੈਕਸ ਕਰਨ ਦੇ ਵਿੱਚ ਜਾਂ ਕੋਈ ਪ੍ਰੋਬਲਮ ਆਉਂਦੀ ਆ ਐਦਾਂ ਦੇ ਕੁਝ ਹੁੰਦੀਆਂ ਗੱਲਾਂ ਬਾਤਾਂ ਕਰਦੇ ਜਿਹੜਾ ਉਹਨੂੰ ਕਹਿੰਦੇ ਸਭ ਨਾਲ ਜ਼ਿਆਦਾ ਬਾਡੀ ਬਿਲਡਰ ਨੂੰ ਬਦਨਾਮ ਕਰਦੇ ਆ ਜੀ ਸੈਕਸ ਦੇ ਮਾਮਲੇ 'ਚ ਫਿਜ਼ੀਕਲ ਡਰਾਈਵ ਆਹੀ ਚੀਜ਼ ਕਹਿੰਦੇ ਮੈਂ ਡੋਲਾ ਚੱਕੀ ਫਿਰਦਾ ਇਹਦੇ ਪੱਲੇ ਮੈਂ ਉਹੀ ਤਾਂ ਕਹਿੰਦਾ ਨਾ ਉਹੀ ਤਾਂ ਕਹਿੰਦਾ ਨਾ ਕੋਈ 3 ਡਾਈਟ ਖਾਊਗਾ ਪੂਰਾ ਟੈਸਟੋਸਟੇਰੋਨ ਲੈਵਲ ਹਾਈ ਹੋਊਗਾ ਨਾਰਮਲ ਬੰਦੇ ਤੋਂ ਸੈਕਸ ਜ਼ਿਆਦਾ ਹੋਊਗਾ ਉਹ ਕੰਟਰੋਲ ਰੱਖਦਾ ਮੈਨੂੰ ਵੇਸਟ ਨਹੀਂ ਕਰਨਾ ਆਪਣੇ ਵਿਰਜ ਨੂੰ ਆਪਣੇ ਸਪਰਨ ਨੂੰ ਕਿਉਂਕਿ ਮੈਂ ਮਸਲ ਬਣਾਣੇ ਆ ਜਾਂ ਤਾਂ ਉਹਦੀ ਇੱਕ ਫਰੈਂਡ ਹੋਏਗੀ ਜਾਂ ਦੋ ਹੋਣਗੀਆਂ ਜਾਂ ਉਹਦੀ ਘਰ ਵਾਲੀ ਹੋਏਗੀ ਸੈਕਸ ਉਹਦੇ ਨਾਲ ਕਰੂਗਾ ਜ਼ਿਆਦਾ ਜਾਂ ਤਾਂ ਉਹ ਤੋਂ ਜ਼ਿਆਦਾ ਕਰੂਗਾ ਜਿੰਨੇ ਵੀ ਬਾਡੀ ਬਿਲਡਰ ਹਨਾ ਸੈਕਸ ਬਹੁਤ ਜ਼ਿਆਦਾ ਕਰਦੇ ਆ ਤੇ ਸੈਕਸ ਨਾਰਮਲ ਬੰਦੇ ਤੋਂ ਨਾਲੋਂ ਤਾਂ ਜ਼ਿਆਦਾ ਹੁੰਦਾ। ਦੇਸੀ ਜਿਮ ਹੁੰਦਾ ਸੀ ਲੋਹੇ ਦੀਆਂ ਪਲੇਟਾਂ ਤੇ ਲੋਹੇ ਦੀਆਂ ਹੀ ਡੰਬਲ ਹੁੰਦੇ ਸੀ। ਫੀਸ ਕਿੰਨੀ ਹੁੰਦੀ ਸੀ 2-250 ਤੇ ਅੱਜ ਕੱਲ ਦੇ ਜਿਮ ਤੁਸੀਂ ਦੇਖ ਲਓ। ਅਸੀਂ ਜੀ ਘਰੇ ਪਹਿਲੇ ਆਪਾਂ ਡਾਈਟ ਖਾਣੀ ਨਹੀਂ ਪਹਿਲੇ ਅਸੀਂ ਕੈਫੇ 'ਚ ਜਾ ਕੇ ਡਾਈਟ ਖਾਣੀ ਆ। ਘਰ ਦਾ ਤਾਂ ਆਪਾਂ ਪਹਿਲੇ ਵਿੱਚ ਖਾਣਾ ਨਹੀਂ। ਕੈਫੇ ਜਾ ਕੇ ਡਾਈਟ ਖਾ ਲਈ। ਜਿਮ 'ਚ ਕੈਫੇ ਆ ਗਏ ਜੀ। ਕੋਈ ਅਸਲ ਵਿੱਚ ਇਹ ਪਹਿਲੇ ਜਦੋਂ ਮੁੰਡੇ ਇੰਟਰਸ ਤੇ ਵੱਧਦੇ ਆ ਜਿਨ੍ਹਾਂ ਦਾ ਫੋਕਸ ਹੁੰਦਾ ਹੈ ਕਿ ਆਪਾਂ ਪਹਿਲੇ ਦੇਖੀ ਹਾਂ ਵੀ ਮੈਡਮ ਤਾਂ ਬਹੁਤ ਸੋਹਣੀ ਬੈਠੀ ਹੈ ਜੇ ਕੁੜੀਆਂ ਹੋਣਗੀਆਂ ਤੇ ენਰਜੀ ਮਿਲੂਗੀ ਨਹੀਂ ਹੋਣਗੀਆਂ ਤੇ ენਰਜੀ ਨਹੀਂ ਮਿਲੂਗੀ ਇੰਸਟਾਗ੍ਰam ਖੋਲਦੇ ਆ ਯਾਰ ਜਿੰਮ ਦੇ ਵਿੱਚ ਜਿੰਨੀਆਂ ਕੁੜੀਆਂ ਹੋਣਗੀਆਂ ਜਿਹੜੀਆਂ ਮਤਲਬ ਸਪੋਰਟਸ ਵੇਅਰ ਕਰਦੀਆਂ ਹੋਣਗੀਆਂ ਹੁਣ ਜੇ ਇੱਕ ਲਾਲੋ ਇੱਕ ਲੇਡੀਜ਼ ਜਿਮ ਚ ਆ ਰਹੀ ਹੈ ਹਨਾ ਹੁਣ ਉਹਦਾ ਘਰ ਵਾਲਾ ਜਿਮ ਨਹੀਂ ਲਾ ਰਿਆ ਹੁਣ ਉਹ ਜਿਮ ਚ ਆ ਰਹੀ ਹੈ ਹੁਣ ਚਾਰ ਪੰਜ ਮੁੰਡੇ ਤੁਹਾਨੂੰ ਤਾੜਨਗੇ ਕਿਦਰੇ ਨਾ ਕਿਦਰੇ ਜਾ ਕੇ ਕੋਈ ਨਾ ਕੋਈ ਦਾ ਗੱਲਬਾਤ ਹੋਊਗੀ ਸਾਰਾ ਕੁਝ ਜੀਮ ਵਿੱਚ ਚਾਹੀਦੀ ਹੈ ਅੱਜਕੱਲ ਖਾਣਾ ਪੀਣਾ ਨਾਣਾ ਫਰੈਂਡਸ਼ਿਪ ਵਿਆਹ ਪਾਰਟੀਆਂ ਮੈਨੂੰ ਪਿਆਰ ਕਰਨ ਨਾਲ ਨਹੀਂ ਚਾਹੀਦੇ ਮੈਨੂੰ ਹੇਟਰਸ ਚਾਹੀਦੇ ਆ ਕਿਉਂਕਿ ਹੇਟਰਸ ਤੋਂ ਤਾਂ ਭਾਜੀ ਮੋਟੀਵੇਸ਼ਨ ਮਿਲਦਾ ਲੱਤਾਂ ਖਿੱਚਣ ਵਾਲੇ ਦਾ ਉੱਪਰ ਲੈ ਕੇ ਜਾਂਦੇ ਆ ਕੈਟਾਬੋਲਿਕ ਐਨਾਬੋਲਿਕ ਜਿਹਨੂੰ ਐਨਾਬੋਲਿਕ ਕਹਿ ਦਿੰਦੇ ਹੋ ਇੱਕ ਟਾਈਮ ਤੇ ਆ ਕੇ ਉਹ ਲੈਣੇ ਪੈਂਦੇ ਆ ਜੀ ਇੰਡੀਆ ਦੇ ਵਿੱਚ ਉਹ ਲੈ ਨਹੀਂ ਰਹੇ ਉਹ ਬੇਸ਼ਮਾਰ ਚੱਲ ਰਹੇ ਆ ਜੇ ਕਿਸੇ ਨੇ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਕਰਨੀ ਹੈ ਕੰਪੀਟੀਸ਼ਨ ਕਰਨਾ ਉਹਨੂੰ ਭਾਜੀ ਲੈਣਾ ਪਊਗਾ ਕੋਈ ਬੰਦਾ ਸਟੀਰੋਇਡ ਨਾਲ ਮਰਦਾ ਨਹੀਂ ਹੈਗਾ ਠੀਕ ਹੈ ਤੇ ਕੋਈ ਬੰਦਾ ਆਉਣੋਂ ਕਹਿੰਦੇ ਖਰਾਬ ਨਹੀਂ ਹੁੰਦਾ ਇੱਕ ਲਿਮਟ ਨਾਲ ਚੱਲਣਾ ਪੈਂਦਾ ਇਸ ਟੀਡਰ ਦੇ ਦਵਾਈਆਂ ਤੇ ਠੀਕ ਐਂ ਰੂਪ ਜੀ ਲੈ ਲੈਂਦੇ ਨੇ ਇਹ ਇਹ ਭਾਈ ਔਰਲ ਵੀ ਹੁੰਦਾ ਜਿਵੇਂ ਗੋਲੀਆਂ ਹੋ ਗਈਆਂ ਕੈਪਸੂਲ ਹੋ ਗਈ ਇੰਜੈਕਸ਼ਨ ਹੋ ਗਈ ਲਿਕਵਿਡ ਹੋ ਗਿਆ ਇਹ ਭਾਈ ਸਾਰਾ ਕੁਝ ਐ ਗੀਲੀਆਂ ਚਿੱਟੀਆਂ ਨੀਲੀਆਂ ਹਰੀਆਂ ਗੋਲੀਆਂ ਨਾ ਲਵੇ ਜੀ ਜਿੰਨੂੰ ਕਹਿੰਦੇ ਲੂਸ ਟੈਬਲੇਟ ਅੱਛਾ ਰੰਗ ਭਰਗੀਆਂ ਗੋਲੀਆਂ ਨਾ ਖਾਵੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਣਾ ਮੈਂ ਕੀ ਖਾ ਰਿਹਾ ਟੀਡਰ ਤਾਂ ਚੱਲ ਹੀ ਰਿਹਾ ਉਹ ਫਿਰ ਖਾਣਾ ਖਾਂਦੇ ਪਚਦੀ ਨਹੀਂ ਕਿਉਂ ਨਹੀਂ ਪਚਦੀ ਉਹ ਬਲੱਡ ਪਾਰਾ ਕਰ ਦਿੰਦੀ ਕੀ ਬਲੱਡ ਥਿੱਕ ਕਰ ਦਿੰਦੀ ਫਸੀ ਕਾਲ ਦੋਸਤੋ ਲੱ ਪੰਜਾਬ ਪੋਡਕਾਸਟ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਅੱਜ ਦਾ ਪੋਡਕਾਸਟ ਬਹੁਤ ਹੀ ਖਾਸ ਰਹਿਣ ਵਾਲਾ ਬਹੁਤ ਖਾਸ ਕਿਉਂ ਕਿ ਕਿਉਂਕਿ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਕੋਈ ਇੱਕ ਬੰਦਾ ਨਹੀਂ ਬਥੇਰੇ ਬੰਦੇ ਹੋਣਗੇ ਤੁਸੀਂ ਸੋਚਦੇ ਹੋਗੇ ਬਥੇਰੇ ਬੰਦੇ ਕਿਵੇਂ ਕਿਉਂਕਿ ਅੱਜ ਸਾਡੇ ਨਾਲ ਬਾਈ ਆਈ ਬੀਵੀਐਫ ਤੋਂ ਪ੍ਰਦੀਪ ਵੀਰਾ ਹੋਊਗਾ ਮਿਸਟਰ ਲੰਪੀਆ ਕਹਿ ਲਿਏ ਮਿਸਟਰ ਵਾਰਡ ਕਹਿ ਲਿਏ ਤੇ ਮਿਸਟਰ ਪੰਜਾਬ ਤਾਂ ਪਤਾ ਨਹੀਂ ਕਿੰਨੇ ਵਾਰ ਬਣ ਚੁੱਕੇ ਆ ਬਾਈ ਸੋ ਤਾਂ ਮੈਂ ਇਹ ਇੰਟਰੋ ਕਰਾਈਆ ਕਿਉਂਕਿ ਬਾਈ ਨੇ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਖਟਿਆ ਤੇ ਜਿੰਮ ਦੇ ਵਿੱਚ ਟ੍ਰੇਨਿੰਗ ਦਿੰਦਾ ਬਾਈ ਆ ਬਾਈ ਵੀਰਾ ਤੇ ਵੀਰੇ ਦਾ ਸਰੀਰ ਤੁਸੀਂ ਦੇਖ ਕੇ ਯਾਰ ਵਾਵਾ ਕਰੋਗੇ ਤੇ ਗੱਲਬਾਤ ਕਰਦੇ ਆ ਬਾਈ ਸਾਣਾ ਮੌਜੂਦ ਹੋਊਗਾ ਬਿਲਕੁਲ ਦੇਸੀ ਗੱਲਾਂ ਬਾਤਾਂ ਹੋਣਗੀਆਂ ਤੇ ਸਿਹਤ ਦੇ ਨਾਲ ਜੁੜੀਆਂ ਵੀ ਗੱਲਾਂ ਬਾਤਾਂ ਖਾਸ ਹੋਣਗੀਆਂ ਤੇ ਗੱਲਬਾਤ ਕਰਦੇ ਆ ਬਾਈ ਨਾਲ ਪ੍ਰਦੀਪ ਬਾਈ ਕੀ ਹਾਲ ਚਾਲ ਆ ਬਹੁਤ ਵਧੀਆ ਲੱਗ ਵੀਰੇ ਤੁਸੀਂ ਸੁਣਾਓ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਇਓ ਲਵ ਪੰਜਾਬ ਤੋਂ ਤੇ ਤੁਹਾਨੂੰ ਮਿਲੇ ਆ ਤੇ ਮਿਲ ਕੇ ਤੇ ਬਹੁਤ ਵਧੀਆ ਲੱਗਿਆ ਤੇ ਅੱਜ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਆ ਸੇਤਾ ਕੈਮ ਆ ਸੇਤਾ ਭਾਜੀ ਹਮੇਸ਼ਾ ਕੈਮ ਰਹਿੰਦੀਆਂ ਆਪਣੀ ਵੀ ਕੈਮ ਹੈ ਤੇ ਸਾਡੇ ਨਾਲ ਕਈਆਂ ਦੀ ਕੈਮ ਹੈ ਐ ਕਰਕੇ ਕਰੋ ਆਹ ਲਓ ਭਾਜੀ ਉਹ ਦੇਖੋ ਭਾਈ ਮੈਂ ਉਹ ਜਿਹੜਾ ਕਹਿੰਦਾ ਮੱਛਲੀ ਬਣਦੀ ਹੁੰਦੀ ਆ ਡੋਲੇ ਤੇ ਬਾਈ ਹੁਣ ਇਹ ਤਾਂ ਉਹ ਡੱਡੂ ਤੋਂ ਵੀ ਵੱਡੀ ਸੀ ਜੇ ਬਣਦੀ ਆ ਨਾ ਹੋਰ ਵੀਰੇ ਕਿਵੇਂ ਆ ਸਭ ਸੇਤਾ ਘਰ ਪਰਿਵਾਰ ਘਰ ਪਰਿਵਾਰ ਸਭ ਠੀਕ ਹੈ ਘਰ ਵੀ ਚੱਲੀ ਜਾਂਦਾ ਨਾਲ ਉਹ ਲੋਕ ਚੱਲੀ ਜਾਂਦੇ ਆ ਤੇ ਟ੍ਰੇਨਿੰਗਾਂ ਦੇਈ ਜਾ ਰਹੇ ਆ ਤੇ ਮੁੰਡਿਆਂ ਨੂੰ ਮੋਟੀਵੇਸ਼ਨ ਦੇਈ ਜਾ ਰਹੇ ਆ ਤੇ ਬਹੁਤ ਵਧੀਆ ਚੱਲ ਰਿਹਾ ਟਾਚ ਬੋਡ ਤੇ ਆਪਾਂ ਚੜਦੇ ਆਪਾਂ ਚਾਹਦੇ ਆ ਕਿ ਸਾਡਾ ਪੰਜਾਬ ਚੜਦੀ ਕਲਾ ਚ ਰਹੇ ਤੇ ਜਿੰਨੇ ਵੀ ਪੰਜਾਬ ਦੇ ਮੁੰਡੇ ਬਾਹਰ ਗਏ ਨੇ ਜਿੰਨੇ ਮੇ ਤੋਂ ਕੋ ਸਿੱਖ ਸਕਦੇ ਆ ਜਾਂ ਮੈਨੂੰ ਕੋ ਸਿਖਾ ਸਕਦੇ ਉਹ ਵੀ ਚੜਦੀ ਕਲਾ ਚ ਰਹਿਣ ਮੇਰੇ ਮੈਜ ਮੈਂ ਇੰਟਰੋ ਚ ਕਿਹਾ ਹੋਇਆ ਸਾਡੇ ਨਾਲ ਇੱਕ ਬੰਦਾ ਨਹੀਂ ਉਹ ਥੇਰੇ ਬੰਦੇ ਨਹੀਂ ਗਏ ਉਹ ਮੈਂ ਨਹੀਂ ਆਣ ਗਿਆ ਤਾਂ ਤਾਂ ਮਿਸਟਰ ਪੰਜਾਬ ਹਾਂਜੀ ਮਿਸਟਰ ਇੰਡੀਆ ਮਿਸਟਰ 올ੰਪੀਆ ਕੀ ਕੀ ਖਾ ਕੇ ਕੀ ਜਮੇ ਹੋ ਇਹ ਇਹ ਜਿਹੜੀ ਮਤਲਬ ਅਚੀਵਮੈਂਟ ਆ ਜਿਹੜੀ ਮੈਂ ਤਾਂ ਜਿਹੜੀਆਂ ਆ ਆਪਾਂ ਇੰਨੀਆਂ ਵੱਡੀਆਂ ਮਾਰੀਆਂ ਮੱਲਾ ਤੁਸੀਂ ਕਹਿ ਸਕਦੇ ਹੋ ਕਿ ਇੰਨੀਆਂ ਵੱਡੀਆਂ ਮੱਲਾ ਮਾਰੀਆਂ ਇਹ ਕੋਈ ਆਸਾਨ ਨਹੀਂ ਹੈਗੀਆਂ ਇਹਦੇ ਵਾਸਤੇ ਬਹੁਤ ਤਕੜੀ ਮਿਹਨਤ ਚਾਹੀਦੀ ਹੈ ਇਹਦੇ ਪਿੱਛੇ ਬਹੁਤ ਤਕੜੀ ਮਤਲਬ ਤਪੱਸਿਆ ਚਾਹੀਦੀ ਹੈ ਜੀ ਸੈਕਰੀਫਾਈਸ ਚਾਹੀਦਾ ਵਾ ਉਸ ਤੋਂ ਬਾਅਦ ਇਹਦੇ ਵਿੱਚ ਪੇਸ਼ੈਂਸ ਪੋਚ ਚਾਹੀਦਾ ਵਾ ਬਿਲਕੁਲ ਤੇ ਮੈਨੂੰ ਤਾਂ ਹੋ ਗਏ ਘੱਟੋ ਘੱਟ 18 ਸਾਲ ਬੋਡੀ ਬਿਲਡਿੰਗ ਕਰਦੇ ਠੀਕ ਹੈ ਤੇ ਮੈਂ 16 ਸਾਲ ਦੀ ਉਮਰ 'ਚ ਸ਼ੁਰੂ ਕਰਤਾ ਸੀ ਜਿਮ ਉਸ ਤੋਂ ਬਾਅਦ ਫਿਰ ਜਿਹੜੀ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਸ਼ੁਰੂ ਕੀਤੀ ਨੌ ਚ ਜੀ ਕਰਦੇ 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 ਹੁਣ 2024 ਆ ਚੁੱਕਾ ਇਹ ਤਾਂ ਕਰਕੇ ਇੰਨੀਆਂ ਅਚੀਵਮੈਂਟਾਂ ਲਿੱਤੀਆਂ ਗਈਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਹਾਰਡਵਰਕ ਕੀਤਾ 18 ਸਾਲ ਦੀ ਉਮਰ ਤੋਂ 16 ਸਾਲ ਦੀ ਉਮਰ 16 ਸਾਲ ਦੀ ਉਮਰ 2006 ਚ 16 ਸਾਲ ਦੀ ਉਮਰ ਦੇ ਵਿੱਚ ਮੈਂ ਕਹਿੰਦਾ ਪੜ੍ਹਦੇ ਹੁੰਦਾ ਮੁੰਡਾ 10ਵੀਂ 11ਵੀਂ 12ਵੀਂ ਦੀ ਉਮਰ ਚ ਹੁੰਦਾ ਇੰਨੀ ਉਮਰ ਚ ਹੁੰਦਾ ਜੀ ਉਦੋਂ ਹੀ ਮੈਂ ਸ਼ੁਰੂ ਕਰਤਾ ਸੀ ਕੀ ਮਨ ਚ ਆਇਆ ਵੀ ਜਿਮ ਦੇ ਵਿੱਚ ਤੁਸੀਂ ਲੱਗ ਗਏ ਉਦੋਂ ਮਨ ਦੇ ਵਿੱਚ ਇਦਾਂ ਆਇਆ ਕਿ ਮਤਲਬ ਮੇਰਾ ਬ੍ਰਦਰ ਸੀ ਕਜ਼ਨ ਬ੍ਰਦਰ ਉਹ ਜਿਮ ਕਰਦਾ ਸੀ ਮਤਲਬ ਰੋਜ਼ ਦੇ 10 12 15 ਅੰਡੇ ਉਹਨੇ ਖਾਣੇ ਤੇ ਮੈਂ ਕਹਾ ਤੂੰ ਇਹਨੇ ਅੰਡੇ ਖਾਣਾ ਕਹਿੰਦਾ ਮੈਂ ਜਿਮ ਜਾਣਾ ਮੈਂ ਕਹਾ ਮੈਨੂੰ ਵੀ ਜੁਆਇਨ ਕਰ ਦੇ ਤੇ ਫਿਰ ਉਹ ਮੈਂ ਜਦੋਂ 16 ਸਾਲ ਦਾ ਸੀਗਾ ਮੈਂ ਉਹਨੂੰ ਦੇਖਦਾ ਸੀ ਉਹ ਮੈਨੂੰ ਨਾਲ ਹੀ ਆਪਣੇ ਜਿਮ ਉਹਨੇ ਸਟਾਰਟ ਕਰਾਤਾ ਸੋ ਮੇਰੀ ਸਟਾਰਟਿੰਗ ਮੇਰੇ ਕਜ਼ਨ ਬ੍ਰਦਰ ਤੋਂ ਸ਼ੁਰੂ ਹੋਈ ਤੇ ਅੱਜ ਉਹ ਜਰਨੀ ਚੱਲੀ ਜਾ ਰਹੀ ਹੈ ਮਤਲਬ ਉਦੋਂ ਨਹੀਂ 16 ਸਾਲ ਦੀ ਉਮਰ ਤੋਂ ਹੁਣ ਤੱਕ ਚੱਲਦੀ ਆ ਰਹੀ ਹੈ ਚੱਲਦੀ ਆ ਰਹੀ ਹੈ ਤੇ ਕਈ ਮੁੰਡੇ ਮਤਲਬ ਹੁਣ ਨਾਲ ਹੀ ਚੱਲੀ ਜਾਂਦੇ ਜਿਨ੍ਹਾਂ ਨੂੰ ਮੋਟੀਵੇਸ਼ਨ ਮਿਲਦਾ ਵਾ ਮਤਲਬ ਪੂਰਾ ਜਿਵੇਂ ਪੰਜਾਬ ਖੜਾ ਕਰ ਰਹੇ ਆ ਪਿੱਛੇ ਤੁਸੀਂ ਆਪਦੇ ਹੁਣ ਨਹੀਂ ਪੰਜਾਬ ਤਾਂ ਆਪਾਂ ਨਾਲ ਖੜਾ ਕਰ ਹੀ ਰਹੇ ਆ ਪੰਜਾਬ ਦੇ ਬਹੁਤ ਇਦਾਂ ਦੇ ਮੁੰਡੇ ਐ ਜਿਹੜੇ ਨਾਲ ਜੁੜੇ ਹੋਏ ਆ ਆਪਾਂ ਪੂਰਾ ਇੰਡੀਆ ਵੀ ਨਾਲ ਲੈ ਕੇ ਤੋਰ ਰਹੇ ਆ ਤੁਸੀਂ ਕਹਿਣਾ ਕਿ ਮੇਰੇ ਨਾਲ ਇੱਕ ਬੰਦਾ ਨਹੀਂ ਕਈ ਬੰਦੇ ਐ ਤੇ ਉਹ ਗੱਲ ਇੱਥੇ ਆ ਕੇ ਮੁੱਕਦੀ ਐ ਆਪਾਂ ਪੂਰਾ ਪੰਜਾਬ ਨਹੀਂ ਪੂਰਾ ਇੰਡੀਆ ਲੈ ਕੇ ਤੋਰ ਰਹੇ ਆ ਨਾਲ ਆਪਣੇ ਜਿੱਦਾਂ ਅਸੀਂ ਚੱਲ ਰਹੇ ਆ ਉਹਦਾ ਪੰਜਾਬ ਚੱਲ ਰਿਹਾ ਜਿਹੜੇ ਮੇਰੇ ਨਾਲ ਜੁੜੇ ਆ ਮੁੰਡੇ ਜੀ ਜਿਹੜੇ ਮੁੰਡੇ ਮੇਰੇ ਨਾਲ ਇੰਡੀਆ ਦੇ ਜੁੜੇ ਐ ਨਾਲ ਚੱਲਦੇ ਵੇ ਔਰ ਅਬਰੋਡ ਬਾਹਰ ਜਿਹੜੇ ਮਤਲਬ ਮੁੰਡੇ ਫੋਰਨ ਦੇ ਵਿੱਚ ਜੀ ਅਦਰ ਕੰਟਰੀਸ ਦੇ ਜਿਹੜੇ ਉਹ ਵੀ ਮੇਰੇ ਨਾਲ ਕਾਫੀ ਮੁੰਡੇ ਜੁੜੇ ਹੋਏ ਐ ਜਿਹੜੇ ਮੇਤੋਂ ਔਨਲਾਈਨ ਟ੍ਰੇਨਿੰਗ ਲੈਂਦੇ ਐ ਅੱਛਾ ਤੁਸੀਂ ਔਨਲਾਈਨ ਟ੍ਰੇਨਿੰਗ ਦਿੰਦੇ ਹੋ ਹਾਂ ਮੈਂ ਔਨਲਾਈਨ ਟ੍ਰੇਨਿੰਗ ਦੇ ਪੂਰੇ ਵਰਲਡ ਦੇ ਵਿੱਚ ਮੈਂ ਔਨਲਾਈਨ ਟ੍ਰੇਨਿੰਗ ਦਿੰਨਾ ਨਾ ਕਿ ਪੰਜਾਬ ਲੁਧਿਆਣਾ ਇੰਡੀਆ ਓਵਰ ਆਲ ਵਰਲਡ ਦੇ ਵਿੱਚ ਮੈਂ ਪੂਰੇ ਮੁੰਡਿਆਂ ਨੂੰ ਟ੍ਰੇਨਿੰਗ ਦਿੰਨਾ ਕਿੰਨੇ ਕੁ ਲੋਕ ਜੁੜੇ ਹੋਏ ਨੇ ਤੁਹਾਡੇ ਨਾਲ ਮੇਰੇ ਨਾਲ ਇਸ ਟਾਈਮ ਘੱਟੋ ਘੱਟ 400 ਮ 400 ਮੁੰਡੇ ਹਾਂ 400 ਮੁੰਡਿਆਂ ਦੇ ਵਿੱਚ ਘਟੂ ਘਟ ਲਾ ਕੇ ਚੱਲੋ ਤੁਸੀਂ 200 ਮੁੰਡਿਆਂ ਦੇ ਤਾਂ ਜਿਮ ਹੋਣਗੇ ਜੀ ਕੁਝ ਟ੍ਰੇਨਰ ਹੋਣਗੇ ਕਈਆਂ ਦੇ ਸਪਲੀਮੈਂਟ ਸਟੋਰ ਹੋਣਗੇ ਜਿਹੜੇ ਇਸ ਫੀਲਡ ਦੇ ਆ ਜਿਹੜੇ ਮਤਲਬ ਐਸੀ ਇੰਡਸਟਰੀ ਦੇ ਮੁੰਡੇ ਜੁੜੇ ਹੋਏ ਮੇਰੇ ਨਾਲ ਜਿਹੜੇ ਮੇਰੇ ਤੋਂ ਟ੍ਰੇਨਿੰਗ ਲੈਂਦੇ ਆ ਜੀ ਆਨਲਾਈਨ ਟ੍ਰੇਨਿੰਗ ਲੈਂਦੇ ਆ ਬਾਕੀ ਜਿਹੜੇ ਫਿੱਟ ਰਹਿਣਾ ਚਾਹੁੰਦੇ ਆ ਕਿ ਅਸੀਂ ਰੂਟੀਨ ਲਾਈਫ ਦੇ ਵਿੱਚ ਗੁੱਡ ਫੀਲ ਕਰੀਏ ਆਪਣੇ ਆਪ ਨੂੰ ਫਿੱਟ ਫੀਲ ਕਰੀਏ ਤੇ ਉਹ ਵੀ ਮੇਰੇ ਨਾਲ ਜੁੜੇ ਹੋਏ ਆ ਜਿਹੜੇ ਰੂਟੀਨ ਦੇ ਵਿੱਚ ਆਪਣਾ ਵਰਕ ਜਾਂ ਆਪਣਾ ਬਿਜ਼ਨਸ ਕੁਝ ਵੀ ਕਰਦੇ ਆ ਜੀ ਉਹ ਤਾਂ 400 ਬੰਦਾ ਜੁੜਿਆ ਹੋਆ ਉਹਨਾਂ ਨੂੰ ਤੁਹਾਡੇ ਕੋਲ ਆਉਣ ਦੀ ਲੋੜ ਨਹੀਂ ਤੁਸੀਂ ਘਰ ਬੈਠੀ ਟ੍ਰੇਨਿੰਗ ਦੇ ਰਹੇ ਹੋ ਉਹਨਾਂ ਨੂੰ ਹਾਂ ਮੈਂ ਉਹਨਾਂ ਨੂੰ ਘਰ ਬੈਠੇ ਟ੍ਰੇਨਿੰਗ ਦਿੰਦਾ ਮੇਰੀ Google ਦੇ ਵਿੱਚ ਪ੍ਰਦੀਪ ਵਾ ਟ੍ਰੇਨਿੰਗ ਦੇ ਨਾਮ ਤੋਂ ਇੱਕ ਵੈੱਬਸਾਈਟ ਹੈ ਕੁਝ ਮੈਨੂੰ ਉੱਥੋਂ ਅਪਰੋਚ ਕਰਦੇ ਆ ਕੁਝ Facebook ਤੋਂ ਅਪਰੋਚ ਕਰਦੇ ਆ ਕੁਝ ਮੈਨੂੰ Insta ਤੋਂ ਅਪਰੋਚ ਕਰਦੇ ਆ ਸੋ ਇਦਾਂ ਮੇਰਾ ਇੱਕ ਬਹੁਤ ਵੱਡਾ ਮਤਲਬ ਗਰੁੱਪ ਬਣ ਚੁੱਕਾ ਵਾ 400 ਮੈਂਬਰਸ ਹੈ ਮੇਰੇ ਕੋਲ ਜਿਹੜੇ ਮੇਰੇ ਕੋਲ ਟ੍ਰੇਨਿੰਗ ਲੈਂਦੇ ਆ ਅੱਛਾ ਤੁਹਾਡੀ ਕੋਈ ਮੋਟੀਵੇਸ਼ਨ ਵੀਡੀਓ ਦੇਖਦੇ ਹੋਣੇ ਉਹ ਨਾ ਜਦੋਂ ਤੁਹਾਡੀ ਸਮਰਥ ਕਰਦੇ ਹੋਣੇ ਕਾਫ ਜੀ ਗ로우 ਕੀਤਾ ਲਾਈਕ ਗ로우 ਇਦਾਂ ਕੀਤਾ ਉਹਨਾਂ ਨੇ ਜਿਮ ਖੋਲੇ ਮੇਰੀਆਂ ਫੋਟੋਆਂ ਲਾਈਆਂ ਹੋਈਆਂ ਓਕੇ ਆਪਣੇ ਜਿਮਾਂ 'ਚ ਮੇਰੀਆਂ ਫੋਟੋਆਂ ਲਾਈਆਂ ਹੋਈਆਂ ਜਦ ਜਦੋਂ ਕੋਈ ਕੋਚ ਚੇਂਜ ਕਰਦੇ ਫੋਟੋ ਲਾ ਵੀ ਦਿੰਦੇ ਆ ਚਲੋ ਆਪਣੇ ਆਪਣੀ ਸੋਚ ਆ ਉਹਨਾਂ ਦੀ ਹਨਾ ਬਟ ਕਈ ਮੁੰਡਿਆਂ ਨੂੰ ਮੋਟੀਵੇਸ਼ਨ ਐਸ ਲਈ ਮਿਲਦਾ ਵਾ ਕਿਉਂਕਿ ਆਪਾਂ ਉਹਨਾਂ ਨੂੰ ਕਦੀ ਵੀ ਕੋਈ ਚੀਜ਼ ਪਰਦੇ 'ਚ ਨਹੀਂ ਰੱਖੀ ਕਿਉਂ ਨਹੀਂ ਰੱਖੀ ਕਿਉਂਕਿ ਅੱਜ ਕੱਲ ਬਾਡੀ ਬਿਲਡਿੰਗ ਲਾਈਨ ਦੇ ਵਿੱਚ ਨਾ ਧੋਖਾ ਬਹੁਤ ਧੋਖਾ ਕੀ ਹੈ ਕਿ ਮਤਲਬ ਕੋਚ ਹੈ ਜਾਂ ਕੋਈ ਟ੍ਰੇਨਰ ਹੈ ਮੈਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦਾ ਕੁਝ ਇਦਾਂ ਦੇ ਲੋਕ ਹੈਗੇ ਜਿਹੜੇ ਇੰਡਸਟਰੀ ਨੂੰ ਖਰਾਬ ਕਰਦੇ ਆ ਫਿਟਨੈਸ ਦੀ ਇੰਡਸਟਰੀ ਨੂੰ ਉਹਨਾਂ ਨੂੰ ਮੁੰਡਿਆਂ ਨੂੰ ਸਹੀ ਗਾਈਡ ਨਹੀਂ ਕਰਦੇ ਜੀ ਆਪਾਂ ਕਲੀਨ ਡਾਈਟ ਬਾਰੇ ਦੱਸੀਦਾ ਵਾ ਕਲੀਨ ਸਪਲੀਮੈਂਟ ਸਾਰਾ ਕੁਝ ਉਹਨਾਂ ਨੂੰ ਸੈਂਡ ਕਰ ਦਈਦਾ ਕਿ ਤੁਸੀਂ ਖੁਦ ਬਾਏ ਕਰੋ ਤਾਂ ਕਰਕੇ 400 ਮੁੰਡਾ ਵੇਲੇ ਨਾਲ ਇਦਾਂ ਜੁੜਿਆ ਠੀਕ ਹੈ ਜੀ अच्छा फिर डेली ਉਹਨਾਂ ਨੂੰ ਆਪ ਡੇਨਿੰਗ ਦੇਣੀ ਪੈਂਦੀ ਆ ਵੀਕ ਤੇ ਵਿੱਚ ਵਨ ਟਾਈਮ ਉਹਨਾਂ ਨੂੰ ਮੈਸੇਜ ਜਾਂਦਾ ਸਾਰੇ ਮੁੰਡਿਆਂ ਨੂੰ ਮੈਂ ਕਹਿੰਦਾ ਕਿ ਤੁਸੀਂ ਆਪਣਾ ਬਾਡੀ weight ਤੇ ਆਪਣੀ ਫੋਟੋਗ੍ਰਾਫਸ ਭੇਜੋ ਕਿ ਤੁਹਾਡੀ ਬਾਡੀ ਚ ਕੀ ਚੇਂਜ ਆਇਆ ਵਾ ਜੀ ਤੇ ਜਿਹੜੇ ਮੁੰਡੇ ਬਾਹਰਲੇ ਆ ਔਰ ਰਾਤ ਨੂੰ ਟ੍ਰੇਨਿੰਗ ਲੈਂਦੇ ਆ ਜਿਹੜੇ ਇੰਡੀਆ ਦੇ ਔਰ ਸਵੀਰ ਨੂੰ ਟ੍ਰੇਨਿੰਗ ਲੈਂਦੇ ਆ 4 ਘੰਟੇ ਸੌਣਾ ਵਾ ਤੇ 20 ਘੰਟੇ ਕੰਮ ਹੀ ਕਰਦਾਂ ਸਰ 4 ਘੰਟੇ ਸੌਣੇ 4 ਘੰਟੇ ਬਾਅਦ ਤੋਂ ਬਾਅਦ 5 ਘੰਟੇ ਬਿਰਿ ਜਮੇ ਆਮ ਕਰਕੇ ਸਾਨੂੰ ਮਿਲਦਾ ਵੀ ਜਿਮ ਵਾਲਿਆਂ ਨੂੰ ਰੈਸਟ ਬਹੁਤ ਜ਼ਰੂਰੀ ਹੈ ਵੀ ਰੈਸਟ ਕਿੰਨੇ ਆ 8 ਘੰਟੇ ਕਹਿੰਦੇ ਹੁੰਦੇ ਹਨ ਨਾ ਨਹੀਂ 8 ਘੰਟੇ ਵੀ ਲੈਂਦੇ ਆ ਕੋਈ 6 ਘੰਟੇ ਵੀ ਰੰਦੇ ਮੈਂ 5 ਘੰਟੇ ਸੌਂਨਾ ਜ਼ਿਆਦਾ ਨਹੀਂ ਸੌਂਦਾ ਕਿਉਂਕਿ ਮੇਰੇ ਤੇ ਵਰਕ ਬੋਟ ਹੈ ਮੈਨੂੰ ਵਰਕ ਬੋ ਕਰਨਾ ਪੈਂਦਾ ਲਾਈਕ ਹੁਣ ਲਾ ਲੋ ਇੱਥੇ ਦਿਨਾਂ ਉੱਥੇ ਰਾਤਾਂ ਬਾਹਰ ਈਦਾ ਮੇਰੇ ਕੋਲ ਬਹੁਤ ਟ੍ਰੇਨਿੰਗ ਆ ਜਿਹੜੀਆਂ ਮੈਨੂੰ ਦੇਣੀਆਂ ਪੈਂਦੀਆਂ ਵਾ ਤਾਂ ਕਰਕੇ ਮੈਂ ਆਪਣਾ ਫੋਕਸ ਵਰਕ ਤੇ ਰੱਖਣਾ ਕਿ ਕੋਈ ਮੁੰਡਾ ਕਿਸੇ ਹੋਰ ਹੱਥ 'ਚ ਜਾ ਕੇ ਮਿਸ ਗਾਈਡ ਨਾ ਹੋ ਜਾਵੇ ਜੇ ਮੈਂ ਉਹਨੂੰ ਟ੍ਰੇਨਿੰਗ ਨਹੀਂ ਦਊਂਗਾ ਕਿਸ ਜੋ ਮੈਨੂੰ ਕੁਝ ਸਿੱਖੂਗਾ ਜਾਂ ਮੈਨੂੰ ਕੁਝ ਸਿਖਾਊਗਾ ਤਾਂ ਹੀ ਅੱਗੇ ਵਧੂਗਾ ਜੀ ਅੱਛਾ ਤੁਹਾਡੇ ਕੋਲ ਆ ਰਹੇ ਨੇ ਤਾਂ ਤੁਹਾਡੇ ਵਰਗਾ ਉਹ ਬਣਨਾ ਚਾਹੁੰਦੇ ਬਣਨਾ ਚਾਹੁੰਦੇ ਆ ਜੀ ਹਾਂਜੀ ਕੀ ਜਦੋਂ ਫੋਨ ਤੇ ਜਾਂ ਗੱਲ ਹੁੰਦੀ ਆ ਤੁਹਾਡੇ ਨਾਲ ਕੀ ਪਹਿਲੀ ਗੱਲ ਕੀ ਕਹਿੰਦੇ ਨੇ ਉਹਦੇ ਪਹਿਲੀ ਗੱਲ ਤਾਂ ਉਹ ਮੈਨੂੰ ਇਹ ਕਹਿੰਦੇ ਹੈਗੇ ਆ ਮਤਲਬ ਸਰ ਆਪਾਂ ਤੁਹਾਨੂੰ ਮਿਲਣਾ ਜੀ ਠੀਕ ਹੈ ਤੁਹਾਡੇ ਕੋਲ ਟ੍ਰੇਨਿੰਗ ਲੈਣੀ ਹੈ ਆਨਲਾਈਨ ਟ੍ਰੇਨਿੰਗ ਲੈਣੀ ਹੈ ਜਾਂ ਪਰਸਨਲ ਟ੍ਰੇਨਿੰਗ ਲੈਣੀ ਹੈ ਤੇ ਮੈਂ ਉਹਨਾਂ ਨੂੰ ਕਹਿੰਨਾ ਮੇਰੀ ਲੋਕੇਸ਼ਨ ਹੈ ਬਲੂਧਿਆਨੇ ਦੇ ਵਿੱਚ ਤੁਸੀਂ ਆਓ ਮੈਨੂੰ ਮਿਲੋ ਜਦੋਂ ਮੈਨੂੰ ਉਹ ਰੀਅਲ ਲਾਈਫ ਜਿਹੜੀ ਰੀਅਲ ਲਾਈਫ ਆ ਜੀ ਤੇ ਰੀਅਲ ਲਾਈਫ ਚ ਬਹੁਤ ਫਰਕ ਆ ਕਈਆਂ ਦੇ ਵਿੱਚ ਜੋ ਮੈਂ ਰੀਅਲ ਲਾਈਫ ਚ ਰੀਅਲ ਲਾਈਫ ਚ ਵੀ ਇਦਦਾ ਹੀ ਆ ਜੋ ਮੈਂ ਇੰਸਟਾਗ੍ਰਾਮ ਤੇ ਆ ਉਹੀ ਮੈਂ ਰੀਅਲ ਆ ਤਾਂ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਅਸੀਂ ਜੋ ਇਹਨੂੰ ਭਾਜੀ ਨੂੰ ਇੰਸਟਾਗ੍ਰਾਮ ਤੇ ਦੇਖਿਆ ਉਹੀ ਸਾਡੇ ਸਾਹਮਣੇ ਬਿਲਕੁਲ ਜੈਨੂਨ ਉਹਦਾ ਦੇ ਆ ਤਾਂ ਕਰਕੇ ਉਹ ਇੰਪ੍ਰੈਸ ਹੁੰਦੇ ਆ ਤੇ ਉਹ ਉਸੇ ਟਾਈਮ ਕਹਿੰਦੇ ਆ ਟ੍ਰੇਨਿੰਗ ਭਾਜੀ ਤੁਹਾਡੇ ਕੋਲ ਹੀ ਲੈਣੀ ਹੈ ਜੀ ਇਹ ਕਿੰਨੇ ਕ ਟਾਈਮ ਤੋਂ ਲਗਾਤਾਰ ਜਿਵੇਂ ਕੰਟੀਨਿਊ ਚੱਲਦੇ ਰਹਿ ਰਹੇ ਨੇ ਕਈ ਤੁਹਾਡੇ ਨਾਲ ਮੁੰਡੇ ਕਈ ਮੁੰਡੇ ਮੇਰੇ ਕੋਲ ਇੱਕ ਅਜੀਤ ਸਿੰਘ ਜੰਮਾਲ ਆ ਉਹਨੂੰ ਮੇਰੇ ਕੋਲ 9 ਸਾਲ ਹੋ ਗਏ ਆ ਅਮਿਤ ਮਤਲਬ ਕਈ ਮੁੰਡੇ ਜਿਹੜੇ ਮੇਰੇ ਕੋਲ 5-5 ਸਾਲ 4-4 ਸਾਲ 3-3 ਸਾਲ 2-2 ਸਾਲ ਇਦਾਂ ਬਹੁਤ ਮੁੰਡੇ ਜੁੜੇ ਹੋਏ ਆ ਜੀ ਕਈ ਨਾ ਕਈ ਕਹਿੰਦੇ ਨੇ ਬਈ ਹੁਣ ਅਪਾ ਜਿੰਮ ਦੇ ਤੇ ਡਾਈਟ ਦੀ ਗੱਲ ਕਰਨੀ ਆ ਕੀ ਕਹਿੰਦੇ ਨੇ ਬਾਈ ਜਿੰਮ ਜਾਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਸਰੀਰ ਬਣਾਉਣਾ ਹੈ ਇਹ ਹੈਗੀ ਸੱਚੀ ਗੱਲ ਆ ਜਾਂ ਕੋਈ ਨਹੀਂ ਨਹੀਂ ਜਿੰਮ ਤਾਂ ਜਾਣਾ ਪਊਗਾ ਜੇ ਆਪਾਂ ਸਰੀਰ ਬਣਾਉਣਾ ਜਿੰਮ ਜਾਣਾ ਪਊਗਾ ਜੀ ਤੇ ਤੁਸੀਂ ਲਾ ਲਓ ਜੇ ਆਪਾਂ ਸਰੀਰ ਦੇਸੀ ਵੀ ਬਣਾਉਣਾ ਤਾਂ ਵੀ ਤੁਹਾਨੂੰ ਗਰਾਊਂਡ ਤੇ ਖੜੇ ਜਾਣਾ ਹੀ ਪਊਗਾ ਹਨਾ ਸਪਾਟੇ ਮਾਰਨੇ ਪੈਣਗੇ ਡੰਡ ਮਾਰਨੇ ਪੈਣਗੇ ਜੀ ਖਰਾਕ ਤਾਂ ਖਾਣੀ ਪਊਗੀ ਬਿਲਕੁਲ ਤੇ ਗਰਾਊਂਡ ਦੇ ਵਿੱਚ ਰਨਿੰਗ ਕਰਨੀ ਪਊਗੀ ਹਨਾ ਵਾਕ ਕਰਨਾ ਪਊਗਾ ਜੀ ਪਾਟੇ ਮਾਰਨੇ ਪੈਣਗੇ ਡੰਡ ਮਾਰਨੇ ਪੈਣਗੇ ਉਹ ਵੀ ਇੱਕ ਐਕਸਰਸਾਈਜ਼ ਹੈ ਨਾ ਸੋ ਐਕਸਰਸਾਈਜ਼ ਲਾ ਕੇ ਹੀ ਤੁਹਾਡੀ ਬੋਡੀ ਬਣਣੀ ਜੇ ਤੁਸੀਂ ਮਸਲ ਬਣਾਣੇ ਹੈ ਜੇ ਤੁਸੀਂ ਫਿੱਟ ਰਹਿਣਾ ਫਿਰ ਤੁਹਾਨੂੰ ਡਾਈਟਿੰਗ ਕਰਨੀ ਪਏਗੀ ਡਾਈਟਿੰਗ ਕਰਨ ਦੇ ਨਾਲ ਤੁਹਾਨੂੰ ਵਾਕ ਕਰਨੀ ਪੈਣੀ ਹੈ ਜੀ ਜੇ ਤੁਸੀਂ ਫਿੱਟ ਰਹਿਣਾ ਅੱਛਾ ਖਾਣ ਦੀ ਗੱਲ ਕਿਤੇ ਵੀ ਖਾਣਾ ਨਹੀਂ ਪੈਣੀ ਆ ਖਾਣਾ ਕਿਦਾਂ ਦੇ ਖਾਣੀ ਪੈਣੀ ਆ ਖਾਣਾ ਦਾ ਮਤਲਬ ਹੈ ਕੋਈ ਕੋਈ ਬਾਹਰ ਨਹੀਂ ਖਾਣਾ ਨਹੀਂ ਆ ਸਾਰੀ ਘਰ ਦੀ ਖਾਣਾ ਘਰ ਦੀ ਦੇਸੀ ਖਾਣਾ ਜੀ ਜੇ ਕੋਈ ਨਾਨ ਵੈਜੀਟੇਰੀਅਨ ਆ ਉਹ ਅੰਡੇ ਖਾਏਗਾ ਚਿਕਨ ਖਾਏਗਾ ਹੈ ਨਾ ਫਿਸ਼ ਖਾਏਗਾ ਮਟਨ ਖਾਏਗਾ ਜਿਵੇਂ ਬੱਕਰਾ ਖਾ ਲਿਆ ਮੁਰਗਾ ਖਾ ਲਿਆ ਮੱਛੀ ਖਾ ਲਈ ਅੰਡੇ ਖਾ ਲੇ ਉਹ ਇਹ ਖਾਊਗਾ ਹਮ ਘਰ ਦੀ ਖਾਣਾ ਜਿੰਨੀ ਘਰੇ ਲੈ ਕੇ ਬਣਾਉਗਾ ਉਨੀ ਕਲੀਨ ਮਿਲੂਗੀ ਬਾਹਰਲਾ ਕੋਈ ਪਤਾ ਨਹੀਂ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਉਹ ਚ ਕੀ ਮਿਕਸ ਹੈ ਕੀ ਡੁਪਲੀਕੇਟ ਹੈ ਕੀ ਅਸਲੀ ਹੈ ਕਿਉਂਕਿ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਜਿਆਦਾ ਫੋਕਸ ਕਰਦੇ ਨੇ ਕਿ ਅਸੀਂ ਬਾਹਰੋਂ ਖਾਈਏ ਘਰੇ ਨਹੀਂ ਖਾਂਦੇ ਤੁਕੀ ਘਰ ਦੀ ਰਾਈਟ ਸਭ ਨਾਲ ਵਧੀਆ ਘਰੇ ਲੈ ਕੇ ਬਣਾਓ ਤੇ ਖਾਓ ਤੇ ਹੁਣ ਜਿਹੜੇ ਵੈਜੀਟੇਰੀਅਨ ਹੈ ਵੈਜੀਟੇਰੀਅਨ ਬਾਡੀ ਬਿਲਡਰ ਕੀ ਕਰੂਗਾ ਜਾਂ ਤਾਂ ਉਹ ਉਹਨੂੰ ਕਹਿੰਦੇ ਦਾਲਾਂ ਤੇ ਫੋਕਸ ਕਰੂਗਾ ਜਿਹੜੀਆਂ ਆਪਣੀਆਂ ਦਾਲਾਂ ਹੁੰਦੀਆਂ ਅਰਹਰਦੀ ਦਾਲ ਹੋਗੀ ਮੂੰਗ ਦੀ ਦਾਲ ਹੋਗੀ ਛੋਲਿਆਂ ਦੀ ਦਾਲ ਹੋਗੀ ਜਾਂ ਫਿਰ ਉਹ ਕਰੂਗਾ ਵੈਜੀਟੇਰੀਅਨ ਜਿਹੜੀ ਬਰੋਕਲੀ ਹੋਗੀ ਮਸ਼ਰੂਮ ਹੋਗੀ ਜਾਂ ਫਿਰ ਉਸ ਤੋਂ ਬਾਅਦ ਚੀਜ਼ ਪਨੀਰ ਹੋ ਗਿਆ ਦੁੱਧ ਹੋ ਗਿਆ ਦਹੀਂ ਹੋ ਗਿਆ ਪ੍ਰੋਟੀਨ ਹੋ ਗਿਆ ਉਹ ਉੱਤੇ ਜ਼ਿਆਦਾ ਫੋਕਸ ਕਰੂਗਾ ਵੈਜੀਟੇਰੀਅਨ ਖਰਾਕ ਦਾ ਹੈ ਰੋਲ ਹੈ ਨੌਨ ਵੈਜਲੀ ਵੀ ਤੇ ਵੈਜਲੀ ਵੀ ਜੀ ਮਤਲਬ ਮੈਨ ਖਰਾਕ ਸਾਂਭਦੀ ਆ ਸਰੀਰ ਨੂੰ ਨਾ ਜਿਹੜਾ ਉਹਨਾਂ ਕਹਿੰਦੇ ਬਾਡੀ ਕਲੀਨ ਜਿੰਨੀ ਡਾਈਟ ਖਾਊਗਾ ਹਨਾ ਜਿਹੜਾ ਬੰਦਾ ਕਲੀਨ ਡਾਈਟ ਖਾਊਗਾ ਲਾ ਲਓ ਜੇ ਉਹ 70% ਕਲੀਨ ਡਾਈਟ ਖਾ ਰਿਹਾ ਤੇ 70% ਆਪਣੀ ਡਾਈਟ ਕਲੀਨ ਹੋ ਗਈ ਤੇ ਬਾਡੀ ਵੀ ਵਧੀਆ ਹੋ ਗਈ ਆਪਣੀ ਬਾਡੀ ਨੂੰ ਨੀਡ ਹੀ 70% ਡਾਈਟ ਦੀ ਹੈ ਜੀ ਠੀਕ ਹੈ ਨਾ 70% ਹੀ ਸਾਡੀ ਬਾਡੀ ਚ ਵਾਟਰ ਹੁੰਦਾ ਪਾਣੀ ਵਧੀਆ ਹੋਊਗਾ ਖਰਾਕ ਵਧੀਆ ਹੋਊਗੀ ਬਾਡੀ ਆਪੇ ਬਣੂਗੀ ਜੀ एक्सरसाइज ਆਗੇ ਜੇ ਬੰਦਾ ਵਧੀਆ ਪ੍ਰੋਟੀਨ ਡਾਈਟ ਜਾਂ ਕਾਰਬਸ ਲਊਗਾ ਜਾਂ ਪ੍ਰੋਟੀਨ ਵਧੀਆ ਲਊਗਾ ਤੇ ਬੋਡੀ ਬਣੂਗੀ ਜਰੂਰ ਬਣੇਗੀ ਜੀ ਖਰਾਕ ਦਾ ਬਹੁਤ ਵੱਡਾ ਰੋਲ ਹੈ ਤੇ ਪਾਣੀ ਦਾ ਵੀ ਰੋਲ ਹੈ ਪਾਣੀ ਦਾ ਵੀ ਕਿੰਨਾ ਕੁ ਪਾਣੀ ਪੀਣਾ ਤੇ ਇਹ ਘਟੋ-ਘਟ ਮੇਰੇ ਹਿਸਾਬ ਨਾਲ ਜੇ ਨੋਰਮਲ ਜੇ ਕੋਈ ਬੰਦਾ ਵਾ ਆਫਿਸ ਵਰਕ ਵੀ ਕਰਦਾ ਹੈ ਜਾਂ ਕੋਈ ਸਿਟਿੰਗ ਵੀ ਕਰਦਾ ਹੈ ਜਾਂ ਰੂਟੀਨ ਦੇ ਵਿੱਚ ਰਨਿੰਗ ਵੀ ਕਰਦਾ ਵਾ ਮਤਲਬ ਉਹਦਾ ਉਹਨੇ ਕਹਿੰਦੇ ਮਾਰਕੀਟਿੰਗ ਵੀ ਹੁੰਦੀ ਹੈ 5 ਤੋਂ 6 ਲੀਟਰ ਪਾਣੀ ਉਹਨੂੰ ਚਾਹੀਦਾ ਚਾਹੀਦਾ ਵਾ ਜੀ ਹੂੰ ਅੱਛਾ 5 ਤੋਂ 6 ਲੀਟਰ ਡੇਲੀ ਪਾਣੀ ਪੀਵੇ ਹਰ ਕੋਈ ਹਾਂ ਪਾਣੀ 5 ਤੋਂ 6 ਲੀਟਰ ਨਾਰਮਲ ਬੰਦੇ ਨੂੰ ਚਾਹੀਦਾ ਹੀ ਚਾਹੀਦਾ ਜੇ ਉਹਨੇ ਘੱਟ ਵੀ ਪੀਣਾ ਤਾਂ 4 ਲੀਟਰ ਪਾਣੀ ਚਾਹੀਦਾ ਜੇ ਕੋਈ ਉਹ ਵਰਕ ਕਰ ਰਿਹਾ ਹੂੰ ਮਾਰਕੀਟ ਦੇ ਵਿੱਚ ਜਾਂ ਕੋਈ ਵਰਕਆਊਟ ਕਰ ਰਿਹਾ ਉਹਨੂੰ 6 ਲੀਟਰ ਵਾਟਰ ਰੋਜ਼ ਦਾ ਚਾਹੀਦਾ ਹੀ ਚਾਹੀਦਾ ਬੋਡੀ ਨੂੰ ਕਿਉਂਕਿ 70% ਸਾਡੀ ਬੋਡੀ 'ਚ ਵਾਟਰ ਹੈ ਜੀ ਤੇ ਪਾਣੀ ਸਾਡੇ ਸਰੀਰ ਨੂੰ ਵਧੀਆ ਕਰਦਾ ਅੱਛਾ ਤੁਸੀਂ ਇੱਕ ਜਿੰਮ ਦਾਸਤਾ ਖਰਾਕ ਦਾਸਤਾ ਪਰ ਨਾਲੇ ਕਈ ਜ਼ਰੂਰੀ ਗੱਲਾਂ ਨੂੰ ਡੱਬੇ ਵੀ ਖਾਣੇ ਪੈਂਦੇ ਨੇ ਵੀ ਜਿਹੜੇ ਜਿਹੜੇ ਡੱਬੇ ਆ ਹੂੰ ਡੱਬਿਆਂ ਬਾਰੇ ਜਦੋਂ ਕੋਈ ਗੱਲ ਆਂਦੀ ਹਰੇਕ ਬਾਡੀ ਬਿਲਡਰ ਜਾਂ ਪਹਿਲਵਾਨ ਬੰਦੇ ਦੇ ਉੱਪਰ ਡੱਬੇ ਦੀ ਗੱਲ ਹਮੇਸ਼ਾ ਆਂਦੀ ਹੈ ਕਿ ਇਹਨੇ ਡੱਬੇ ਖਾ ਕੇ ਬਾਡੀ ਬਣਾਈ ਹੈ ਜੀ ਹੁਣ ਇੱਕ ਬੱਚਾ ਵਾ ਛੋਟਾ ਬੱਚਾ ਨਾ ਜਿਵੇਂ 6 ਮਹੀਨੇ ਦਾ ਸਾਲ ਦਾ ਵਾ ਉਹਨੂੰ ਵੀ ਸੈਰਾਲੈਕ ਦਿੰਦੇ ਆ ਜੀ ਮਦਰ ਫੀਡ ਨਹੀਂ ਦੇ ਪਾਉਂਦੇ ਕਈ ਵਾਰੀ ਨਾ ਬਿਲਕੁਲ ਸੈਰਾਲੈਕ ਦੇ ਵਿੱਚ ਕੀ ਹੁੰਦਾ ਮਿਰਲਸ ਹੁੰਦੇ ਆ ਕਾਪਸ ਹੁੰਦੇ ਆ ਪ੍ਰੋਟੀਨ ਦਿੰਦੇ ਫਿਰ ਬੱਚੇ ਨੂੰ ਕਿਉਂ ਦਿੰਦੇ ਆ ਜੀ ਐਸੇ ਲਈ ਦਿੰਦੇ ਆ ਕਿ ਉਹ ਵੀ ਗਰੋ ਹੋਵੇ ਹਮ ਬਾਡੀ ਗਰੋ ਕਰੇ ਨਾ ਬੱਚਾ ਹੈਵੀ ਹੋਵੇ weight ਵਧੇ ਸੋ ਐਸੇ ਲਈ ਹੀ ਜਿਹੜੇ ਸਪਲੀਮੈਂਟ ਹੈ ਜਿਹਨੂੰ ਡਾਈਟਰੀ ਸਪਲੀਮੈਂਟ ਆਪਾਂ ਜਿਹਨੂੰ ਡੱਬੇ ਕਹ ਦਿੰਨੇ ਆ ਜਿਨ੍ਹਾਂ ਨੂੰ ਨਹੀਂ ਪਤਾ ਮੇਰੇ ਭਰਾਵਾਂ ਨੂੰ ਜਾਂ ਮੇਰੀਆਂ ਭੈਣਾਂ ਨੂੰ ਜਿਹੜੇ ਕਹਿੰਦੇ ਡੱਬੇ ਖਾ ਕੇ ਬੋਡੀ ਬਣਾਇਆ ਉੱਥੇ ਲਿਖਿਆ ਹੁੰਦਾ ਡਾਈਟਰੀ ਸਪਲੀਮੈਂਟ ਇਹ ਜਿਹੜੇ ਡਾਈਟਰੀ ਸਪਲੀਮੈਂਟ ਹੁੰਦੇ ਨੇਚਰਲ ਹੁੰਦੇ ਨਾ ਕਿ ਸਟੀਰੋਇਡ ਹੁੰਦਾ ਵਾ ਜੀ ਜੇ ਸਾਡੀ ਬੋਡੀ ਹੁਣ ਵਰਕਆਊਟ ਕਰ ਰਹੀ ਹੈ ਐਕਸਟਰਾ ਘੰਟਾ ਡੇਢ ਘੰਟਾ ਆਪਾਂ ਐਕਸਰਸ ਲਾ ਰਹੇ ਆ ਆਪਾਂ ਡਾਈਟ ਵੀ ਖਾ ਰਹੇ ਆ ਸਾਨੂੰ ਮਿਰਲਨਸ ਕਾਰਬਸ ਔਰ ਪ੍ਰੋਟੀਨ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਉਹ ਸਾਨੂੰ ਮਿਲਣਗੇ ਸਾਈਂ ਸਾਡੇ ਮਸਲ ਤਾ ਕਰਕੇ ਸਾਨੂੰ ਪ੍ਰੋਟੀਨ ਲੈਣਾ ਪੈਂਦਾ ਜੀ মালਟੀ ਵਿਟਾਮਿਨਸ ਲੈਣੇ ਪੈਂਦੇ ਆ ਮੇਰੇ ਅਨੁਸਾਰ ਸਾਰੇ ਸਾਨੂੰ ਉੱਥੋਂ ਮਿਲਨੇ ਆ ਜੀ ਹੁਣ ਲਾ ਲੋ ਜੀ ਸਾਨੂੰ 30 ਗ੍ਰਾਮ ਪ੍ਰੋਟੀਨ ਦੀ ਲੋੜ ਹੈ 2 ਗ੍ਰਾਮ ਅੰਡੇ ਚ ਪ੍ਰੋਟੀਨ ਹੁੰਦਾ ਸੀ 15 ਅੰਡੇ ਖਾਵਾਂਗੇ ਕਈ ਮੰਡਿਆ ਕੋਈ ਨਹੀਂ ਟਾਈਮ ਹੁੰਦਾ ਉਹ ਇੱਕ ਸਕੂਪ ਲੈ ਲੈਂਦੇ ਜਿੱਚ 24 ਤੋਂ 28 26 ਗ੍ਰਾਮ ਪ੍ਰੋਟੀਨ ਹੁੰਦਾ ਵਾ ਜੀ ਹਾਂ ਜੇ ਤੁਸੀਂ ਮੈਨੂੰ ਉਹ ਡੱਬੇ ਦੱਸਦਾ ਵੀ ਵਧੀਆ ਹੁੰਦੇ ਨੇ ਤੁਸੀਂ ਤੇ ਕਹਿ ਰਹੇ ਹੋ ਮੈਨੂੰ ਹਾਂ ਪਰ ਮੈਂ ਮੈਂ ਮੈਨੂੰ ਕਈ ਬੰਦੇ ਅੱਦਨ ਨੇ ਬਣੇ ਨੇ ਵੀ ਜੇ ਕਿਨੇ ਸਾਨੂੰ ਨੁਕਸਾਨ ਹੋਇਆ ਯਾਰ ਹਾਂ ਡੱਬੇ ਉਹ ਕਿਹੜੇ ਸੀ ਫਿਰ ਡੱਬੇ ਜਿਹੜੇ ਜਿਹੜੇ ਮੁੰਡਿਆਂ ਨੂੰ ਨੁਕਸਾਨ ਹੋਇਆ ਉਹਨਾਂ ਨੇ ਆਪਣੇ ਜਿਹੜੇ ਸਪਲੀਮੈਂਟ ਸਟੋਰ ਮੈਂ ਕਿਸੇ ਨੂੰ ਗਲਤ ਨਹੀਂ ਬੋਲਾਂਗਾ ਸਪਲੀਮੈਂਟ ਸਟੋਰ ਨੂੰ ਜਾਂ ਜਿਹੜੇ ਕੋਚ ਜਿਮ ਦੇ ਵਿੱਚ ਜਾਂ ਕੋਈ ਜਿਮ ਦੇ ਓਨਰ ਹੈ ਜੀ ਕਈ ਵਾਰੀ ਮੁੰਡਿਆਂ ਨੂੰ ਨਾ ਮਿਸ ਗਾਈਡ ਕਰ ਦਿੰਦੇ ਆ ਜੀ ਇੱਕ ਜਿਹੜੇ ਸਪਲੀਮੈਂਟ ਹੁੰਦੇ ਜੈਨੂਨ ਹੂੰ ਠੀਕ ਆ ਨਾ ਉਹਦੇ ਵਿੱਚ ਕੀ ਹੁੰਦਾ ਵਾ ਕੋਈ ਜ਼ਿਆਦਾ ਮਾਰਜਨ ਨਹੀਂ ਹ ਜੀ 100 200 300 ਦਾ ਮਾਰਜਨ ਹੁੰਦਾ ਹ ਹ ਤੇ ਉਹਦੇ ਨਾਲ weight ਵੀ ਮੇਰੇ ਖਿਆਲ ਚ ਕੋਈ ਜ਼ਿਆਦਾ ਨਹੀਂ ਭਾਜੀ ਵੱਧਦਾ ਜੇ ਕੋਈ ਡੱਬਾ ਜੈਨੂਨ ਡੱਬਾ ਲਏਗਾ ਨਾ origignal 2 3 ਕਿਲੋ weight ਵਧੂਗਾ ਜੀ ਠੀਕ ਹੈ ਜੇ ਕੋਈ ਮੁੰਡਾ ਹ ਜਿੰਮ ਤੋਂ ਡੱਬਾ ਲੈ ਰਿਆ ਜੇ ਕੋਚ ਤੇ ਹਨਾ ਜੇ ਆਪਣੇ ਟ੍ਰੇਨਰ ਤੇ ਆਪਣੇ ਉਸਤਾਦ ਤੇ ਬਲੀਵ ਕਰ ਰਿਹਾ ਉਹਨੂੰ ਉਹਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਜੀ ਮੈਂ ਕਿਸੇ ਫਿਰ ਮੈਂ ਕਿਸੇ ਟ੍ਰੇਨਰ ਨੂੰ ਜਾਂ ਜਿੰਮ ਵਾਲੇ ਨੂੰ ਜਾਂ ਕਿਸੇ ਸਪਲੀਮੈਂਟ ਨੂੰ ਸਪਲੀਮੈਂਟ ਵਾਲੇ ਸਟੋਰ ਨੂੰ ਮਾੜਾ ਨਹੀਂ ਬੋਲਦਾ ਜੀ ਮੁੰਡੇ ਕੀ ਕਹਿੰਦੇ ਅਸੀਂ ਫਟਾਫਟ ਬੋਡੀ ਬਣਾਣੀ ਹੈ ਹੂੰ ਉਹ ਕੀ ਕਰਦੇ ਆ ਉਹ ਜਿਹੜੇ ਡੁਪਲੀਕੇਟ ਡੱਬੇ ਹੁੰਦੇ ਹਨ ਨਾ ਜਿਵੇਂ ਗੇਨਰ ਹੋ ਗਿਆ ਵੇਟ ਗੇਨਰ ਹੋ ਗਿਆ ਉਹ ਡੱਬਾ ਹੁੰਦਾ 4-500 ਰੁਪਏ ਦਾ ਜੀ 4-500 ਦਾ ਡੱਬਾ ਉਹਨੂੰ 2250 ਦਾ 3000 ਦਾ ਵੇਚ ਦਿੰਦੇ ਆ ਹੂੰ ਵੇਚਣ ਤੋਂ ਬਾਅਦ ਉਹ ਕੀ ਕਰਦੇ ਆ ਮੁੰਡੇ ਉਹ ਖਾ ਲੈਂਦੇ ਆ ਇੱਕੋ ਦਾ ਮੋੜਾ 10-12 ਕਿਲੋ 15 ਕਿਲੋ ਵਜਨ ਵਾਧ ਹੀ ਜਾਂਦਾ ਹੂੰ ਉਹ ਤਾਂ ਕਹਿੰਦੇ ਅਸੀਂ ਤਗੜੇ ਹੋ ਗਏ ਤਗੜੇ ਨਹੀਂ ਹੁੰਦੇ ਉਹ ਵਾਟਰ ਸਟੋਰ ਹੋ ਜਾਂਦਾ ਬੋਡੀ 'ਚ ਚਰਬੀ ਆ ਜਾਂਦੀ ਹੈ ਜੀ ਜਦੋਂ ਉਹ ਛੱਡਦੇ ਆ ਡੱਬੇ ਹੂੰ ਡੁਬਲੀਕੇਟ ਡੱਬੇ ਜਦੋਂ ਛੱਡਦੇ ਆ ਨਾ ਤੇ ਉਹਦੇ ਨਾਲ ਕੀ ਹੁੰਦਾ ਬੋਡੀ نیچے ਜਾਣੀ ਸ਼ੁਰੂ ਹੋ ਜਾਂਦੀ ਹੈ ਹਮ ਲਾ ਲਓ ਜੇ ਸਾਡਾ 15 ਕਿਲੋ ਵਜ਼ਨ ਵਧਿਆ 55 ਕਿਲੋ ਵਜ਼ਨ 70 ਹੋ ਗਿਆ ਉਹਨੇ 5 ਕਿਲੋ ਨਾਲ ਲੈ ਜਾਣਾ ਆਪਣਾ ਠੀਕ ਹੈ ਉਹਨੇ 50 ਤੇ ਆ ਜਾਣਾ ਹਾਂ ਜੇ 50 ਤੇ ਆਊਗਾ ਸਾਈਡ ਇਫੈਕਟ ਕੀ ਦਊਗਾ ਇੱਕ ਨੇ ਸਕਿਨ ਖਰਾਬ ਹੈਰ ਲੋਸ ਮੈਮਰੀ ਲੋਸ ਜੀ ਬੋਡੀ ਨਹੀਂ ਹੈਗੀ ਬੰਦੇ ਦਾ ਦਿਮਾਗ ਖਰਾਬ ਹੋ ਜਾਣਾ ਇਹ ਹੀ ਡੁਬਲੀਕੇਟ ਡੱਬੇ ਆ ਹਮੇਸ਼ਾ ਜਿਹੜੇ origignal ਡੱਬੇ ਹੁੰਦੇ ਆ ਪ੍ਰੋਟੀਨ ਤੁਹਾਡਾ ਕਦੀ ਵੀ weight gain ਨਹੀਂ ਕਰੂਗਾ ਉਹ ਮਸਲ ਸਾਈਜ਼ ਗੇਨ ਕਰਦਾ ਰਿਕਵਰੀ ਕਰਦਾ ਜਿਹੜਾ weight gainer ਜਾਂ lean gainer ਹੈ ਸਿਰਫ 2 ਤੋਂ 3 ਕਿਲੋ ਹੀ weight gain ਕਰੂਗਾ origignal ਫਿਰ ਆਮ ਬੰਦਾ ਹੁਣ ਡੁਪਲੀਕੇਟ ਤੇ origignal ਚ ਫਰਕ ਕਿਵੇਂ ਦੇਖੋਗਾ ਭਰਾ ਉਹ ਜਿਹੜਾ ਆਮ ਬੰਦਾ ਹੈ ਹੁਣ ਉਹ ਕੀ ਕਰੂਗਾ ਉਹਨੇ ਪਹਿਲੀ ਵਾਰੀ ਜਿਮ ਜੁਆਇਨ ਕੀਤਾ ਹੁੰਦਾ ਉਹਨੇ ਤਾਂ ਵਿਸ਼ਵਾਸ ਕੀਤੇ ਤੇ ਕਰਨਾ ਜੀ ਟ੍ਰੇਨਰ ਤੇ ਕਰਨਾ owner ਤੇ ਕਰਨਾ ਹੁਣ ਜੇ ਟ੍ਰੇਨਰ ਤੇ owner ਹੀ ਉਹਨੂੰ ਕਹਿੰਦੇ ਉਹਨਾਂ ਨੂੰ ਪੈਸੇ ਦੀ ਲਾਲਚ ਹੋ ਗਈ ਮੁੰਡਿਆਂ ਨੂੰ ਮੁੰਡਿਆਂ ਦਾ ਫਿਊਚਰ ਕਿਹਦੇ ਕਿਹਦੇ ਹੱਥ ਚ ਹੈ ਜੀ ਨਵੀਂ ਜਨਰੇਸ਼ਨ ਦਾ ਹਾਂ ਹੈਨਾ ਟਰੇਨਰਾਂ ਤੇ ਦੇ ਜਿਹੜੇ ਓਨਰ ਜਿਮ ਉਹਨਾਂ ਤੇ ਹੀ ਹਨ ਜੇ ਉਹ ਜੈਨੂਇਨ ਚੀਜ਼ ਦੇਣਗੇ ਤੇ ਮੁੰਡੇ ਤਾਂ ਹੀ ਅੱਗੇ ਵਧਣਗੇ ਹੂੰ ਕਈ ਵਾਰੀ ਮਿਸ ਗਾਈਡ ਕਰ ਦਿੰਦੇ ਆ ਜਿਹੜੇ ਇਸ ਇੰਡਸਟਰੀ ਨੂੰ ਖਰਾਬ ਕਰ ਰਹੇ ਆ ਜੀ ਫਿਟਨੈਸ ਇੰਡਸਟਰੀ ਨੂੰ ਬਦਨਾਮ ਕਰ ਰਹੇ ਆ ਕਈ ਕਈ ਵਾਰ ਟਰੇਨਰ ਜਿਵੇਂ ਕਹਦੀ ਵੀ ਬ੍ਰਾਂਡ ਨੂੰ ਪ੍ਰਮੋਟ ਵੀ ਕਰਦੇ ਨੇਗੇ ਡੱਬਿਆਂ ਵਾਲੇ ਨੂੰ ਹਾਂ ਪੈਸੇ ਲੈ ਕੇ ਹਾਂ ਤੇ ਉਹ ਅੱਗੇ ਆਪਣੇ ਬੱਚਿਆਂ ਨੂੰ ਦਿੰਦੇ ਵੀ ਨਹੀਂ ਮੈਨੂੰ ਕਿਹਨੇ ਬਿਲਕੁਲ ਹੁਣ ਅੱਜ ਹਿੰਦੂਸਤਾਨ ਦੇ ਵਿੱਚ ਪੂਰੇ ਇੰਡੀਆ ਭਾਰਤ ਦੇ ਵਿੱਚ ਕੀ ਹੋ ਚੁੱਕਾ ਹਰੇਕ ਬੰਦੇ ਜਿੰਨੇ 4-5 ਸਾਲ 2 ਸਾਲ 3 ਸਾਲ ਲਾਏ ਹੋਏ ਆ ਹਰੇਕ ਕੋਈ ਨਾ ਕੋਈ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ ਜੇ ਉਹ ਕੋਈ ਕੰਪਨੀ ਦਾ ਬ੍ਰਾਂਡ ਅੰਬੈਸਡਰ ਆਪਣੀ ਕੰਪਨੀ ਨੂੰ ਉਹ ਪ੍ਰਮੋਟ ਕਰੂਗਾ ਤੇ ਉਹੀ ਸਪਲੀਮੈਂਟ ਅੱਗੋਂ ਬੱਚਿਆਂ ਨੂੰ ਰეკਮੈਂਡ ਕਰੂਗਾ ਕਿਉਂਕਿ ਉਹ ਆਪ ਖਾ ਰਿਹਾ ਜੇ ਉਹ ਆਪ ਖਾ ਰਿਹਾ ਤੇ ਫਿਰ ਤਾਂ ਠੀਕ ਹੈ ਜੇ ਉਹ ਆਪ ਖਾ ਹੀ ਨਹੀਂ ਰਿਹਾ ਫਿਰ ਤਾਂ ਡੁਪਲੀਕੇਟ ਹੈ ਹੁਣ ਮੈਂ ਵਾਂ ਮੈਂ ਵੀ ਆ 5 ਐਕਸਲੋਟ੍ਰੇਸ਼ਨ ਦਾ ਬ੍ਰਾਂਡ ਮੈਸਟਰ ਹਾਂ ਜੀ 5 ਐਕਸਲੋਟ੍ਰੇਸ਼ਨ ਦਾ ਮੈਂ ਇੱਕ ਬ੍ਰਾਂਡ ਮੈਸਟਰ ਹਾਂ ਮੈਂ ਸਾਰੇ ਸਪਲੀਮੈਂਟ ਉਹੀ ਖਾਨਾ ਵਾਂ ਠੀਕ ਹੈ ਮੈਨੂੰ ਮੰਥਲੀ ਸਟੈਕ ਦਿੰਦੇ ਆ ਬਹੁਤ ਵੱਡਾ ਸਟੈਕ ਹੁੰਦਾ ਮੇਰਾ 4 ਕਿਲੋ ਪ੍ਰੋਟੀਨ ਲੱਗਦਾ ਮਹੀਨੇ ਦਾ ਜੀ ਦੋ ਡੱਬੇ ਦਾ ਮੈਨੂੰ ਆਈਸੋਲੇਟ ਦੇ ਦਿੰਦੇ ਆ ਬੀਸੀ ਗਲੂਟਾਮਾਈਨ ਕਰਟੀਨ ਉਸ ਤੋਂ ਬਾਅਦ ਪੰਪ ਹਾਊਸ ਸਪੋਰਟ ਫਿਊਲ ਹੋ ਗਿਆ ਇਹ ਸਾਰੇ ਸਪਲੀਮੈਂਟ ਦਿੰਦੇ ਮੈਂ ਖੁਦ ਖਾਨਾ ਮੈਨੂੰ ਪਤਾ ਨਹੀਂ ਹੈਗੇ ਨਾ ਮੇਰੀ ਸਕਿਨ ਖਰਾਬ ਹੈ ਮੇਰੀ ਸਕਿਨ ਕਿੰਨੀ ਸ਼ਾਈਨ ਕਰ ਰਹੀ ਹੈ ਮੈਂ ਸਪਲੀਮੈਂਟ ਉਹ ਖਾਣਾ ਵਾਂ ਜਿਹੜੇ ਸਪਲੀਮੈਂਟ ਵਧੀਆ ਹੁੰਦੇ ਹੈ ਜਿਹੜੀ ਕੰਪਨੀ ਦੇ ਮੈਂ ਟਰਸਟ ਕਰਦਾ ਜੇ ਮੈਂ ਪਹਿਲੇ ਆਪ ਖਾਣਾ ਤਾਂ ਮੁੰਡਿਆਂ ਨੂੰ ਦਿਨਾ ਵਾਂ ਕਿ ਹਾਂ ਵੀ ਠੀਕ ਹੈ ਜੈਨੂਨ ਕੰਪਨੀਆਂ ਉਹੀ ਹੁੰਦੀਆਂ ਜਿਹੜਾ ਬੰਦਾ ਸਪਲੀਮੈਂਟ ਦੇ ਜਿਹੜਾ ਬ੍ਰਾਂਡ ਮੈਸਟਰ ਬੰਦਾ ਜਿਹੜਾ ਖੁਦ ਖਾਂਦਾ ਅੱਗੂ ਮੁੰਡਿਆਂ ਨੂੰ ਦਿੰਦਾ ਤਾਂ ਹੀ ਕਰਕੇ ਉਹ ਸਪਲੀਮੈਂਟ ਵਧੀਆ ਹੁੰਦੇ ਹੈ ਜੇ ਆਪ ਉਹਨੇ ਖਾਦੇ ਤਾਂ ਹੀ ਪਤਾ ਲੱਗੂਗਾ ਨਾ ਹੁਣ ਚੱਕ ਕੇ ਕੀ ਕਰਦੇ ਆਪ ਤਾਂ ਖਾਂਦੇ ਨਹੀਂ ਮੁੰਡੇ ਨੂੰ ਦੇ ਦਿੰਦੇ ਹੈ ਜੀ ਇੱਕ ਦਿਨ ਤੁਹਾਨੂੰ ਆਇਆ ਉਹ ਫਿਰ ਇਦਾਂ ਦੀ ਕੰਪਨੀ ਦਾ ਵੀ ਪ੍ਰਦੀਪ ਆ ਚੱਕ ਬਈ ਪੈਸੇ ਸਾਡਾ ਜਿਹੜਾ ਡੱਬਾ ਕਰਦੇ ਪ੍ਰਮੋਟ ਮੈਨੂੰ ਬਥੇਰੇ ਸਪਲੀਮੈਂਟ ਸਟੋਰ ਤੇ ਬਥੇਰੀਆਂ ਕੰਪਨੀਆਂ ਨੇ ਮੈਨੂੰ ਆਫਰ ਦਿੱਤੀ ਐ ਪੈਸਿਆਂ ਦੀ ਜੀ ਕੀ ਤੂੰ ਸਾਡਾ ਮਾਲ ਵੇਚਣਾ ਖਾਣਾ ਨਹੀਂ ਹੈਗਾ ਵੇਚਣਾ ਆਪਾਂ ਕੂੜਾ ਥੋੜੀ ਨਾ ਵੇਚਣਾ ਅਸੀਂ 18 ਸਾਲ ਹੋ ਗਏ ਬੋਡੀ ਬਿਲਡਿੰਗ ਕਰਦੇ ਅਸੀਂ ਨਾਮ ਕਮਾਇਆ ਹੈ ਹਨਾ ਇੰਨਾ ਤਗੜਾ ਫੇਸ ਬਣਾਇਆ ਸਾਡੇ ਹੱਥ ਕੀ ਹੁੰਦਾ ਬੱਚਿਆਂ ਦੀ ਲਾਈਫ ਜੇ ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦਿੱਤੀ ਹੈ ਜਾਂ ਮੇਰੇ ਤੋਂ ਕੋਈ ਵੱਡਾ ਜਾਂ ਛੋਟਾ ਇੱਕ ਵਿਸ਼ਵਾਸ ਕਰਕੇ ਆਇਆ ਨਾ ਮੇਰੇ ਤੋਂ ਭਾਈ ਤੁਹਾਡੇ ਕੋਲ ਟ੍ਰੇਨਿੰਗ ਲੈਣੀ ਹੈ ਸਿੱਖਣਾ ਹੈ ਨਾ ਹੈਨਾ ਇੱਕ ਸਕੂਲ 'ਚ ਜਾਂਦਾ ਬੰਦਾ ਫਰਸਟ ਤੋਂ 10ਵਾਂ ਤੱਕ ਜਾਂਦਾ ਉਹੀ ਇੱਕ ਬਾਡੀ ਬਿਲਡਿੰਗ ਹੈ ਇੱਕੋ ਦਾਮ ਬੋਡੀ ਨਹੀਂ ਬਣਦੀ ਆਪਾਂ ਵੀ ਸਿੱਖੇ ਆਂ ਸਿੱਖ ਰਹੇ ਆਂ ਸਾਡੇ ਵੀ ਉਸਤਾਦ ਹੈ ਹੈਨਾ ਕੁਲਦੀਪ ਸਿੰਘ ਜੱਦਾ ਮੇਰਾ ਵੀ ਉਸਤਾਦ ਹੈ ਬਹੁਤ ਮੈਂ ਉਹਨਾਂ ਨੂੰ ਰਿਸਪੈਕਟ ਕਰਦਾ ਸਾਡੇ ਉਸਤਾਦ ਹੈ ਕੁਲਦੀਪ ਸਿੰਘ ਜੱਦਾ ਦਿੱਲੀ ਦੇ ਹੈ ਤੇ ਸਾਨੂੰ ਕੋਈ ਜੇ ਉਸਤਾਦ ਧਾਰਦਾ ਵਾ ਤੇ ਅਸੀਂ ਉਹਨੂੰ ਮਿਸਗਾਈਡ ਥੋੜੀ ਨਾ ਕਰਾਂਗੇ ਵਧੀਆ ਗਾਈਡ ਕਰਾਂਗੇ ਨਾ ਹਾਂ ਮੈਂ ਪਰ ਤੁਸੀਂ ਤਾਂ ਮੈਂ ਮਿਸਟਰ ਪੰਜਾਬ ਕਿੰਨੇ ਵਾਰ ਆ ਚੁੱਕਾ ਮਿਸਟਰ ਇੰਡੀਆ ਮਿਸਟਰ 올림픽 ਆ ਪਰ ਕਿੰਨੇ ਕ ਪੈਸੇ ਦੀ ਆਫਰਾਂ ਦਿੱਤੀਆਂ ਨੇ ਕਿ ਕੰਪਨੀਆਂ ਨੇ ਬੁਥੇਰੀ ਆਫਰਾਂ ਦਿੰਦੇ ਕਿਉਂ ਦਿੰਦੇ ਕਿਉਂਕਿ ਫੇਸ ਆ ਨਾ ਉਹਨਾਂ ਨੂੰ ਪਤਾ ਹੈ ਜੇ ਇਹਦਾ ਫੇਸ ਹੈਗਾ ਸਪਲੀਮੈਂਟ ਜਿੱਦਾਂ ਵੀ ਇਹ ਵੇਚ ਦੂਗਾ ਜੇ 500 ਦਾ ਡੱਬਾ ਜੇ 5000 ਚ ਵੀ ਵੇਚ ਦੂਗਾ ਤਾਂ ਵੀ ਮੁੰਡੇ ਲੈ ਲੈਣਗੇ ਮੈਂ ਕਿਉਂ ਕਰਾਂ ਇਦਾਂ ਕਿਉਂਕਿ ਮੇਰੇ ਹੱਥ ਮੁੰਡੇ ਦੀ ਲਾਈਫ ਹੈ ਜੀ ਮੇਰੇ ਕੋ ਇੱਕ ਵਾਰੀ ਲੈ ਲੂਗਾ ਮੁੜ ਕੇ ਬਾਅਦ ਵਿੱਚ ਮੈਨੂੰ ਗਾਲਾਂ ਕੱਢੂਗਾ ਮੈਂ ਗਾਲਾਂ ਖਾਂ ਥੋੜੀ ਨਾ ਆਇਆ ਜੀ ਮੈਂ ਤਾਂ ਉਹਨੂੰ ਕਹਿੰਦੇ ਇੱਕ ਸੇਵਾ ਕਰਨ ਆਇ ਇਹ ਲੋਕਾਂ ਨੇ ਪਿਆਰ ਕਰਕੇ ਠੋਕਰਾਈਆਂ ਫਰ ਆਫਰਾਂ ਇਹ ਮੈਂ ਜਿਹੜੇ ਮੁੰਡੇ ਮੇਰੇ ਨਾਲ ਜੁੜੇ ਇੰਨੇ ਹੁਣ ਤੁਹਾਨੂੰ ਪਤਾ ਹੈ ਕਿ ਕਿੰਨੇ ਮੁੰਡੇ ਮੇਰੇ ਤੋਂ ਬਾਹਰੋਂ ਵੀ ਆਂਦੇ ਆ ਫੋਰਨ ਕੰਟਰੀਆਂ ਤੋਂ ਵੀ ਆਂਦੇ ਹਨਾ ਪੂਰੇ ਇੰਡੀਆ ਤੋਂ ਮੇਰੇ ਕੋਲ ਇੱਥੇ ਰਹਿੰਦੇ ਵੀ ਆ ਦੋ ਦੋ ਤਿੰਨ ਤਿੰਨ ਮਹੀਨੇ ਵੀ ਰਹਿੰਦੇ ਆ ਉਹ ਪਿਆਰ ਖਟਿਆ ਹੋਇਆ ਉਹਨਾਂ ਨੂੰ ਉਹ ਚੀਜ਼ਾਂ ਦਿੱਤੀਆਂ ਹੋਈਆਂ ਚਾਹੇ ਉਹਨਾਂ ਨੂੰ ਮਾਰਕੀਟ ਤੋਂ ਵੀ ਮਿਲ ਜਾਣਗੀਆਂ ਪਰ オリジナル ਨਹੀਂ ਮਿਲਣਗੀਆਂ ਜੀ ਆਪਾਂ オリジナル ਚੀਜ਼ ਦੇਈ ਦੀ ਹੈ ਜੋ ਵੀ ਦੇਈ ਦੀ ਹੈ ਚਾਹੇ ਡਾਈਟ ਹੋ ਜਵੇ ਜਾਂ ਸਪਲੀਮੈਂਟ ਹੋ ਜਵੇ ਜਾਂ ਕਿਸੇ ਦਾ ਕੁਝ ਵੀ ਹੋ ਜਵੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਜੀ ਸਾਡੇ ਨਾਲ ਗਲਤ ਨਹੀਂ ਕਰਨ ਜੇ ਮੈਨੂੰ ਉਹ ਦੇਖਦੇ ਨਾ ਖੁਦ ਉਹਦਾ ਦਾ ਬੰਨਾ ਚਾਹੁੰਦੇ ਆ ਹੂੰ ਕਿਉਂ ਬੰਨਾ ਚਾਹੁੰਦੇ ਆ ਉਹ ਦੂਰੋਂ ਦੇਖ ਕੇ ਕਹਿੰਦੇ ਭਾਈ ਤੁਹਾਡੇ ਵਰਗਾ ਕਿਉਂ ਬੰਨਾ ਕਿਉਂਕਿ ਮੇਰੀ ਬਾਡੀ ਤੇ ਇੱਕ ਵੀ ਐਕਨੇ ਨਹੀਂ ਹੈ ਮੇਰੀ ਬਾਡੀ ਦੇ ਹੈਅਰਲੋਸ ਨਹੀਂ ਹੈਗੇ ਹੂੰ ਦੂਰੋਂ ਸ਼ਾਈਨ ਕਰਦਾ ਕਿਉਂ ਕਰਦਾ ਇਹ ਇੱਕ ਗੋਡ ਗਿਫਟਡ ਵੀ ਹੁੰਦਾ ਇੱਕ ਆਪਣੀ ਡਾਈਟ ਦਾ ਵੀ ਖਿਆਲ ਰੱਖਣਾ ਪੈਂਦਾ ਤੇ ਪਰਮਾਤਮਾ ਦੀ ਵੀ ਇੱਕ ਮਿਹਰ ਹੁੰਦੀ ਹੈ ਬਿਲਕੁਲ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਪਹਿਲਵਾਨ ਬੰਦੇ ਨੂੰ ਮੇਰੀ ਬਾਡੀ ਬਣ ਗਈ ਸੰਤ 18 ਸਾਲ ਹੋ ਗਏ ਅਸੀਂ ਕਦੀ ਨਹੀਂ ਕਿਸੇ ਨੂੰ ਕਿਹਾ ਆ ਮੇਰਾ ਡੋਲਾ ਦੇਖ ਲੈ ਆ ਕੇ ਹੱਥ ਲਾਂਦਾ ਵਾ ਉਹਨੂੰ ਵਧੀਆ ਲੱਗਦਾ ਚੱਲੇ ਜਾਂਦਾ ਵਾ ਜੀ ਜਿਵੇਂ ਨਵੇਂ ਮੁੰਡੇ ਨਾ ਜੈਮਰਾ ਚਾਹ ਹੁੰਦਾ ਉਹਨਾਂ ਨੂੰ ਜੇ 16 ਸਾਲ ਦੀ ਉਮਰ ਦਾ ਸੀ ਨਾ 16 ਸਾਲ ਦੇ ਜਾ ਕੇ ਜਾਂਦੇ ਬਿਲਕੁਲ ਬਿਲਕੁਲ ਉਹ ਉਹੀ ਚੀਜ਼ਾਂ ਚ ਪੈਂਦੇ ਨੇ ਉਹਨਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵਾ ਦੇਖੋ ਇਹ ਜਿਹੜੀ ਟੀਨੇਜਰ ਹੁੰਦੀ ਹੈ ਨਾ ਪਾਜੀ ਹੂੰ ਟੀਨੇਜਰ ਦਾ ਮਤਲਬ ਹੁੰਦਾ 13 ਤੋਂ 19 ਸਾਲ ਦੀ ਉਮਰ ਟੀਨੇਜਰ ਹੁੰਦੀ ਹੈ ਜਿਹੜਾ ਟੀਨੇਜਰ ਦੇ ਜਿਹੜੇ ਮੁੰਡੇ ਆ ਉਹਨਾਂ ਨੂੰ ਐਡਵਾਂਸ ਲਾਈਫ ਮਿਲ ਚੁੱਕੀ ਹੋਈ ਸਾਢੇ ਤੋਂ ਵੀ ਜੀ ਅਸੀਂ ਜਦੋਂ ਟੀਨੇਜਰ ਚ ਸੀਗੇ ਹੂੰ 13 ਤੋਂ 19 ਦੇ ਵਿੱਚ ਸਾਨੂੰ ਕਿਦ ਐਲਈਡੀਆਂ ਸੀਗੇ ਏਸੀ ਸੀਗੇ ਅਸੀਂ ਤਾਂ ਉੱਪਰ ਕੋਠਿਆਂ ਤੇ ਪੈ ਜਾਂਦੇ ਸੀਗੇ ਮੰਜੇ ਲਾ ਕੇ ਕੂਲਰ ਲਾ ਕੇ ਉਹਨਾਂ ਨੂੰ ਐਡਵਾਂਸ ਲਾਈਫ ਮਿਲ ਗਈ ਐ ਉਹ ਜਦੋਂ ਇੰਸਟਾਗ੍ਰam ਦੇਖਦੇ ਨਾ ਵਧੀਆ ਵਧੀਆ ਟਾਪ ਦੇ ਇਨਫਲੂਐਂਸਰ ਦੇਖਦੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੁੰਦੀ ਐ ਹਨਾ ਉਹ ਕਹਿੰਦੇ ਅਸੀਂ ਇੱਦਾਂ ਦੇ ਬਣ ਜਾਈਏ ਉਹ ਫਿਰ ਸ਼ਾਰਟਕਟ ਕਰਦੇ ਐ ਜੀ ਉਹ ਸੋਚਦੇ ਐ ਕਿਦਾਂ ਅਸੀਂ ਜ਼ਿਆਦਾ ਖਾਣਾ ਬਣ ਜਾਾਂਗੇ ਡਾਈਟ ਉਹ ਸੋਚਦੇ ਅਸੀਂ ਜ਼ਿਆਦਾ ਸਪਲੀਮੈਂਟ ਖਾਣਾ ਬਣ ਜਾਾਂਗੇ ਉਹ ਸੋਚਦੇ ਐ ਅਸੀਂ ਜ਼ਿਆਦਾ weight ਲਾਣਾ ਬਣ ਜਾਾਂਗੇ ਨਹੀਂ ਜੇ ਤੁਸੀਂ ਫਸਟ ਚੋਂ ਨਾ ਤੇ 10th ਤੱਕ ਆਂਦੇ ਹਾਂ ਤੇ 10 ਸਾਲ ਲੱਗਦੇ 10 11 ਸਾਲ ਤੇ ਬੋਡੀ ਬਿਲਡਿੰਗ ਵੀ ਇਤਨੀ ਹੈ ਟਾਈਮ ਮੰਗਦੀ ਹੈ ਮੈਂ ਤਾਂ 18 ਸਾਲ ਲਾਏ ਆ 5-7 ਸਾਲ ਦੇ ਵਿੱਚ ਵਧੀਆ ਬੋਡੀ ਬੰਦੀ ਨੂੰ ਟਾਈਮ ਲੱਗਦਾ ਸ਼ਾਰਟਕਟ ਕੁਝ ਵੀ ਨਹੀਂ ਹੈਗਾ ਤੇ ਨਵੀਂ ਜਿਹੜੀ ਅੱਜ ਦੀ ਸਾਡੀ ਯੂਥ ਹੈ ਜਿਹੜੀ ਅੱਜ ਦੇ ਜਨਰੇਸ਼ਨ ਹੈ ਜਨਰੇਸ਼ਨ ਟੂ ਜਨਰੇਸ਼ਨ ਹੈ ਜਿਹੜੀ ਅੱਜ ਦੀ ਸਾਡੀ ਯੂਥ ਹੈ ਟੀਨੇਜਰ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਮੈਂ ਵੀ ਇਹੀ ਉਮਰ 'ਚੋਂ ਨਿਕਲੇ ਆਵਾ ਸਲੋ ਚੱਲੋ ਇਹ ਸਲੋ ਇਨ ਦਾ ਸਟੱਡੀ ਹੈ ਇਹ ਡੱਡੂ ਦੀ ਚਾਲ ਹੈ ਜੇ ਤੁਸੀਂ ਖਰਗੋਸ਼ ਬਣ ਜੋਗੇ ਫਿਰ ਤੁਸੀਂ ਮਤਲਬ ਢੇਰੀ ਹੋ ਜਾਓਗੇ ਜੇ ਤੁਸੀਂ ਡੱਡੂ ਤੁਹਾਨੂੰ ਬੜਾ ਜਿੱਤਿਆ ਸੀ ਨਾ ਰਾਉਣਾ ਹੌਲੀ ਹੌਲੀ ਇਹ ਉਹੀ ਚਾਲ ਹੈ ਮਿੱਠੀ ਚਾਲ ਹੈ ਇੱਚ ਬਹੁਤ ਪੇਸ਼ੈਂਸ ਚਾਹੀਦਾ ਬਾਡੀ ਤਾਂ ਬਣਦੀ ਹੁੰਦੀ ਹੈ ਜੇ ਦਿਮਾਗ ਨਾਲ ਬੰਦਾ ਦਿਲ ਨਾਲ ਚੱਲੇ ਜੀ ਠੀਕ ਹੈ ਨਾ ਜੇ ਕਿਸੇ ਨੂੰ ਆਪਣਾ ਉਸਤਾਦ ਧਾਰੇ ਤੇ ਉਸਤਾਦ ਵੀ ਕਵੇ ਸਲੋ ਚੱਲ ਤਾਂ ਜਾ ਕੇ ਬਾਡੀ ਬੰਨੀ ਸ਼ਾਰਟਕਟ ਕੁਝ ਨਹੀਂ ਹੈਗਾ ਮਿਹਨਤ ਕਰਨੀ ਹੀ ਪੈਣੀ ਐ ਖੇ ਲਾਣੀ ਪੈਣੀ ਡਾਈਟ ਖਾਣੀ ਪੈਣੀ ਐ ਸਪਲੀਮੈਂਟ ਖਾਣੇ ਪੈਣੇ ਐ ਜੇ ਉਸ ਤੋਂ ਬਾਅਦ ਤੁਸੀਂ ਚਾਹਦੇ ਹੋ ਕਿ ਅਸੀਂ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਕਰਨੀ ਕੰਪੀਟੀਸ਼ਨ ਕਰਨਾ ਫਿਰ ਤੁਸੀਂ ਮੈਡੀਸਨ ਵਾਲਾ ਹੋਗੇ ਸਬਰ ਦਾ ਫਲ ਜਿਵੇਂ ਕਹਦੇ ਮਿੱਠਾ ਹੁੰਦਾ ਮਿੱਠਾ ਹੁੰਦਾ ਠੀਕ ਹੈ ਫਲ ਜੇ ਪੱਕੂਗਾ ਤਾਂ ਹੀ ਖਾਵਾਂਗੇ ਨਾ ਹੁਣ ਕੇਲਾ ਕੱਚਾ ਤਾਂ ਖਾ ਨਹੀਂ ਸਕਦੇ ਬਨਾਣਾ ਜਿਹੜਾ ਕਿੱਦਾ ਦਾ ਹੁੰਦਾ ਗ੍ਰੀਨ ਕਲਰ ਦਾ ਉਹਨੂੰ ਪੇੜ ਤੋਂ ਲਾਵਾਂਗੇ ਆਪਾਂ ਥੋੜੀ ਨਾਲ ਖਾ ਲਾਂਗੇ ਉਹ ਤਾਂ ਬਰਫ਼ 'ਚ ਲੱਗੂਗਾ ਤਾਂ ਹੀ ਜਾ ਕੇ ਪੱਕੂਗਾ ਨਾ ਉਹਨੂੰ ਵੀ ਦੋ ਦਿਨ ਲੱਗਦੇ ਆ ਨਾ ਸਾਲਾ ਲੱਗਦਾ ਬਰਫ਼ ਲੱਗਦੀ ਐ ਦੋ ਦਿਨ ਲੱਗਦੇ ਐ ਬੋਡੀ ਬਣਾਣ ਨੂੰ ਵੀ ਕਈ ਸਾਲ ਲੱਗ ਜਾਂਦੇ ਆ ਹਮਮ ਇੱਕ ਨੁੱਤ ਹੀ ਇਹ ਕਿਹਾ ਵੀ ਅਸੀਂ ਅਸ ਮੰਜਿਆਂ ਤੇ ਸੌਂਦੇ ਸੀ ਰਾਲਕੁਰਤ ਛੱਤ ਤੇ ਨਾ ਹੁਣ ਏਸੀ ਚ ਸੌਣ ਲੱਗ ਗਏ ਤੁਸੀਂ ਕਹਿੰਦੇ ਮੇਰੇ 20 ਘੰਟੇ ਮੈਂ ਵਰਕ ਕਰਦਾ ਤੇ 4 ਘੰਟੇ ਮੈਂ ਸੌਣਾ ਫਿਰ ਪਰਿਵਾਰ ਦੇ ਲਈ ਟਾਈਮ ਕਦੋਂ ਕੱਢਦੇ ਆ ਉਹ ਸਮਾਂ ਯਾਦ ਆਉਂਦਾ ਉਹ ਜਿਹੜੇ ਮੇਰੇ ਉਹਨੂੰ ਕਹਿੰਦੇ ਭਾਜੀ 4 ਘੰਟੇ ਜਿਹੜੇ ਜਿਹੜੇ ਮੈਂ ਸੌਣਾ ਵਾ ਉਹ ਤਾਂ ਮੈਂ ਘਰੇ ਹੁੰਨਾ ਠੀਕ ਹੈ 4 ਘੰਟੇ ਸੌਣਾ ਮੈਂ ਘਰੇ ਹੁੰਨਾ 4 ਘੰਟਿਆਂ ਦੇ ਵਿੱਚੋਂ ਭਾਜੀ ਲਾ ਕੇ ਚੱਲੋ ਮੈਂ 6 ਘੰਟੇ ਬਾਹਰ ਹੁੰਨਾ ਠੀਕ ਹੈ ਉਹ 6 ਘੰਟੇ ਕਿਹੜੇ ਹੁੰਦੇ ਮੇਰੇ 2 ਘੰਟੇ ਮੈਂ ਬਾਹਰ ਕੰਮ ਕਰਨਾ ਹੁੰਦਾ ਜੀ ਤਿੰਨ ਚਾਰ ਘੰਟੇ ਮੈਂ ਜਿਮ 'ਚ ਰਹਿਣਾ ਵਾ ਹਾਂ ਬਾਕੀ ਕਿੰਨੇ ਬਚੇ ਜੀ ਕਿੰਨੇ ਬਚੇ ਬਾਕੀ ਤੁਸੀਂ ਚਾਰ ਚਾਰ ਘੰਟੇ ਤੇ 6 ਕਿੰਨੇ ਹੋ ਗਏ 10 10 ਬਾਕੀ 14 ਘੰਟੇ ਮੈਂ ਘਰ ਹੀ ਰਹਿਣਾ 14 ਘੰਟੇ ਪਰਿਵਾਰ ਨਾਲ ਹਾਂ ਕਿਉਂ ਰਹਿਣਾ ਵਾ ਕਿਉਂਕਿ ਮੈਂ ਮੀਲਾ ਲੈਣੀ ਆ ਮੀਲਾ ਕਿੱਥੋਂ ਮਿਲਨੀ ਆ ਮੈਨੂੰ ਮੈਂ 6 ਮੀਲਾ ਖਾਣਾ ਅੱਛਾ ਮੇਰੀਆਂ 6 ਮੀਲਾ ਮੇਰੇ 6 ਭੋਜਨਾਂ ਡੇਲੀ ਦੇ 6 ਮੀਲਾ ਖਾਣੀਆਂ ਹੁੰਦੀਆਂ ਉਹ ਮੈਨੂੰ ਕਿੱਥੋਂ ਮਿਲਣਗੀਆਂ ਬਾਹਰੋਂ ਥੋੜੀ ਨਾ ਮਿਲਣੀਆਂ ਆਂਦਾ ਘਰੋਂ ਹੀ ਮਿਲਣੀਆਂ ਰੂਲ ਕੀ ਰਹਿੰਦਾ ਸਵੇਰ ਤੋਂ ਲੈ ਕੇ ਥੋੜੀ ਸਵੇਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਮੈਂ 9 ਵਜੇ ਉੱਠਦਾ ਉੱਥੋਂ ਦੇ ਸਾਰੀ ਮੇਰਾ ਪਹਿਲੇ ਉਹਨਾਂ ਕਹਿੰਦੇ ਬਰਸ਼ ਕਰਕੇ ਫਰੈਸ਼ ਹੋ ਕੇ ਪਾਣੀ ਪੀ ਕੇ ਮੇਰਾ ਚਿਕਨ ਹੈ ਜੀ ਚਿਕਨ ਨਾਲ ਉਸ ਤੋਂ ਬਾਅਦ ਮੇਰਾ ਸੈਲਡ ਹੈ ਸੈਕਿੰਡ ਮੀਲ ਮੇਰੀ ਜਿਹੜੀ ਹੈਗੀ ਆ 2 ਘੰਟੇ ਬਾਅਦ ਫਿਰ ਮੇਰੇ 8 ਤੋਂ 10 ਅੰਡੇ ਆ ਤੇ ਨਾਲੇ ਉਸ ਤੋਂ ਬਾਅਦ 250 ਗ੍ਰਾਮ ਪਟੈਟੋ ਆ ਆਲੂ ਜਿਹਨੂੰ ਕਹਿੰਦੇ ਆਪ ਆਪ ਤਿਆਰ ਕਰਦੇ ਸਾਰਾ ਕੁਝ ਭਾ ਉਸ ਤੋਂ ਬਾਅਦ ਫਿਰ 4-5 ਵਜੇ ਫਿਰ ਮੇਰੀ ਮੀਲ ਹੈ ਚਿਕਨ ਰਾਈਸ ਹੂੰ ਠੀਕ ਹੈ ਫਿਰ 6 ਵਜੇ ਮਾਈ ਦਾ ਜੀ ਫਿਰ ਉਸ ਤੋਂ ਬਾਅਦ 10 ਵਜੇ ਫ੍ਰੀ ਹੋਈਦਾ ਫਿਰ ਚਿਕਨ ਰਾਈਸ ਜਾਂ ਸੈਲਡ ਫਿਰ ਰਾਤ ਨੂੰ ਫਿਸ਼ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆ ਖਾਓ ਮੈਂ ਅਜੇ ਦੀ ਯੂਥ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਇੰਨੀ ਡਾਈਟ ਖਾਓ ਕਿਉਂਕਿ ਮੇਰੀ ਬਾਡੀ ਨੂੰ ਨੀਡ ਹੈ ਮੇਰੇ ਇੰਨੇ ਮਸਲ ਬਣ ਚੁੱਕੇ ਮੈਂ ਤਾਂ ਖਾ ਰਿਹਾ ਮੇਰੇ ਲੀਵਰ ਮੇਰਾ ਲੀਵਰ ਅਸੈਪਟ ਕਰ ਰਿਹਾ ਠੀਕ ਹੈ ਮੇਰਾ ਲੀਵਰ ਚੱਕ ਰਿਹਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇੰਨਾ ਚਿਕਨ ਖਾਓ ਤਾਂ ਬੋਡੀ ਬਣੇਗੀ ਸਭ ਦੇ ਆਪਣੀ ਬੋਡੀ ਦਾ ਹਿਸਾਬ ਹੁੰਦਾ ਜੀ ਜਿਹੜੀ ਸਭ ਦੀ ਜਿੰਨਾ ਦੀ ਵੀ ਬੋਡੀ ਹੁੰਦੀ ਨਾ ਮੁੰਡਿਆਂ ਦੀ ਬੋਡੀ ਬਿਲਡਰਾਂ ਦੀ ਜਾਂ ਜਮੇ ਮੁੰਡੇ ਆ ਉਹਨਾਂ ਦਾ ਪਤਾ ਹੁੰਦਾ ਕਿ ਉਹਨੇ ਕੀ ਪਛਾਣਾ ਮੇਰਾ ਲੀਵਰ ਤਾਂ ਪਛਾ ਲੈਂਦਾ ਹੈ ਨਾ ਮੈਂ ਖਾ ਲੈਣਾ ਵਾ ਸਭ ਦੀ ਬੋਡੀ ਦਾ ਅਲੱਗ-ਅਲੱਗ ਹਿਸਾਬ ਹੁੰਦਾ ਬੋਡੀ weight ਦੇ ਹਿਸਾਬ ਨਾਲ ਉਹ ਬੋਡੀ ਦੇਖ ਕੇ ਹੀ ਡਾਈਟ ਚੜ ਬੰਦ ਆ ਜੀ ਜਿਵੇਂ ਵੀਰੇ ਚਿਕਨ ਦੀ ਗੱਲ ਕੀਤੀ ਵੀ ਚਿਕਨ ਆਪਣੀ ਉਸ ਹਿਸਾਬ ਨਾਲ ਖਾਓ ਫਿਰ ਕਿਸ ਤਰ੍ਹਾਂ ਖਾਣਾ ਕਿਸ ਤਰ੍ਹਾਂ ਚਿਕਨ ਖਾਈਦਾ ਕਿਉਂਕਿ ਆਪਾਂ ਆਮ ਕਰਕੇ ਜਾਂਦੇ ਨੇ ਮੁੰਡੇ ਸਾਡੇ ਅਰਗੇ ਵੀ ਯਾਰ ਚਲੋ ਯਾਰ ਚਿਕਨ ਖਾਈਏ ਕਰਾ ਲਓ ਆਹ ਆਪਣੀ ਪਲੇਟ ਫੁੱਲ ਪਲੇਟ ਕਰਾ ਲਓ ਆਹੀ ਹੁੰਦਾ ਨਾ ਇੱਕ ਮੇ ਖਾਣਾ ਇੱਕ ਮੇ ਦੇਖੋ ਜਿਹੜਾ ਚਿਕਨ ਹੈ ਮੈਂ ਪਹਿਲੇ ਵੀ ਇੱਕ ਪੋਡਕਾਸਟ ਦੇ ਵਿੱਚ ਆਪਣਾ ਇੱਕ ਪਿਆਰਾ ਦੋਸਤ ਸੀਗਾ ਉਹਦੇ ਪੋਡਕਾਸਟ ਦੇ ਵਿੱਚ ਮੈਂ ਬੋਲਿਆ ਸੀ ਪੋਡਕਾਸਟ 'ਚ ਕਿ ਜਿਹੜਾ ਚਿਕਨ ਹੈ ਚਿਕਨ ਵੀ ਕਈ ਤਰ੍ਹਾਂ ਦਾ ਹੁੰਦਾ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਚਿਕਨ ਠੀਕ ਹੈ ਚਿਕਨ ਵੀ ਕਈ ਤਰ੍ਹਾਂ ਦਾ ਹੁੰਦਾ ਕਿਵੇਂ ਪਾਜੀ ਤੁਹਾਨੂੰ ਪਤਾ ਬਰਾਊਨ ਤੇ ਵਾਈਟ ਚਿਕਨ ਹੁੰਦਾ ਕਿਹੜਾ ਬਰਾਊਨ ਤੇ ਵਾਈਟ ਹੁੰਦਾ ਦੇਸੀ ਮੁਰਗਾ ਦੇ ਫਾਰਮੀ ਸਮਝ ਗਏ ਹੂੰ ਹੂੰ ਚਿੱਟਾ ਮੁਰਗਾ ਤੇ ਦੇਸੀ ਮੁਰਗਾ ਫਰਕ ਆ ਗਿਆ ਦੋ ਤਾਂ ਇਹੀ ਹੋਗੇ ਹੂੰ ਚਿਕਨ ਵੀ ਭਾਜੀ ਕਈ ਤਰ੍ਹਾਂ ਦਾ ਹੁੰਦਾ ਹੁਣ ਅਸੀਂ ਦੇਸੀ ਦਾ ਖਾਣਾ ਨਹੀਂ ਉੱਚ ਫੈਟ ਜ਼ਿਆਦਾ ਕਿਉਂ ਹੋਊਗਾ ਜੀ ਅਸੀਂ ਖਾਣੇ ਸਪਲਾਈ ਸਪਲਾਈ ਜਿਹੜਾ ਹੁੰਦਾ ਨਾ ਭਾਜੀ ਮੁਰਗਾ 6-700 ਗ੍ਰਾਮ ਦਾ ਹੁੰਦਾ ਠੀਕ ਹੈ ਕਿੰਨੇ ਗ੍ਰਾਮ ਦਾ 6-700 ਗ੍ਰਾਮ ਹਾਂ 6-700 ਗ੍ਰਾਮ ਦਾ ਸਪਲਾਈ ਹੁੰਦਾ ਉਹਦੀ ਜਿਹੜੀ ਚਸਟ ਹੁੰਦੀ ਹੈ ਨਾ ਹੂੰ ਜਿਹਨੂੰ ਅੱਜ ਕੱਲ ਬਹੁਤ ਪੜੇ ਲਿਖੇ ਬਰਸ਼ਟ ਕਹਿ ਦਿੰਦੇ ਐ ਉਹ ਹੁੰਦੀ ਸਾਲੀ ਚਸਟ ਹੀ ਐ ਹਾਂ ਨਾ ਤਾਂ ਹੀ ਛਾਤੀ ਬਣੀ ਹੋਈ ਚਸਟਾ ਖਾ ਖਾ ਕੇ ਤੇ ਉਹ ਜਿਹੜੀ ਚਸਟਾ ਨਾ ਬੋਲ ਲੱਸ ਹੱਡੀ ਤੋਂ ਬਗੈਰ ਆਪਾਂ ਚਿਕਨ ਖਾਣੇ ਆ ਸਪਲਾਈ ਜਿਹੜਾ 6 700 ਗ੍ਰਾਮ ਦਾ ਹੁੰਦਾ ਉਹ ਚ ਜ਼ਿਆਦਾ ਪ੍ਰੋਟੀਨ ਹੁੰਦਾ ਜੀ ਬਾਕੀ ਜਿਹੜੇ ਵੱਡੇ ਮੁਰਗੇ ਹੁੰਦੇ ਆ ਜਿਵੇਂ ਕਿਲੋ ਦੇ 2 ਕਿਲੋ ਦੇ 1.5 ਕਿਲੋ ਦਾ 1.5 ਕਿਲੋ ਦਾ ਉਹ ਹੁੰਦੇ ਵਿਆਹਾਂ ਵਾਸਤੇ ਅੱਛਾ ਵਿਆਹਾਂ ਅੱਗੇ ਵਿਆਹਾਂ ਦਾ ਚਿਕਨ ਲੱਗਉਂਦਾ ਕੋਈ ਵਿਆਹ ਜਿਵੇਂ ਹੁਣ ਕਿਸੇ ਨੇ ਲਾ ਲਓ ਕੋਈ ਪਾਰਟੀ ਪੁਲਟੀ ਰੱਖੀ ਆ ਜਾਂ ਫੰਕਸ਼ਨ ਕਰਾਉਣਾ ਗਣਾ ਯਾਰ ਆ ਕਿਲੋ 2 ਕਿਲੋ ਵਾਲਾ ਮੁਰਗਾ ਲਾਉੜੇ ਵਿੱਚ ਤੰਦੂਰ 'ਚ ਖਵਾਈ ਚੱਲ ਉਹ ਹੁੰਦਾ ਸਸਤਾ ਉਹ ਫੋਕਾ ਹੁੰਦਾ ਉਹ 'ਚ ਕੁਝ ਨਹੀਂ ਹੁੰਦਾ ਭਾਜੀ ਉਹ ਬਸ ਇੱਕ ਨਾਮ ਦਾ ਚਿਕਨ ਹੁੰਦਾ ਜੀ ਸਪਲਾਈ ਜਿਹੜਾ ਚਿਕਨ ਹੈ ਨਾ ਜੇ ਲੁਧਿਆਣੇ ਦੇ ਵਿੱਚ ਆਪਾਂ ਨੂੰ ਸਪਲਾਈ ਮਿਲ ਰਿਹਾ ਪੂਰੇ ਪੰਜਾਬ 'ਚ ਸਪਲਾਈ ਮਿਲ ਰਿਹਾ 6-700 ਗ੍ਰਾਮ ਦਾ ਚਿਕਨ ਹੁੰਦਾ ਉਹੀ ਚਿਕਨ ਖਾਣ ਵਾਲਾ ਹੁੰਦਾ ਉਹ 'ਚ ਪ੍ਰੋਟੀਨ ਜ਼ਿਆਦਾ ਹੁੰਦਾ ਅਜੇ ਵਿਆਹ 'ਚ ਤੁਸੀਂ ਜਾਣੇ ਹੋ ਫਿਰ ਦੇਖਦੇ ਵਿੱਚ ਕੀ ਜਾ ਕੇ ਨੋਟ ਮੈਨੂੰ ਤਾਂ ਪਤਾ ਲੱਗ ਜਾਂਦਾ ਪਾਜੀ ਮੈਨੂੰ ਤਾਂ ਇੰਨੇ ਸਾਲ ਹੋ ਗਏ ਆ ਮੈਨੂੰ ਤਾਂ 18 ਸਾਲ ਤੋਂ ਵੀ 20 ਸਾਲ ਹੋ ਗਏ ਨੇ ਮੇਰੇ ਘਰੇ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਕਿਹੜੀ ਚੀਜ਼ ਖਾਣੀ ਕਿਹੜੀ ਨਹੀਂ ਖਾਣੀ ਡੈਡੀ ਮੇਰੇ ਨੇ ਸਿਖਾਈ ਏ ਠੀਕ ਹੈ ਮੈਂ ਤਾਂ ਦੇਖ ਕੇ ਦੱਸ ਦੇਣਾ ਇਹ ਚਿਕਨ ਕਿਹੜਾ ਮੁਰਗਾ ਕਿਹੜਾ ਵਾ ਹ ਉਹ ਤਾਂ ਰਵਟ ਹੈ ਜਿਹੜਾ ਵੱਡਾ ਮੁਰਗਾ ਰਵਟ ਹੈ ਹਾਂ ਹੁਣ ਜਦੋਂ ਅਸੀਂ ਜਾਣੇ ਆ ਅਸੀਂ ਕਹਿੰਦੇ ਅੰਡੇ ਅੰਡੇ ਅੰਡਿਆਂ ਦੀ ਲਾ ਲਓ ਤੁਸੀਂ ਜੀ ਅੰਡੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਉਹ ਕਿਵੇਂ ਮਤਲਬ ਫੇਰ ਉਹੀ ਗੱਲ ਆ ਗਈ ਅੰਡਿਆਂ ਦੀ ਬਰਾਊਨ ਤੇ ਵਾਈਟ ਬਰਾਊਨ ਕਿਹੜਾ ਹੁੰਦਾ ਦੇਸੀ ਤੇ ਵਾਈਟ ਕਿਹੜਾ ਹੁੰਦਾ ਜਿਹੜਾ ਨੋਰਮਲ ਹੁੰਦਾ ਦੋ ਤਰ੍ਹਾਂ ਦੇ ਦਾ ਹੋਏਗੇ ਉਹ ਅੰਡੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਆਰਗੈਨਿਕ ਅਗ ਹੁੰਦੇ ਦੇਸੀ ਐਗ ਹੁੰਦੇ ਨੋਰਮਲ ਜਿਹੜੇ ਐਗ ਹੁੰਦੇ ਨਾ ਜਿਹੜੇ ਜਿੱਦਾਂ ਵੱਡਾ ਅੰਡਾ ਹੋਊਗਾ ਹਮ ਜਿੰਨਾ ਅੰਡੇ ਦਾ ਸਾਈਜ਼ ਵੱਡਾ ਹੋਊਗਾ ਨਾ ਉਹ ਅੰਡਾ ਭਾਜੀ ਉਹਨਾ ਫੋਕਾ ਹੋਊਗਾ ਕਿਉਂ ਹੋਊਗਾ ਕਿਉਂਕਿ ਉਹ ਮੁਰਗੀ ਦਾ ਤੀਜਾ ਚੌਥਾ ਪੰਜਵਾਂ ਅੰਡਾ ਦਿੱਤਾ ਹੁੰਦਾ ਜਿੱਦੋਂ ਜਦੋਂ ਅੰਡਾ ਦਾ ਸਾਈਜ਼ ਵਧੀ ਜਾਊਗਾ ਉਹ ਪਾਣੀ ਹੋਈ ਜਾਣਾ ਅੱਛਾ ਮੀਡੀਅਮ ਸਾਈਜ਼ ਦਾ ਅੰਡਾ ਹੋਣਾ ਚਾਹੀਦਾ ਇੰਨਾ ਉੱਚ ਪ੍ਰੋਟੀਨ ਜ਼ਿਆਦਾ ਹੋਊਗਾ 2 ਸਬਾ 2 ਗ੍ਰਾਮ ਜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿੰਨਾ ਵੱਡਾ ਅੰਡਾ ਹੋਗਾ ਉਨਾ ਵੱਡਾ ਆਮਲੇਟ ਹੋਊਗਾ ਜਿੰਨਾ ਛੋਟਾ ਅੰਡਾ ਹੋਗਾ ਯਾਰ ਛੋਟਾ ਜਿਆਦਾ ਅੰਡੇ ਦਾ ਆਮਲੇਟ ਯਾਰ ਕਿੰਨਾਕ ਬਣੂਗਾ ਇਹ ਤਾਂ ਮੈਂ 4-5 ਖਾ ਜੂ ਪਰ ਉਹ ਨੂੰ ਇਹ ਨਹੀਂ ਪਤਾ ਨਾ ਇਹੀ ਵਧੀਆ ਜੀ ਜਿੰਨਾ ਵੱਡਾ ਅੰਡਾ ਉਹਨਾ ਫੋਕਾ ਜੀ ਚਿਕਨ ਅੰਡੇ ਦਾ ਇਹੀ ਫਰਕ ਹੁੰਦਾ ਬਿਲਕੁਲ ਤੇ ਫਿਰ ਜਿਵੇਂ ਚਲੋ ਤੁਸੀਂ ਆਪਾਂ ਚਿਕਨ ਅੰਡੇ ਦੀ ਗੱਲਾਂ ਕਰ ਰਹੇ ਹਾਂ ਕਈ ਮੇਰੇ ਵਰਗੇ ਭਰਾ ਹਨਾ ਕਹਿੰਦੇ ਵੀ ਯਾਰ ਇਹ ਜਿੰਮ ਵੀ ਲਾਉਣਾ ਚਾਹੁੰਦੇ ਆ ਪਰ ਇੰਨਾ ਖਰਚਾ ਸਾਡੇ ਤੋਂ ਹੋਣਾ ਨਹੀਂ ਰੋਜ਼ ਚਿਕਨ ਕਿੱਥੋਂ ਖਾ ਲਈ ਰੋਜ਼ ਆਂਡੇ ਕਿੱਥੋਂ ਖਾ ਲਈ ਪਰ ਉਹ ਕੀ ਖਾਣ ਜਿਹੜੇ ਵੈਜ ਨਹੀਂਗੇ ਬਿਲਕੁਲ ਜਿਹੜੇ ਵੈਜ ਹੈਗੇ ਉਹ ਉਹਨਾਂ ਨੂੰ ਤਾਂ ਖਰਚਾ ਕਰਨ ਦੀ ਲੋੜ ਹੀ ਨਹੀਂ ਹੈਗੀ ਘਰੇ ਦੁੱਧਾਂ ਦਾ ਦੁੱਧ ਪੀਣ ਪਨੀਰ ਖਾਣ ਦਹੀਂ ਖਾਣ ਜੀ ਹਨਾ ਦਾਲਾਂ 'ਚ ਪ੍ਰੋਟੀਨ ਕਿੰਨਾ ਮੈਂ ਤਾਂ ਜੀ ਹੁਣ ਚਿਕਨ ਖਾਣਾ ਚਿਕਨ ਨੂੰ ਤਾਂ ਮੁਰਗਾ ਚਿਕਨ ਨੂੰ ਤਾਂ ਲਾ ਲਓ ਇੰਜੈਕਸ਼ਨ ਲੱਗ ਹੀ ਜਾਊਗਾ ਛੋਟਾ ਵੱਡਾ ਵੀ ਹੋ ਜਾਊਗਾ ਜੀ ਹਨਾ ਮੁਰਗੀ ਕੋਈ ਮੈਡੀਸਿਨ ਦਿੰਦੇ ਜਾਂ ਉਹਨੂੰ ਫੀਡ ਦਿੰਦੇ ਆ ਦੋ ਦਿਨ ਚੰਡਾ ਦੇ ਦਊ ਹਾਂ ਮਟਰ ਵੀ ਵੱਡਾ ਹੋ ਜਾਊਗਾ ਹੁਣ ਦਾਲਾ ਤੋਂ ਦਾ ਟਿਕਾ ਲਾਂ ਤੁਰੇ ਹਾਂ ਜਿੰਨੇ ਵੀ ਬੀਨਸ ਆ ਨਾ ਉਹਨਾਂ ਨੂੰ ਟਿਕਾ ਲੱਗੂਗਾ ਨਹੀਂ ਸਭ ਨਾਲ ਜ਼ਿਆਦਾ ਤਾਂ ਪ੍ਰੋਟੀਨ ਸਿਰ ਉਹਨਾਂ 'ਚ ਹੋਇਆ ਉਹਨਾਂ 'ਚ ਕਿਹੜਾ ਕੈਮੀਕਲ ਪੈਂਦਾ ਸਭ ਨਾਲ ਜ਼ਿਆਦਾ ਵੈਜ 'ਚ ਪ੍ਰੋਟੀਨ ਹੈ ਜੀ ਹਨਾ ਕੋੜਾ ਵੈਜ ਖਾਂਦਾ ਹਾਂ ਕਿੰਨੇ ਐਨੀਮਲ ਆ ਜਿਹੜੇ ਵੈਜ ਖਾ ਕੇ ਤਗੜੇ ਆ ਕਿੰਨੀ ਜਾਣਾ ਨਾ ਉਹਨਾਂ 'ਚ ਜੀ ਇਹਨਾਂ ਤਾਂ ਉਹਨੂੰ ਕਹਿੰਦੇ ਚਿਕਨ ਤੇ ਉਹਨੂੰ ਕਹਿੰਦੇ ਨੌਨ ਵੈਜੀਟੇਰੀਅਨ 'ਚ ਜਾਣ ਨਹੀਂ ਹੁੰਦੀ ਜਿੰਨੀ ਜਾਣ ਵੈਜੀਟੇਰੀਅਨ 'ਚ ਹੁੰਦੀ ਹੈ ਜੀ ਪਰ ਵੈਜ ਖਾਣਾ ਜ਼ਿਆਦਾ ਪੈਂਦਾ ਨੋਰਵੇਜ ਘੱਟ ਖਾਣਾ ਪੈਂਦਾ ਤਾਂ ਕਰਕੇ ਫਿਟਨੈਸ ਇੰਡਸਟਰੀ ਦੇ ਵਿੱਚ ਵੈਜ ਘੱਟ ਹੈ ਨੋਰਵੇਜ ਜ਼ਿਆਦਾ ਵਾ ਜੀ ਇਹੇ ਗੱਲ ਹੈ ਅੱਛਾ ਕੋਈ ਦਰਸ਼ਕਾਂ ਲਈ ਵੀ ਦੱਸ ਦੋ ਕੋਈ ਪ੍ਰੋਟੀਨ ਦਾ ਜਿਹੜਾ ਬੈਸਟ ਜਿਹੜਾ ਘਰ ਦੇ ਵਿੱਚ ਤਿਆਰ ਕਰ ਸਕਣਾ ਵੀ ਰਸੋਈ ਚੋਂ ਕੋਈ ਹਾਂ ਜੇ ਉਹਨਾਂ ਨੇ ਘਰੇ ਵਿੱਚ ਪ੍ਰੋਟੀਨ ਤਿਆਰ ਕਰਨਾ ਵਾ ਹੂੰ ਪਹਿਲੇ ਤਾਂ ਉਹ ਲੈਣ 100 150 ਗ੍ਰਾਮ ਪਨੀਰ ਪਨੀਰ ਲੈ ਲਿਆ ਜੀ ਉਸ ਤੋਂ ਬਾਅਦ ਉਹ ਪਨੀਰ ਦਾ ਥੋੜਾ ਜਿਹਾ ਪਾਣੀ ਪਾ ਕੇ ਨਾ ਸ਼ੀਕ ਆਪਣਾ ਗ੍ਰੇਂਡਰ ਦੇ ਵਿੱਚ ਗ੍ਰੇਂਡਰ ਚ ਹਣਾ ਜੀ 100 ਗ੍ਰਾਮ 200 ਗ੍ਰਾਮ ਪਾਣੀ ਪਾ ਲੈਣ ਜੀ ਪਾਣੀ ਪਾ ਕੇ ਉਹਦੇ ਵਿੱਚ ਪਾਣ ਉਹਨੂੰ ਕਹਿੰਦੇ ਕੀ ਨਮਦਾ ਸੋਇਆਬੀਨ ਪਾ ਲੈਣ ਥੋੜੀ ਜੀ ਸੋਇਆਬੀਨ ਸੋਇਆਬੀਨ ਜਿਹੜੀ ਹੁੰਦੀ ਨਾ ਸੋਇਆਬੀਨ ਕਿਹੜੀ ਹੁੰਦੀ ਜਿਹੜੇ ਨਟਸ ਹੁੰਦੇ ਆ ਜੀ ਨਿਊਟਰੀ ਕਹਿੰਦੇ ਨਾ ਜਿੰਨੂੰ ਉਹਨੂੰ ਬੋਇਲ ਕਰਕੇ ਉਸ 'ਚ ਪਾਣ ਹੂੰ ਪਾ ਲਿਆ ਜੀ ਜੀ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਾਣ ਉਹਨੂੰ ਕਹਿੰਦੇ ਚਾਕਲੇਟ ਫਲੇਵਰ ਚਾਕਲੇਟ ਜਿਹੜਾ ਲਿਕਵਿਡ ਆਂਦਾ ਠੀਕ ਹੈ ਬਸ ਫਿਰ ਪ੍ਰੋਟੀਨ ਸ਼ੇਕ ਉਹਨਾਂ ਤਿਆਰ ਦੇਸੀ ਹੋਰ ਕੀ ਆ ਕੀ ਉਹ ਪ੍ਰੋਟੀਨ ਪੂਰਾ ਪ੍ਰੋਟੀਨ ਪੀਓ ਇਹ ਪ੍ਰੋਟੀਨ ਜੀ ਪਨੀਰ ਦੇ ਵਿੱਚ ਤੱਕ ਆਪਸ ਮਿਲਨੇ ਵੀ ਇਹ ਪ੍ਰੋਟੀਨ ਵੀ ਮਿਲਣਾ ਜਿਹੜੀ ਸੋਇਆਬੀਨ ਦੀ ਨਿਊਟਰੀ ਹੈ ਜਿਹੜੀ ਨਿਊਟਰੀ ਹੈ ਨਾ ਉਹ ਠੀਕ ਹੈ ਉਹ ਮਾੜੀ ਨਹੀਂ ਹੈਗੀ ਹਿਸਾਬ ਨਾਲ ਖਾਵੇ ਬੰਦਾ 30 40 ਗ੍ਰਾਮ 50 ਗ੍ਰਾਮ ਖਾਵੇ ਤੇ ਨਾਲੇ 100 ਸਵਾ 100 ਗ੍ਰਾਮ ਪਨੀਰ ਲੈ ਲਵੇ ਉਸ ਤੋਂ ਬਾਅਦ ਚੌਕਲੇਟ ਪਾਊਡਰ ਲੈ ਲਵੇ ਵਿੱਚ ਪਾਵੇ ਪਾਣੀ ਤੇ ਨਾਲੇ ਪਾਵੇ ਉਹਨਾਂ ਕੰਦੇ ਥੋੜੀ ਜੀ ਬਰਫ਼ ਤੇ ਨਾਲ ਘੋਲ ਦੇ ਫਿਰ ਉਹਨੂੰ ਮਿਕਸੀ ਦੇ ਵਿੱਚ ਚੱਲ ਵੀ ਮੇਰਾ ਤਾਂ ਪ੍ਰੋਟੀਨ ਸ਼ੇਕ ਤਿਆਰ ਹੈ ਦੇਖੋ ਪੀ ਬੋਰਾ ਬਸ ਠੀਕ ਹੈ ਇਹ ਇਹ ਤਾਂ ਪੀਣ ਵਾਲਾ ਹੋ ਗਿਆ ਖਾਣ ਦੇ ਲਈ ਜੇ ਕੋ ਬਣਾਉਣਾ ਹੋਵੇ ਜੇ ਕਿਸੇ ਨੇ ਖਾਣਾ ਕੁਝ ਮੈਂ ਤਾਂ ਉਹਨਾਂ ਨੂੰ ਰეკਮੈਂਡ ਤਾਂ ਇਹੀ ਕਰਾਂਗਾ ਜੇ ਮੈਂ ਉਹਨਾਂ ਨੂੰ ਰეკਮੈਂਡ ਜੇ ਸਲਾਹ ਦਵਾਂਗਾ ਤੇ ਉਹ ਦਾਲਾ ਖਾਣ ਜਿਆਦਾ ਜਆ ਵਧੀਆ ਦਾਲਾ ਖਾਣਾ ਬਰੋਕਲੀ ਖਾਣ ਮਸ਼ਰੂਮ ਖਾਣ ਪਨੀਰ ਖਾਣ ਇਹ ਹੀ ਚੀਜ਼ਾਂ 'ਚ ਜ਼ਿਆਦਾ ਪ੍ਰੋਟੀਨ ਹੈ ਜੀ ਹਾਂ ਦਾਲਾਂ 'ਚ ਵੀ ਬਹੁਤ ਪ੍ਰੋਟੀਨ ਹੈ ਉਹ ਬਰੋਕਲੀ ਗਈ ਐਸੀ ਕਹਿੰਦੇ ਦੇਖੀ ਨਹੀਂ ਗਈ ਜੇ ਬਰੋਕਲੀ ਨਹੀਂ ਦੇਖੀ ਤੇ ਉਹਨਾਂ ਨੂੰ ਇਹੀ ਹੋਣਾ ਚਾਹੀਦਾ ਕਿ ਬਰੋਕਲੀ ਕਿਹੜੇ ਕਲਰ ਦੀ ਹੁੰਦੀ ਹਰੇ ਕਲਰ ਦੀ ਗੋਭੀ ਹ ਆਪਾਂ ਤਾਂ ਆਪ ਨਹੀਂ ਖਾਦੀ ਯਾਰ ਨਹੀਂ ਖਾਦੀ ਨਾ ਉਹ ਫਿਰ ਹਰੇ ਕਲਰ ਦੀ ਗੋਭੀ ਹੁੰਦੀ ਹੁੰਦਾ ਨੋਰਮਲ ਜੀ ਹੋਗੀ ਬਰੋਕਲੀ ਤਾਂ ਜਿਹੜੇ ਮੁੰਡੇ ਹੁਣ ਜਿੰਮ ਕਰਦੇ ਨੇ ਪਤਾ ਲੱਗ ਹੀ ਜਾਂਦਾ ਹਨਾ ਉਹ ਵੀ ਵਧੀਆ ਡਾਈਟ ਆ ਉਹਨਾਂ ਵਾਸਤੇ ਬੀਨਸ ਖਾ ਲੈਣ ਬੀਨਸ ਕਿਹਨੂੰ ਕਹਿੰਦੇ ਆ ਆਪਾਂ ਕਹਿੰਦੇ ਇੰਗਲਿਸ਼ ਚ ਬੀਨਸ ਹਨਾ ਫਿਟਨੈਸ ਇੰਡਸਟਰੀ ਜਿਵੇਂ ਮੈਂ ਬੀਨਸ ਖਾ ਰਹਾ ਹਾਂ ਬੀਨਸ ਨਹੀਂ ਖਾ ਰਿਹਾ ਤੂੰ ਫਲੀਆਂ ਖਾ ਰਿਹਾ ਫਲੀਆਂ 'ਚ ਕਿੰਨਾ ਪ੍ਰੋਟੀਨ ਆ ਭਾਜੀ ਬਿਲਕੁਲ ਕਿੰਨੇ ਕੁ ਦੀਆਂ ਫਲੀਆਂ ਆ ਜਾਣੀਆਂ ਫਲੀਆਂ ਬਾਲ ਕੇ ਖਾਣ ਪ੍ਰੋਟੀਨ ਆ 'ਚ ਮਸ਼ਰੂਮ ਖਾ ਲੈਣ ਬਰੇ ਇਹ ਚਲੋ ਇਹ ਤਾਂ ਆਪਣੇ ਚਲੋ ਜਿੰਮ ਜੁੰਮ ਦੀਆਂ ਗੱਲਾਂ ਕੀਤੀਆਂ ਨਾ ਥੋੜਾ ਜਿੰਦਗੀ ਬਾਰੇ ਤੁਸੀਂ ਜਿੰਮ ਦੇ ਵਿੱਚ ਸ਼ੁਰੂਆਤ ਕੀਤੀ ਜਦੋਂ ਉਦੋਂ ਕੀ ਮਾਹੌਲ ਸੀ ਘਰ ਦੇ ਵਿੱਚ ਫਿਰ ਉਦੋਂ ਪਾਜੀ ਉਦੋਂ ਘਰ ਦੇ ਵਿੱਚ ਮਾਹੌਲ ਇਦਾਂ ਸੀਗਾ ਪਾਪਾ ਬਿਜ਼ਨਸ ਕਰਦੇ ਸੀ ਸਾਡਾ ਕੱਪੜੇ ਦਾ ਕੰਮ ਸੀਗਾ ਠੀਕ ਹੈ ਘਰ ਦਾ ਮੋਲ ਹੁਣ ਵੀ ਵਧੀਆ ਤੇ ਪਹਿਲੇ ਵੀ ਬਹੁਤ ਵਧੀਆ ਸੀ ਰੱਬ ਦੀ ਹੁਣ ਵੀ ਕਿਰਪਾ ਵਾ ਉਦੋਂ ਵੀ ਬਾਬੇ ਨਾਨਕ ਦੀ ਦੇ ਮਹਾਮਾਈ ਦੀ ਭੋਲੇनाथ ਦੀ ਬਹੁਤ ਕਿਰਪਾ ਹੁੰਦੀ ਸੀ ਜੀ ਸਾਡੇ ਘਰ ਦੇ ਵਿੱਚ ਕਦੀ ਵੀ ਕੋਈ ਚੀਜ਼ ਦੀ ਕਮੀ ਨਾ ਆ ਜਾਈ ਇਹ ਨਾ ਪਹਿਲੇ ਆਈ ਸੀ ਕਿਉਂਕਿ ਸਾਡੇ ਡੈਡੀ ਨੇ ਸਾਨੂੰ ਸ਼ੁਰੂ ਤੋਂ ਖਵਾਇਆ ਹੀ ਹੈ ਮੋਲ ਇਦ ਅਸੀਂ ਜਦੋਂ ਪੈਦਾ ਹੋਏ ਆ ਸਾਡੇ ਨੂੰ ਤਾਂ ਚਿਕਨ ਲੱਗਾ ਹੋਇਆ ਸੀ ਮੂੰਹ ਨੂੰ ਚਿਕਨ ਠੀਕ ਹੈ ਨਾ ਅਸੀਂ ਤਰੀ ਵਾਲਾ ਚਿਕਨ ਤਲਿਆ ਚਿਕਨ ਹੋ ਗਿਆ ਮੱਛੀ ਹੋ ਗਈ ਬੱਕਰੇ ਹੋ ਗਏ ਮੁਰਗਾ ਹੋ ਗਿਆ ਸਰੀ ਖਰੋੜੇ ਹੋ ਗਏ ਮਗਜ ਹੋ ਗਿਆ ਪੇਟੀ ਹੋ ਗਈ ਜਵਾਨ ਹੋ ਗਈ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਇਹ ਸਾਰਾ ਕੁਝ ਦੇਸੀ ਅਸੀਂ ਘਰੇ ਖਾਂਦੇ ਸੀਗੇ ਸਾਡੇ ਘਰੇ ਬੰਦਾ ਸੀ ਅਸੀਂ ਕਿਤੇ ਕੋਲੀ ਨਹੀਂ ਖਾਂਦੇ ਸੀ ਜਿੰਨੂੰ ਕਹਿੰਦੇ ਬਾਲ ਚ ਅਸੀਂ ਖਾਂਦੇ ਸੀ ਬਾਟੀਆਂ ਭਰ-ਭਰ ਕੇ ਜੀ ਹਾਂ ਘਰ ਦਾ ਮੋਲ ਇਦਾਂ ਦਾ ਸੀਗਾ ਕਿਉਂਕਿ ਡੈਡੀ ਸਿੱਖੇ ਸੀ ਦਾਦਾ ਜੀ ਕੋ ਹੂੰ ਉਹ ਦਾਦਾ ਜੀ ਨੌਨਵੇਜ ਖਾਂਦੇ ਸੀ ਡੈਡੀ ਮੱਛੀਆਂ ਫੜਦੇ ਸੀ ਦਰਿਆ ਦੇ ਵਿੱਚ ਕਿਉਂ ਫੜਦੇ ਸੀਗੇ ਉਹ ਕਹਿੰਦੇ ਸੀ ਹੱਥ-ਹੱਥੀ ਫੜ ਕੇ ਮੱਛੀਆਂ ਖਾਣੀ ਐ ਕਿਉਂਕਿ ਪਹਿਲੇ ਜਿਹੜੇ ਦਰਿਆ ਹੁੰਦੇ ਸੀ ਨਾ ਉਹ ਸਾਫ਼ ਹੁੰਦੇ ਸੀ ਮੱਛੀਆਂ ਹੁੰਦੀਆਂ ਦੀ ਫੜ ਕੇ ਲੈ ਕੇ ਆਂਦੇ ਸੀਗੇ ਕੱਟ ਕੇ ਖਾ ਲੈਂਦੇ ਸੀਗੇ ਜੀ ਜਿੱਦਾਂ ਜਿੱਦਾਂ ਉਹਨਾਂ ਨੇ ਸਾਨੂੰ ਸਿਖਾਇਆ ਅਸੀਂ ਉਹਦਾ ਸਿੱਖਿਆ ਉਹਦਾ ਹੀ ਆਪਾਂ ਘਰ ਦੀ ਡਾਈਟ ਖਾ ਖਾ ਕੇ ਤਗੜੇ ਹੋ ਗਏ ਜੀ ਅੱਜ ਵੀ ਡੈਡੀ ਉਹੀ ਕਰੀ ਜਾਂਦੇ ਵੇ ਚਿਕਨ ਹੋ ਗਿਆ ਫਿਸ਼ ਹੋ ਗਿਆ ਮਟਨ ਹੋ ਗਿਆ ਜੋ ਵੀ ਸੀੜੀ ਕਰੋੜੇ ਮਗਜ ਜੀ ਵੀ ਇਹ ਸਭ ਕੁਝ ਸਾਡੇ ਘਰੇ ਬਣਦਾ ਦੇਸੀ ਖਾਣਕ ਸਾਡੇ ਘਰੇ ਬਣਦੀ ਹੈ ਸ਼ੁਰੂ ਤੋਂ ਦੀ ਖਾਣਦੀ ਨੇਚਰਲੀ ਗੱਲ ਹੈ ਜੇ ਆਪਾਂ ਨੂੰ ਸ਼ੁਰੂ ਤੇ ਪ੍ਰੋਟੀਨ ਮਿਲ ਰਿਹਾ ਸਾਡੇ ਜਿਹੜੇ ਜੈਨੇਟਿਕ ਹੈ ਉਹ ਸ਼ੁਰੂ ਤੋਂ ਹੀ ਮਤਲਬ ਮਸਲ ਜਿਹੜੇ ਆ ਵਧਿਆ ਰਹੇ ਆ ਜੀ ਘਰ ਦਾ ਮੋਲ ਹੈ ਸੀਗਾ ਕਦੀ ਕੋਈ ਪ੍ਰਵਾਹ ਨਹੀਂ ਸੀਗੀ ਖਾਣ ਪੀਣ ਦੇ ਵਿੱਚ ਖੁੱਲਾ ਖਾਦਾ ਵਾ ਜੇ ਲਾਲੋ ਡਰਾਈ ਫੂਡ ਖਾਣਾ ਹੁਣ ਤਾਂ ਖਾਂਦਾ ਨਹੀਂ ਮੈਂ ਡਰਾਈ ਫੂਡ ਜੇ ਖਾ ਲੂੰਗਾ ਇੱਕ ਦੋ ਖਾ ਲੂੰਗਾ ਕਾਜੂ ਵਾਲੰਦੇ ਬਦਾਮ ਵਾਲੰਦੇ ਸੂਗੀਆਂ ਵਾਲੰਦੇ ਰਗੜੀ ਜੋ ਜੀ ਬਿਨਾ ਮਤਲਬ ਪਿੰਨੀਆਂ ਬਣ ਗਈਆਂ ਜੀ ਉਸ ਤੋਂ ਬਾਅਦ ਜਰੇਲਾ ਬਣ ਗਿਆ ਜੀ ਖਾਈ ਜੋ ਆਈਸਕ੍ਰੀਮਾਂ ਵੀ ਖਾਈ ਚਲੋ ਮਿੱਠਾ ਵੀ ਕੋਲਡ ਡਰਿੰਕ ਵੀ ਘਰ ਦਾ ਮੋਲ ਇਦਾਂ ਦਾ ਸੀਗਾ ਕਿ ਜਿਹੜੀ ਚੀਜ਼ ਆਂਦੀ ਹੈ ਥੋੜਾ ਥੋੜਾ ਕਰਕੇ ਨਹੀਂ ਜੇ ਕੋਲਡ ਡਰਿੰਕ ਪੀਣੀ ਹੈ ਲੀਟਰ ਦੀ ਪੀਲਾ ਆਈਸਕ੍ਰੀਮ ਖਾਣੀ 100 ਕਿਲੋ ਖਾੜਾ ਡਰਾਈ ਫਰੂਟ ਵਾਲੀ ਠੀਕ ਹੈ ਜੇ ਪਿੰਨੀਆਂ ਖਾਣੀਆਂ ਤਿੰਨ ਚਾਰ ਖਾ ਲੈ ਗਜਰੇਲਾ ਖਾਣਾ ਤੇ ਭਰ ਕੇ ਖਾਣਾ ਕਿਉਂ ਖਾਣਾ ਉਹ ਘਰੇ ਬਣਦਾ ਸੀ ਜੀ ਅੱਜ ਕੱਲ ਤਾਂ ਜਿੰਮਾਂ 'ਚ ਸਹੂਲਤਾਂ ਬੜੀਆਂ ਆ ਗਈਆਂ ਹਨ ਪਰ ਉਹ ਸਮੇਂ ਦੇ ਵਿੱਚ ਜਿੰਮਾਂ ਦੇ ਵਿੱਚ ਤਾਂ ਇਹ ਚੀਜ਼ਾਂ ਹੁੰਦੀਆਂ ਵੀ ਨਹੀਂ ਸੀ ਜਿੰਮ ਕਿਤੇ ਕਿਤੇ ਹੁੰਦੇ ਸੀਗੇ ਕੋਈ ਜਿਵੇਂ ਕਹਿੰਦੇ ਬੜੀ ਦੂਰ ਜਾ ਕੇ ਜਿੰਮ ਤੁਹਾਡੇ ਜਿਗਾ ਨੇੜੇ ਤੇ ਲੇਦੋਂ ਮੈਂ ਜਦੋਂ ਜਿੰਮ ਜੁਆਇਨ ਕੀਤਾ ਸੀਗਾ ਸਾਡੇ ਇੱਥੇ ਜਿੰਮ ਹੁੰਦਾ ਸੀਗਾ ਤੇ ਮਾਦੋ ਪੂਰੀ ਜਿੰਮ ਹੁੰਦਾ ਸੀ ਜੀ ਹਾਂ ਉਹ ਅੱਜ ਜੇ ਮੈਂ ਸ਼ਾਇਦ ਮੇਰੇ ਖਿਆਲ ਜ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ ਪਰ ਉਹ ਜਿਮ ਤੋਂ ਮੈਂ ਸਟਾਰਟ ਕੀਤਾ ਸੀ ਮੈਂ ਸਟਾਰਟ ਕੀਤਾ ਸੀ ਜਿਹੜੇ ਵਿਆਹਾਂ ਦੇ ਵਿੱਚ ਜਾਂ ਜਾਗਰਣ ਨਹੀਂ ਹੁੰਦੇ ਹਾਂ ਹੈਨਾ ਰਾਤ ਦੇ ਜਾਗਰਣ ਹੁੰਦੇ ਨੇ ਕਿ ਕਾਰਪਟ ਮੈਟ ਨਹੀਂ ਵਿਛੇ ਹੁੰਦੇ ਨੀਲੇ ਕਲਰ ਦੇ ਲਾਲ ਕਲਰ ਦੇ ਬਲੂ ਕਲਰ ਦੇ ਹੈਨਾ ਪੀਲੇ ਕਲਰ ਦੇ ਇਹ ਉਹ ਜੀ ਰੰਗ ਰੰਗ ਭਰੰਗੇ ਹੈਨਾ ਉਹ ਮੈਟ ਵਿਛੇ ਹੁੰਦੇ ਸੀ ਜੀ ਜਦੋਂ ਜੀ ਅਸੀਂ ਕੀ ਕਰਨਾ ਅਸੀਂ ਘਰੋਂ ਚੱਕਣੀ ਬੋਤਲ ਪਾਣੀ ਦੀ ਜਿਹੜੀ ਜਿੱਥੇ ਕੋਕ ਪੀਂਦੇ ਸੀ ਉਹੀ ਪਾਣੀ ਦੀ ਬੋਤਲ ਉਹੀ ਬੋਤਲ 'ਚ ਪਾਣੀ ਪਾ ਲੈਣਾ ਉਹੀ ਹੁੰਦਾ ਹੈ ਹੈਨਾ ਪਾਣੀ ਪਾਇਆ ਜੀ ਉਹ ਚੋਦੋ ਕਰ ਸ਼ੇਕਰ ਥੋੜੀ ਨਾ ਹੁੰਦੇ ਸੀਗੇ ਘਰ ਦੀਆਂ ਬੋਤਲਾਂ ਜਾਂ ਫਿਰ ਕੋਲਡ ਡਰਿੰਕ ਵਾਲੀਆਂ ਬੋਤਲਾਂ ਜੀ ਪਾਣੀ ਪਾ ਕੇ ਅਸੀਂ ਲੈ ਜੈਣਾ ਚੱਪਲਾ ਪਾਣੀਆ ਜਾਂ ਸ਼ੂਜ਼ ਪਾਏ ਹੋਣੇ ਹਨਾ ਆਪਾਂ ਕਿਹੜਾ ਸੋਕਸ ਪਾਉਂਦੇ ਸੀਗੇ ਚੱਪਲਾ ਪਾਣੀਆ ਚੱਪਲਾ ਬਾਹਰ ਲਾ ਕੇ ਮੱਥਾ ਟੇਕ ਕੇ ਬਈ ਅੱਜ ਐਕਸਰਸਾਈਜ਼ ਵਧੀਆ ਲੱਗ ਜੇ ਦੇ ਤਾਬੜ ਤੋੜ ਦੇ ਤਾਬੜ ਤੋੜ ਦੇ ਤਾਬੜ ਦੋ ਵੇਟ ਪਾਈ ਜਣਾ ਐਕਸੇ ਲਾਈ ਜਣੀ ਜਦੋਂ ਪਾਣੀ ਖਤਮ ਹੋਣਾ ਇੱਕ ਵੱਡਾ ਜਿਹਾ ਫ੍ਰੀਜ ਹੁੰਦਾ ਸੀ ਚਿੱਟੇ ਕਲਰ ਦਾ ਨਾਲ ਗਲਾਸ ਸੰਗਲੀਆਂ ਨਾਲ ਬੰਨੇ ਹੁੰਦੇ ਕੋਈ ਗਲਾਸ ਨਾਲ ਲੈਵੇ ਬੈਗ ਚ ਪਾ ਕੇ ਜੀ ਬਸ ਉ ਪਾਣੀ ਉਹ ਠੰਡਾ ਹੋ ਜਾਂਦਾ ਸੀ ਘਰ ਦੇ ਵਧੀਆ ਲੱਗਦਾ ਸੀ ਗਰਮ ਹੋ ਜਾਂਦੇ ਫ੍ਰਿਜ ਨਹੀਂ ਚੱਲਿਆ ਹੁੰਦਾ ਸੀ ਦੇਸੀ ਜਿਮ ਹੁੰਦਾ ਸੀ ਲੋਹੇ ਦੀਆਂ ਪਲੇਟਾਂ ਤੇ ਲੋਹੇ ਦੀਆਂ ਹੀ ਡੰਬਲ ਹੁੰਦੇ ਸੀਗੇ ਜੀ ਫੀਸ ਕਿੰਨੀ ਹੁੰਦੀ ਸੀ 2-250 ਹਮ ਲੱਗਾ ਕੀ ਹੁੰਦਾ ਸੀ ਪੱਖਾ ਤੇ ਕੂਲਰ ਜੀ ਉੱਥੇ ਆਪਾਂ ਐਕਸਲਾਈ ਹੱਡ ਉੱਥੇ ਅਸੀਂ ਪੱਕੇ ਕੀਤੇ ਤੇ ਅੱਜ ਕੱਲ ਦੇ ਜਿਮ ਤੁਸੀਂ ਦੇਖ ਲਓ ਅਸੀਂ ਜੀ ਘਰੇ ਪਹਿਲੇ ਆਪਾਂ ਡਾਈਟ ਖਾਣੀ ਨਹੀਂ ਪਹਿਲੇ ਅਸੀਂ ਕੈਫੇ 'ਚ ਜਾ ਕੇ ਡਾਈਟ ਖਾਣੀ ਆ ਘਰ ਦਾ ਤਾਂ ਆਪਾਂ ਪਹਿਲੇ ਕੁਝ ਖਾਣਾ ਨਹੀਂ ਕੈਫੇ ਜਾ ਕੇ ਡਾਈਟ ਖਾ ਲਈ ਜਿਮ 'ਚ ਕੈਫੇ ਆ ਗਏ ਜੀ ਡਾਈਟ ਖਾਧੀ ਬਰਸ਼ ਕੀਤਾ ਸ਼ਾਵਰ ਲਿਆ ਠੀਕ ਹੈ ਤਿਆਰ ਸ਼ਰ ਹੋਏ ਜਿਮ ਲਾ ਲਿਆ ਜੀ ਹਾਂ ਕਰ ਲਿਆ ਜਿਮ ਹੁਣ ਜੀ ਆਪਾਂ ਹੁਣ ਜਾਣਾ ਵੀ ਆਪਾਂ ਘਰੇ ਆ ਫਿਰ ਉੱਥੇ ਡਾਈਟ ਖਾਧੀ ਨਹਾ ਤੋ ਕੇ ਬਾਹਰ ਨਿਕਲੇ ਜਾਂ ਜਿੰਨੇ ਆਪਣਾ ਘਰੇ ਜਾਣਾ ਘਰੇ ਚਲੇ ਜਾਊਗਾ ਜਿਹਦੇ ਜਿੰਨੇ ਆਫਿਸ ਜਾਣਾ ਆਇਆ ਜਿੰਨੇ ਬਿਜ਼ਨਸ ਤੇ ਜਾਣਾ ਗੱਡੀ ਦੀ ਸੈਲਫ ਮਾਰੀ ਚੱਲ ਮੇਰੇ ਭਾਈ ਹੈ ਗਿਆ ਸਾਡੇ ਹਣਾ ਜੇ ਆਪਾਂ ਨਹੀਂ ਐਸੇ ਲਾਣੀ ਤੇ ਆਪਾਂ ਵੀਡੀਓ ਬਣਾ ਲਈ ਸੈਲਫੀਆਂ ਖੇਚ ਲਈਆਂ ਅੱਜ ਕੱਲ ਇਹ ਜੀ ਸਾਡੇ ਟਾਈਮ ਤੇ ਨਾ ਮੋਬਾਈਲ ਹੁੰਦੇ ਸੀ ਠੀਕ ਹੈ ਲਾਈਨ ਲਾਈਡ ਫੋਨ ਹੁੰਦੇ ਸੀਗੇ ਅੱਜ ਵੀ ਮੈਨੂੰ ਫੋਨ ਦਾ ਨੰਬਰ ਯਾਦ ਆ 25 ਸਾਲ ਪੁਰਾਣਾ ਫੋਨ ਸੀਗਾ 7 ਜੀ 0161 705160 ਅੱਜ ਵੀ ਮੈਨੂੰ ਉਹ ਨੰਬਰ ਯਾਦ ਹੈ ਸਾਡੇ 15 ਘਰਾਂ ਦੇ ਵਿੱਚ ਫੋਨ ਫੋਨ ਨਹੀਂ ਹੁੰਦਾ ਸੀਗਾ ਲਾਈਨ ਲਾਈਡ ਹਮ ਤੇ 15 ਘਰਾਂ ਨੇ ਸਾਡੇ ਘਰੇ ਦਾ ਨੰਬਰ ਦਿੱਤਾ ਹੋਇਆ ਜੀ ਆ ਆ ਗਈ ਤਾਂ ਆਂਟੀ ਜੀ ਆਈਓ ਅਸੀਂ ਤਾਂ ਆਂਟੀ ਜੀ ਆਈਓ ਫੋਨ ਸਰੀਓ ਤੁਹਾਡਾ ਫੋਨ ਆਈਓ ਸਾਰੀ ਦਿਹਾੜੇ ਤਾਂ ਸਾਡੇ ਘਰੇ ਫੋਨ ਹੀ ਸੁਣਨ ਆਉਂਦੇ ਦੀਓ ਇਥੋਂ ਤਾਂ ਭਜਾ ਕੇ ਰੱਖ ਦਿੰਦੇ ਫੋੜ ਗਿਆ ਹੁਣ ਲਾਈਨ ਲੈਂਡ ਬਿਲਕੁਲ ਲਾ ਕੇ ਲਿਆ ਆਂਟੀ ਦਾ ਫੋਨ ਆਇਆ ਹਾਂ ਬਾਜ ਮਾਰ ਦੇਣੀ ਉਹਨਾਂ ਨੇ ਫੋਨ ਸੁਣਨ ਆਜਣਾ ਹੁਣ ਲਾਈਨ ਲੈਂਡ ਕਿੱਥੇ ਹੁੰਦਾ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਕਿ ਇੱਕ ਪ੍ਰੂਫ ਹੁੰਦਾ ਉਹ ਕਿ ਮੇਰੇ ਕੋਲ ਇੱਕ ਲਾਈਨ ਲੈਂਡ ਨੰਬਰ ਹੈਗਾ ਨਾ ਪਹਿਲੇ ਇਹ ਫੋਨ ਹੁੰਦੇ ਦੀ ਮੋਬਾਈਲ ਹੁੰਦੇ ਨਹੀਂ ਸੀ ਜਦੋਂ ਮੋਬਾਈਲ ਆਇ ਬਟਨ ਵਾਲੇ ਆਏ ਕੀਬੋਰਡ ਆ ਲੈ ਸੱਪ ਲਈ ਗੇਮ ਖੇਡ ਲਈ ਸਨੇਕ ਹਮ ਹਣਾ ਜੀ ਅੱਜ ਪਬਜੀ ਚੱਲ ਗਈ ਜ ਸਾਡੇ ਟਾਈਮ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਦੇਸੀ ਜਿੰਮ ਹੁੰਦੇ ਸੀ ਦੇਸੀ ਖਰਾਕ ਹੁੰਦੀ ਸੀ ਅਸੀਂ ਛੱਤਾਂ ਦੇ ਸੁੰਦੇ ਸੀ ਮੰਜਿਆਂ ਤੇ ਜੇ ਮੰਜੀ ਦੀ ਉਹਨੂੰ ਕਹਿੰਦੇ ਨਿਵਾਰ ਜਿਹੜੀ ਹੁੰਦੀ ਨਾ ਹਨਾ ਉਹ ਟੁੱਟ ਜਾਂਦੀ ਸੀ ਅਸੀਂ ਪੁੰਜੇ ਵੀ ਪੈ ਜਾਂਦੇ ਹੁੰਦੇ ਸੀ ਜੀ ਸਾਡਾ ਟਾਈਮ ਇਹ ਸੀਗਾ ਅਸੀਂ ਉਹ ਦੌਰ ਚੋਂ ਨਿਕਲੇ ਹੋਏ ਹਾਂ ਜਿਹੜਾ ਅੱਜ ਦੇ ਬੱਚੇ ਉਹ ਦੌਰ ਫੇਸ ਨਹੀਂ ਕਰ ਸਕਦੇ ਹਾਈ ਗਰਮੀ ਐਸੀ ਚਾਹੀਦਾ ਅਸੀਂ ਪੱਕੇ ਥੱਲੇ ਹੁਣ ਵੀ ਪੱਕੇ ਥੱਲੇ ਹੀ ਬੈਠੇ ਆਪਾਂ ਬਿਲਕੁਲ ਬੈਠੇ ਹਨਾ ਪਸੀਨਾ ਨਹੀਂ ਆਊਗਾ ਕਿਉਂਕਿ ਅਸੀਂ ਹਾਰਡ ਵਰਕ ਕੀਤਾ ਜੀ ਜੀ ਨਾਮ ਮੈਨੂੰ ਨਹੀਂ ਆ ਰਿਹਾ ਠੀਕ ਅੱਛਾ ਭਾਈ ਜਿਵੇਂ ਨਾ ਅੱਜ ਕੱਲ ਜਿੰਮਾਂ ਦੀਆਂ ਮੈਂਬਰਸ਼ਿਪਾਂ ਚੱਲ ਰਹੀਆਂ ਸਿੱਧੀ ਜੀ ਗੱਲ ਹੈ ਨਾ ਲਓ ਜੀ ਸਾਲ ਦੀ ਪਰਭਾਉ 6 ਮਹੀਨੇ ਦੀ ਹੈ ਹੀ ਜੇ ਕੰਮ ਚੱਲਦਾ ਨਾ ਤੇ ਜ਼ਿਆਦਾਤਰ ਮੈਂ ਕਹਿੰਨਾ ਮੁੰਡੇ ਤੁਹਾਨੂੰ ਪਤਾ ਵੀ ਪਹਿਲਾਂ ਪਹੁੰਚਦੇ ਨੇ ਵੀ ਕੁੜੀਆਂ ਲੱਗੀਆਂ ਹੋਈਆਂ ਨੇ ਆ ਹੁੰਦੀ ਆ ਗੱਲ ਇਹ ਮੈਂ ਬਿਲਕੁਲ ਬਿਲਕੁਲ ਇਹ ਕੁੜੀਆਂ ਹੈਗੀਆਂ ਨੇ ਤੁਸੀਂ ਅੱਖਾਂ ਹੀ ਦੇਖਦੇ ਹੋਗੇ ਕਿਉਂਕਿ ਅੱਜ ਕੱਲ ਭਾਜੀ ਪਤਾ ਕੀ ਗੱਲ ਆ ਅੱਜ ਕੱਲ ਨਾ ਇੱਕ ਜਿਹੜੀ ਫਿਟਨੈਸ ਇੰਡਸਟਰੀ ਹੈ ਨਾ ਇਹ ਪੂਰੇ ਮਤਲਬ ਇੰਡੀਆ ਚ ਨਹੀਂ ਹੈ ਜੀ ਇਹ ਪੂਰੇ ਆਲ ਵਰਲਡ ਚ ਹੈ ਫਿਟਨੈਸ ਨਾ ਕਿ ਮੇਰੇ ਲਈ ਜੀ ਕਿੰਨੇ ਐਕਟਰਸ ਐ ਬਿਲਕੁਲ ਬੋਲੀਵੁੱਡ ਹਾਲੀਵੁੱਡ ਦੇ ਕਿੰਨੇ ਸੀਰੀਅਸ ਵਾਲੇ ਜਿਹੜੇ ਐਕਟਰਸ ਹਨ ショਅ ਕਰਦੇ ਹਨ ਜੀ ਸੀਰੀਅਸ ਕਰਦੇ ਹਨ ਹਨਾ ਉਹ ਸਾਰੇ ਜਿਮ ਕਰਦੇ ਬਿਲਕੁਲ ਐਕਟਰਸ ਵੀ ਕਰਦੇ ਹਨ ਹਾਲੀਵੁੱਡ ਬੋਲੀਵੁੱਡ ਸਭ ਕਰਦੇ ਹਨ ਤਮਿਲ ਵਾਲੇ ਵੀ ਕਰਦੇ ਹਨ ਹਮ ਪੰਜਾਬੀ ਐਕਟਰ ਵੀ ਸਾਡੇ ਜਿਮ ਕਰਦੇ ਆ ਜੀ ਹਨਾ ਕਰਦੇ ਹਨ ਬਿਲਕੁਲ ਉਹ ਜਿਮ ਫਿਰ ਤਾਂ ਇਦਾਂ ਦੇ ਹੋ ਗਏ ਹੁਣ ਐਂਟਰਸ ਦੇ ਵਿੱਚ ਹੀ ਦੋ ਤਿੰਨ ਕੁੜੀਆਂ ਪਹਿਲੇ ਚਾਹੀਦੀਆਂ ਜਿਮ ਵਾਲਿਆਂ ਨੂੰ ਹਮ ਫਰਸਟ ਇੰਟਰੈਕਸ਼ਨ ਜਿਹੜੀ ਹੁੰਦੀ ਹੈ ਫਰਸਟ ਮੈਂਬਰ ਦੀ ਜਿਹੜੀ ਕਲਾਇੰਟ ਜਿਹੜਾ ਆਂਦਾ ਨਾ ਗਾਹ ਕੰਦਾ ਉਹਨੂੰ ਦਿੱਕਤ ਦੇ ਸਾਰ ਪਹਿਲੇ ਕੁੜੀ ਨਜ਼ਰ ਆਣੀ ਚਾਹੀਦੀ ਹੈ ਰਿਸੈਪਸ਼ਨ ਤੇ ਹਾਂ ਕਿ ਭਾਈ ਕੁੜੀ ਦੇਖ ਮਤਲਬ ਆਪਾਂ ਕੁੜੀਆਂ ਬਾਰੇ ਉਹ ਕੁੜੀਆਂ ਬਾਰੇ ਗਲਤ ਨਹੀਂ ਕਵਾਂਗੇ ਕਿਉਂਕਿ ਉਹਨਾਂ ਨੂੰ ਨੀਡ ਹੈ ਜੌਬ ਦੀ ਉਹਨਾਂ ਨੇ ਕੰਮ ਕਰਨਾ ਕਿਉਂਕਿ ਆਪਾਂ ਨਹੀਂ ਚਾਹੁੰਦੇ ਕੋਈ ਕਿਸੇ ਦੀ ਭੈਣ ਹਨਾ ਕਿਸੇ ਦੀ ਜਾਂ ਕੋਈ ਵਾਈਫ ਹੈ ਜਾਂ ਕਿਸੇ ਦੀ ਕੋਈ ਵੀ ਭਝਾਈ ਹੈ ਹਨਾ ਭੈਣ ਕਜ਼ਨ ਆਪਾਂ ਕਿਸੇ ਕੁੜੀ ਬਾਰੇ ਗਲਤ ਨਹੀਂ ਬੋਲਦੇ ਵੇ ਕਿਉਂਕਿ ਉਹਨਾਂ ਨੂੰ ਨੀਡ ਹੈ ਉਹਨਾਂ ਨੇ ਕੰਮ ਕਰਨਾ ਸਾਡੇ ਇੰਡੀਆ ਦੇ ਵਿੱਚ 70 ਤੋਂ 80% ਲੇਡੀਆਂ ਕੰਮ ਕਰਨੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਹਨ ਕਿਉਂਕਿ ਉਹਨਾਂ ਦਾ ਰਾਈਟਸ ਹੈ ਉਹ ਨਹੀਂ ਘਰੇ ਬੈ ਸਕਦੀਆਂ ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਕੁਝ ਨਹੀਂ ਕਰਦੀਆਂ ਸ਼ਰਮ ਦੇ ਮਾਰੇ ਕੁਝ ਘਰੋਂ ਵਧੀਆ ਹੁੰਦੀਆਂ ਨਹੀਂ ਕਰਦੀਆਂ ਸੋ ਇਸ ਲਈ ਪਹਿਲੇ ਜਦੋਂ ਮੁੰਡੇ ਇੰਟਰਸ ਤੇ ਵੱਢਦੇ ਆ ਜੀ ਜਿਨ੍ਹਾਂ ਦਾ ਫੋਕਸ ਹੁੰਦਾ ਹੈ ਕਿ ਆਪਾਂ ਪਹਿਲੇ ਦੇਖੀ ਹਾਂ ਵੀ ਮੈਡਮ ਤਾਂ ਬਹੁਤ ਸੋਹਣੀ ਬੈਠੀ ਹੈ ਉਹ ਵੀ ਸਾਡੀ ਭੈਣ ਹੀ ਹੈ ਸਮਝ ਲਓ ਹਨਾ ਬਿਲਕੁਲ ਬਹੁਤ ਸੋਹਣੀ ਬੈਠੀ ਹੈ ਉਹਨਾਂ ਨੇ ਪਹਿਲੇ ਤੁਹਾਨੂੰ ਤਾੜਨਾ ਦੋ ਕੁ ਮਿੰਟ ਉਧਰ ਲਾ ਦੇਣੇ ਹੱਸੀ ਉਹਨਾਂ ਦਾ ਤਾਂ ਕੰਮ ਉਹਨਾਂ ਨੇ ਤਾਂ ਹੱਸ ਕੇ ਬੁਲਾਣਾ ਕੋਈ ਉਹਨਾਂ ਦੇ ਲਈ ਕਲਾਇੰਟ ਆ ਉਹ ਜੋਬ ਕਰਦੀ ਹੈ ਹਨ ਉਹਨਾਂ ਦੇ ਮਾਈਂਡ ਦੇ ਵਿੱਚ ਥੋੜੀ ਨਾ ਕੋਈ ਗਲਤ ਹੈ ਜਾਂ ਮੁੰਡੇ ਦੇ ਮਾਈਂਡ ਦੇ ਵਿੱਚ ਕੋਈ ਗਲਤ ਹੈ ਚਲੋ ਕੁੜੀ ਦੇਖ ਗਈ ਜੀ ਪਹਿਲਾਂ ਤਾਂ ਆਪਾਂ ਇਹ ਰੌਂਡ ਪਾਰ ਕੀਤਾ ਹੁਣ ਆਪਾਂ ਰੌਂਡ ਸੈਕਿੰਡ ਪਾਰ ਕਰਨਾ ਜੀ ਹੁਣ ਆਪਾਂ ਦੇਖਣਾ ਜਿਵੇਂ ਦੇ ਵਿੱਚ ਕਿਹੜੀ ਕਿਹੜੀ ਕੁੜੀ ਆ ਰਹੀ ਹੈ ਤੇ ਕਿਹੜੀ ਕਿਹੜੀ ਜਾ ਰਹੀ ਹੈ ਜੇ ਕੁੜੀਆਂ ਹੋਣਗੀਆਂ ਤੇ ਨਰਜੀ ਮਿਲੂਗੀ ਨਹੀਂ ਹੋਣਗੀਆਂ ਤੇ ਨਰਜੀ ਨਹੀਂ ਮਿਲੂਗੀ ਇਹਦਾ ਰੀਜ਼ਨ ਪਤਾ ਕੀ ਹੈ ਇਹਦਾ ਰੀਜ਼ਨ ਇੱਕੋ ਹੀ ਹੈ ਫੋਨ ਹਾਂ ਸਮਾਰਟਫੋਨ ਆਈਫੋਨ ਇੰਸਟਾਗ੍ਰਾਮ ਖੋਲਦੇ ਆ ਯਾਰ ਜਿੰਮ ਦੇ ਵਿੱਚ ਇਦਾਂ ਦੀਆਂ ਕੁੜੀਆਂ ਹੋਣਗੀਆਂ ਜਿਹੜੀਆਂ ਉਹ ਤੋਂ ਸਪੋਰਟਸ ਵੇਅਰ ਕਰਦੀਆਂ ਹੋਣਗੀਆਂ ਨਹੀਂ ਇਦਾਂ ਨਹੀਂ ਹੁੰਦਾ ਜੀ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨਲ ਹੈ ਕੁੜੀਆਂ ਦਾ ਉਹਨਾਂ ਦਾ ਕੰਮ ਹੈ ਇਨਫਲੂਐਂਸਰ ਜਿਹੜੀਆਂ ਕੁੜੀਆਂ ਜਾਂ ਮੁੰਡੇ ਉਹਨਾਂ ਦਾ ਕੰਮ ਹੈ ਹਮ ਹਰੇਕ ਜਿੰਮ ਦੇ ਵਿੱਚ ਇਹ ਕੰਮ ਨਹੀਂ ਹੁੰਦਾ ਮੁੰਡੇ ਇਹੀ ਚੀਜ਼ਾਂ ਦੇਗੇ ਜੇ ਜਿਬ ਜਾਵਾਂਗੇ ਸਾਨੂੰ ਵੀ ਇਦਾਂ ਦੀਆਂ ਕੁੜੀਆਂ ਲੱਭਣਗੀਆਂ ਹਨਾ ਅਸੀਂ ਵੀ ਇੱਕ ਕੁੜੀ ਨਾਲ ਗੱਲਬਾਤ ਕਰਾਂਗੇ ਹੁੰਦੀਆਂ ਵੀ ਆ ਜੀ ਕੁੜੀਆਂ ਕੋਈ ਫ੍ਰੈਂਕ ਹੁੰਦੀਆਂ ਫ੍ਰੈਂਡ ਬਣ ਜਾਂਦੇ ਆ ਹਨਾ ਕਿਉਂਕਿ ਜਿਮ ਦੇ ਵਿੱਚ ਕੁੜੀਆਂ ਵੀ ਹੋਣਗੀਆਂ ਮੁੰਡੇ ਵੀ ਹੋਣਗੇ ਤਾਂ ਹੀ ਜਿਮ ਚੱਲਣਗੇ ਜੀ ਕਿਉਂਕਿ ਅੱਜ ਦਾ ਜੋਗੀ ਇਹ ਹੈ ਬਿਲਕੁਲ ਕੁਝ ਜਿਮ ਹੈ ਦੇਸੀ ਜਿਨ੍ਹਾਂ ਨੇ ਟਾਈਮਿੰਗ ਲੈ ਕੇ ਰੱਖੀ ਹੋਈ ਹੈ ਲੇਡੀਜ਼ ਦੀ ਹਾਂ 10 ਵਜੇ ਤੋਂ ਬਾਅਦ 3-4 ਘੰਟੇ 11 ਵਜੇ ਤੋਂ ਬਾਅਦ 3-4 ਘੰਟੇ ਦੁਪਹਿਰ ਦੇ ਲੱਗ ਰੱਖੀ ਹੋਈ ਹੈ ਕਿਉਂਕਿ ਕਈ ਲੇਡੀਜ਼ ਨਹੀਂ ਚਾਹਦੀਆਂ ਕਿ ਸਾਡਾ ਉਹਨੂੰ ਕਹਿੰਦੇ ਪਰਸਨਲੀ ਕੁਝ ਦਿਖੇ ਅਨਕੰਫਰਟ ਫੀਲ ਕਰਦੀਆਂ ਕਿਉਂਕਿ ਲੇਡੀਆਂ ਸ ਕਈ ਹੁੰਦੀਆਂ ਸ਼ਾਹੀ ਜਿਹੜੀਆਂ ਘਰੇ ਰਹਿੰਦੀਆਂ ਵਾ ਉਹਨਾਂ ਨੇ ਜਿਮ ਕਰਨਾ ਹੁੰਦਾ ਘਰ ਦੇ ਨੂੰ ਕਹਿੰਦੇ ਪਲੀਸ ਅਸੀਂ ਜਿਮ ਕਰਨਾ ਉਹ ਕੁੜੀਆਂ ਫਿਰ ਲੱਗ ਜਿ ਮਲਬਦੀਆਂ ਹੁਣ ਜਿਹੜੀਆਂ ਕੁੜੀਆਂ ਬਾਹਰ ਜਾਂਦੀਆਂ ਫ੍ਰੈਂਕ ਨਹੀਂ ਮੈਂ ਕਹਿ ਸਕਦਾ ਉਹਨਾਂ ਜਿਹੜੀਆਂ ਕੁੜੀਆਂ ਬਾਹਰ ਜਾਂਦੀਆਂ ਨਾ ਜਿਨ੍ਹਾਂ ਦੀ ਹੁਣ ਲਾਈਫ ਹੀ ਮਤਲਬ ਇਦਾਂ ਦੀ ਹੋ ਚੁੱਕੀ ਐ ਐਡਵਾਂਸ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਇੱਕ ਜਸਟ ਫਰੈਂਡ ਆ ਕਿਉਂਕਿ ਨਾਲ ਇਕੱਠੇ ਪੜਦੇ ਆ ਨਾ ਸਕੂਲ ਇਕੱਠੇ ਹੋਗੇ ਕਾਲਜ ਇਕੱਠੇ ਹੋਗੇ ਤੇ ਜਿਮ ਕਿਉਂ ਨਹੀਂ ਇਕੱਠੇ ਹੋ ਸਕਦੇ ਜੀ ਐਸ ਕਰਕੇ ਮੁੰਡੇ ਜਾਂਦੇ ਕਿ ਜਿਮ ਚ ਕੁੜੀਆਂ ਹੋਣ ਮੁੰਡੇ ਕੁੜੀਆਂ ਵੀ ਜਾਂਦੀਆਂ ਜਿਮ ਚ ਮੁੰਡੇ ਹੋਣ ਤਾਂ ਕਰਕੇ ਮੈਂਬਰਸ਼ਿਪਾਂ ਜਿਹੜੀਆਂ ਵਾ 15 20 25 30 50000 ਰੁਪਏ ਹੋਈ ਜਾਂਦੀਆਂ ਸਾਲ-ਸਾਲ ਦੀਆਂ ਤੇ ਕੁੜੀਆਂ ਮੁੰਡੇ ਜਿਮ ਇਕੱਠੇ ਲਾਈ ਜਾਂਦੇ ਪਏ ਐ ਇਹ ਹੋ ਗਿਆ ਬਹੁਤ ਤਗੜਾ ਫਿਟਨੈਸ ਇੰਡਸਟਰੀ ਦਾ ਬਿਜ਼ਨਸ ਜੋੜੀਆਂ ਵੀ ਬਣਦੀਆਂ ਹੋਣੀਆਂ ਜਿਮਾਂ ਚ ਹਾਂ ਜੋੜੀਆਂ ਜਿਹੜੀਆਂ ਜੋੜੀਆਂ ਜ਼ਿਆਦਾ ਬਣਦੀਆਂ ਨਹੀਂ ਜੋੜੀਆਂ ਜ਼ਿਆਦਾ ਟੁੱਟ ਜਾਂਦੀਆਂ ਟੁੱਟਦੀਆਂ ਨੇ ਉਨਾ ਚੰਗੀ ਗੱਲ ਹੈ ਹੁਣ ਜੇ ਇੱਕ ਲਾ ਲੋ ਇੱਕ ਲੇਡੀਜ਼ ਜਿਮ ਚਾਹ ਰਹੀ ਹੈ ਹਨਾ ਹੁਣ ਉਹਦਾ ਘਰ ਵਾਲਾ ਜਿਮ ਨਹੀਂ ਲਾ ਰਿਆ ਠੀਕ ਹੈ ਨਾ ਹੁਣ ਉਹ ਜਿਮ ਚਾਹ ਰਹੀ ਹੈ ਹੁਣ ਚਾਰ ਪੰਜ ਮੁੰਡੇ ਤੁਹਾਨੂੰ ਤਾੜਨਗੇ ਕਿਧਰੇ ਨਾ ਕਿਧਰੇ ਜਾ ਕੇ ਕੋਈ ਨਾ ਕੋਈ ਦਾ ਗੱਲਬਾਤ ਹੋਊਗੀ ਜੀ ਟੁੱਟਣਗੇ ਜ਼ਿਆਦਾ ਬਣਣਗੀਆਂ ਘੱਟ ਜੇ ਬਣਦੀਆਂ ਵੀ ਹੋਣਗੀਆਂ ਕੁਝ ਸਾਲ ਲਈ ਬਣਦੀ 6 ਮਹੀਨੇ ਲਈ ਬਣ ਲਈ 3 ਮਹੀਨੇ ਲਈ ਬਣ ਲਈ ਐਦਾਂ ਜਿਮ ਚੇਂਜ ਕਰਤਾ ਉਹਨਾਂ ਫਰੈਂਡਸ਼ਿਪ ਕਰ ਲਈ ਉਹਨਾਂ ਕਰ ਲਈ ਹਮ ਸਾਰਾ ਕੁਝ ਜਿਮ ਵਿੱਚ ਹੈ ਜੀ ਅੱਜਕੱਲ ਖਾਣਾ ਪੀਣਾ ਨਾਣਾ ਫਰੈਂਡਸ਼ਿਪ ਵਿਆ ਪਾਰਟੀਆਂ ਮਤਲਬ ਸਮਝੋ ਇੱਕ ਫੁੱਲ ਪੈਕੇਜ ਹੈ ਅੱਜ ਦੇ ਟਾਈਮ ਦੇ ਵਿੱਚ ਫਿਟਨੈਸ ਹੈ ਸਟਿ ਜਿਮ ਮੈਂਬਰਸ਼ਿਪ 50 ਸਾਲ ਦੀ ਨਾ ਮੈਂਬਰਸ਼ਿਪ ਤਾਂ ਦੀ ਹੋ ਜਾਂਦੀ ਹੈ 6 ਦੀ ਲੈ ਲਓ ਸਾਲ ਦੀ ਲੈ ਲਓ ਲਾਈਫਟਾਈਮ ਲੈ ਲਓ ਹਣਾ ਹੁਣ ਇੱਕ ਮੁੰਡਾ ਆਇਆ ਯਾਰ ਮੈਂ ਤਾਂ ਇੱਥੇ ਮਹੀਨਾ ਲਾਣਾ ਜੀ ਉਹ ਮਹੀਨੇ ਦੇ ਵਿੱਚ ਹਫਤਾ ਲਾਵੇ ਤੇ ਕੋਈ ਕੁੜੀ ਉਹਨਾਂ ਨਾਲ ਗੱਲਬਾਤ ਕਰਨ ਲੱਗ ਜਾਈ ਮੈਂ ਤਾਂ ਸਾਲ ਦੀ ਕਰਾ ਦੇਣੀ ਹੈ ਕਿਉਂਕਿ ਉਹਨੂੰ ਹੁਣ ਨਾ ਮਤਲਬ ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ ਇਹ ਕੀ ਹੁੰਦਾ ਕੋਈ ਮਾੜੀ ਗੱਲ ਨਹੀਂ ਹੈ ਬਿਲਕੁਲ ਇਹ ਚੰਗੀ ਗੱਲ ਹੈ ਕਿਉਂਕਿ ਸਾ ਆਪਣੇ ਨਾਲ ਵਿੱਚ ਨਾ ਟੈਸਟਸਟੋਨ ਹੁੰਦਾ ਜਿਹਨੂੰ ਕਹਿੰਦੇ ਟੈਸਟਸਟੋਨ ਜੀ ਬੰਦਿਆ ਦੇ ਵਿੱਚ ਬਿਲਕੁਲ ਠੀਕ ਹੈ ਟੈਸਟਸਟੋਨ ਹੁੰਦਾ ਤੇ ਕੁੜੀਆਂ ਦੇ ਵਿੱਚ ਹਸਟੋਜਨ ਜੀ ਉਹਨਾਂ ਦਾ ਹਮੇਸ਼ਾ ਜ਼ਿਆਦਾ ਬਣਦਾ ਹਮ ਜਿਹੜਾ ਕੁੜੀਆਂ ਦੇ ਵਿੱਚ ਸੈਕਸ ਆ ਬੰਦੇ ਨਾਲੋਂ ਜ਼ਿਆਦਾ ਜੀ ਤੇ ਮੁੰਡਿਆਂ 'ਚ ਘੱਟ ਹੁੰਦਾ ਕੁੜੀਆਂ 'ਚ ਜ਼ਿਆਦਾ ਬਣਦਾ ਤੇ ਕੰਟਰੋਲ ਸਾਬ ਨਾਲੋਂ ਜ਼ਿਆਦਾ ਗਿਰੇ ਚ ਕੁੜੀਆਂ 'ਚ ਤੇ ਮੁੰਡਿਆਂ 'ਚ ਕੰਟਰੋਲ ਨਹੀਂ ਹੈਗਾ ਜੀ ਉਹਨਾਂ ਨੂੰ ਇਹ ਹੁੰਦਾ ਉਹਨਾਂ ਦਾ ਨਾ ਟੈਸਟਸਟੋਨ ਹਾਈ ਹੋ ਜਾਂਦਾ ਹਮ एनर्जी आ ਜਾਂਦੀ ਹੈ ਜੇ ਟੈਸਟੋਸਟੇਨ ਲੋ ਹੋਊਗਾ ਬੰਦਾ ਐ ਬੈਠਾ ਰਹੂਗਾ ਕੁਝ ਕਰੂਗਾ ਨਹੀਂ ਉਹ ਬਜ਼ੁਰਗ ਹੁੰਦੇ ਜਿਨ੍ਹਾਂ ਦਾ ਟੈਸਟੋਸਟੇਨ ਲੋ ਹੋ ਜਾਂਦਾ ਜੇ ਉਹ ਟੈਸਟੋਸਟੇਨ ਕੁੜੀ ਨੂੰ ਦੇਖ ਕੇ ਬੂਸਟ ਹੋਏਗਾ ਉਹਦੀ એનર્ਜੀ ਜ਼ਿਆਦਾ ਹੋਊਗੀ ਐਕਸੇ ਜ਼ਿਆਦਾ ਲਾਊਗਾ ਤੇ ਮੈਂਬਰਸ਼ਿਪ ਭਾਜੀ ਕਿੰਨੇ ਦੀ ਲਊਗਾ ਫਿਰ ਉਹ ਮਹੀਨੇ ਦੀ ਤਾਂ ਨਹੀਂ ਲਊਗਾ ਨਾ ਸਾਲ ਦੀ ਲਊਗਾ ਨਾ ਜੀ ਇਹਨੂੰ ਕਹਿੰਦੇ ਆ ਅੱਛਾ ਨਾ ਜਿੰਮ ਵਾਲੇ ਮੁੰਡਿਆਂ ਦੇ ਲਈ ਇਹ ਖਾਸ ਕਰਕੇ ਗੱਲ ਕਹੀ ਜਾਂਦੀ ਆ ਸਿੱਧੀ ਜੀ ਗੱਲ ਵੀ ਤੇਰੇ ਪੱਲੇ ਥੱਲੇ ਕੱਖ ਨਹੀਂ ਰਿਹਾ ਸਿੱਧਾ ਜੇ ਕਮਾ ਵੀ ਸੈਕਸ ਕਰਨ ਦੇ ਵਿੱਚ ਜਾਂ ਕੋਈ ਪ੍ਰੋਬਲਮ ਆਉਂਦੀ ਆ ਇਦਾਂ ਦੇ ਕੁਝ ਹੁੰਦੀਆਂ ਗੱ ਸਭ ਨਾਲ ਜਿਆਦਾ ਬਾਡੀ ਬਿਲਡਰ ਨੂੰ ਬਦਨਾਮ ਕਰਦੇ ਆ ਜੀ ਸੈਕਸ ਦੇ ਮਾਮਲੇ ਚ ਫਿਜ਼ੀਕਲ ਡਰਾਈਵ ਨਹੀਂ ਆਹੀ ਚੀਜ਼ ਕਹਿੰਦੇ ਮੈਂ ਡੋਲਾ ਚੱਕੀ ਫਿਰਦਾ ਇਹਦੇ ਪੱਲੇ ਕੋਈ ਨਹੀਂ ਉਹ ਹੀ ਤਾਂ ਕਹਿੰਦਾ ਨਾ ਕੀ ਉਹਨੂੰ ਕਹਿੰਦੇ ਇਹਨੇ ਮੁੰਡੇ ਨੇ ਮੇਰਤੇ ਲਾ ਲਓ ਆ ਯਾਰ ਪ੍ਰਦੀਪ ਬਰਮਾ ਨੇ ਡੋਲਾ ਬਣਾਇਆ ਹਮ ਉੱਪਰ ਵਾਲਾ ਡੋਲਾ ਤਾਂ ਵੱਡਾ ਨੀਚੇ ਵਾਲਾ ਡੋਲਾ ਹੈ ਹੀ ਨਹੀਂ ਹਮ ਨੀਚੇ ਵਾਲਾ ਡੋਲਾ ਖਤਮ ਹੋ ਗਿਆ ਭਾਈ ਜਿੰਨੇ ਵੀ ਬਾਡੀ ਬਿਲਡਰ ਆ ਕਈ ਬਾਡੀ ਬਿਲਡਰਾਂ ਦੇ ਮੈਰिज ਹੋਈ ਹੋਈ ਆ ਜੀ ਬੱਚੇ ਵੀ ਹੋਏ ਹੋ ਉਹਨਾਂ ਦੇ ਹਮ ਜੇ ਉਹ ਖਰਾਕ ਵਧੀਆ ਖਾਊਗਾ ਨਾ ਪ੍ਰੋਟੀਨ ਡਾਈਟ ਖਾਊਗਾ ਪੂਰਾ ਟੈਸਟੋਸਟੇਰੋਨ ਲੈਵਲ ਹਾਈ ਹੋਊਗਾ ਨਾਰਮਲ ਬੰਦੇ ਤੋਂ ਸੈਕਸ ਜ਼ਿਆਦਾ ਹੋਊਗਾ ਰੇਚ ਹੂੰ ਉਹ ਕੰਟਰੋਲ ਰੱਖਦਾ ਮੈਨੂੰ ਵੇਸਟ ਨਹੀਂ ਕਰਨਾ ਆਪਣੇ ਬਿਰਜ ਨੂੰ ਆਪਣੇ ਸਪਰਮ ਨੂੰ ਕਿਉਂਕਿ ਮੈਂ ਮਸਲ ਬਣਾਣੇ ਆ ਜੀ ਮੇਰਾ ਕੰਮ ਹੈ ਮੇਰੀ ਦੁਕਾਨ ਹੈ ਮੈਂ ਦੁਕਾਨ ਦੇ ਵਿੱਚੋਂ ਆਪਣਾ ਸਮਾਨ ਆਪ ਨਹੀਂ ਖਾਣਾ ਹੂੰ ਜਦੋਂ ਉਹਦੀ ਇੱਕ ਫਰੈਂਡ ਹੋਏਗੀ ਜਾਂ ਦੋ ਹੋਣਗੀਆਂ ਜਾਂ ਉਹਦੀ ਘਰ ਵਾਲੀ ਹੋਏਗੀ ਉਹ ਸੈਕਸ ਉਹਦੇ ਨਾਲ ਕਰੂਗਾ ਜ਼ਿਆਦਾ ਜਦੋਂ ਤੋਂ ਜ਼ਿਆਦਾ ਕਰੂਗਾ ਜਿੰਨੇ ਵੀ ਬਾਡੀ ਬਿਲਡਰ ਆ ਨਾ ਸੈਕਸ ਬਹੁਤ ਜ਼ਿਆਦਾ ਕਰਦੇ ਆ ਤੇ ਸੈਕਸ ਨਾਰਮਲ ਬੰਦੇ ਤੋਂ ਉਹਨਾਂ ਤੋਂ ਜ਼ਿਆਦਾ ਹੁੰਦਾ ਇਹ ਗੱਲ ਫਿਰ ਨਿਕਲ ਕੇ ਕਿੱਥੋਂ ਆਈ ਕੋਈ ਕਾਰਨ ਤਾਂ ਹੋਊਗਾ ਕਾਰਨ ਬਸ ਇਹੀ ਆ ਆਪਾਂ ਹੁਣ ਸ਼ਰਾਬ ਪੀ ਲਈ ਜੀ ਨੋਟ ਹੋਰ ਬੰਦੇ ਨੇ ਕੀ ਕਰ ਲਿਆ ਆਪਾਂ ਵਿਸਕੀ ਪੀ ਲਈ ਹਣਾ ਸ਼ਰਾਬ ਪੀ ਲਈ ਜੀ ਸਿੱਫਟਾ ਪੀ ਲਿਆ ਨਸ਼ਾ ਕਰ ਲਿਆ ਬੋਡੀ ਤਾਂ ਆਪਾਂ ਬਣਾ ਨਹੀਂ ਸਕਦੇ ਹਾਂ ਕਿਉਂਕਿ ਆਪਾਂ ਨੀਚੋਂ ਖਤਮ ਹੋ ਗਏ ਜਿਹੜੇ ਨਸ਼ਾ ਕਰਦੇ ਹਨ ਨੀਚੋਂ ਤਾਂ ਖਤਮ ਹੋ ਗਏ ਉਹ ਕਹਿੰਦੇ ਅਸੀਂ ਤਾਂ ਕੁਝ ਕਰ ਨਹੀਂ पाए ਆਹ ਦੇਖ ਯਾਰ ਬੋਡੀ ਬਿਲਡਰ ਜਾਂਦਾ ਫੁੱਦੂ ਜਾ ਹਣਾ ਇਹ ਤਾਂ ਖੱਸੀ ਹੋਣਾ ਮੇਰੇ ਥੱਲੇ ਤਾਂ ਕੁਝ ਹੈ ਨਹੀਂ ਕਿਉਂਕਿ ਉਹ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਉਹ ਐਨਜੋਏ ਕਰਨਾ ਚਾਹੁੰਦੇ ਆ ਜੀ ਸ਼ਰਾਬ ਪੀਣਾ ਚਾਹੁੰਦੇ ਘੁੰਮਣਾ ਫਿਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਮਿਹਨਤ ਨਹੀਂ ਹੋਣੀ ਇਹ ਬਾਡੀ ਮਿਹਨਤ ਨਾਲ ਬੰਨੀ ਹੈ ਭਾਈ ਜੀ ਜਿਹੜਾ ਮਿਹਨਤ ਨਹੀਂ ਕਰੂਗਾ ਉਹ ਕਹੂਗਾ ਬਾਡੀ ਬਿਲਡਰ ਨੂੰ ਖੱਸੀ ਹੈ ਜੀ ਹਨਾ ਬਾਡੀ ਬਿਲਡਰ ਦੇ ਵੀ ਜਿਹੜੀ ਉਹਨਾਂ ਦਾ ਸੈਕਸ ਡਰਾਈਵ ਹੈ ਹੈ ਨਹੀਂ ਇਹਨਾਂ ਦਾ ਕੁਝ ਇਹ ਉਹ ਬੰਦੇ ਕਹਿੰਦੇ ਆ ਕਿ ਇਹ ਬੰਦੇ ਪ੍ਰੋਬਲਮ ਚ ਹੈ ਨਾ ਜੀ ਸਮਝੇ ਮੇਰੀ ਗੱਲ ਬਿਲਕੁਲ ਬਿਲਕੁਲ ਯਾਰ ਜੇ ਤੁਸੀਂ ਸ਼ਰਾਬ ਪੀ ਰਹੇ ਹੋ ਹਾਂ ਹਣਾ ਠੀਕ ਹੈ ਇੰਜੋਏਮੈਂਟ ਕਰੋ ਹਸਾਬ ਨਾ ਕਰੋ ਜਿੰਮ ਵੀ ਕਰੋ ਡਾਈਟ ਵਧੀਆ ਖਾਓ ਕੱਲ ਨੂੰ ਤੁਸੀਂ ਹੁਣ ਵਿਆਹ ਕਰਾਓਗੇ ਜਿਹੜੇ ਮੈਰਿਡ ਵੀ ਆ ਵਿਆਹ ਕਰਾਓਗੇ ਤੁਹਾਡੇ ਸਪਰਮ ਬਣਨਗੇ ਬੱਚੇ ਵਧੀਆ ਹੋਣਗੇ ਜੀ ਠੀਕ ਹੈ ਹੁਣ ਜਿਹੜਾ ਤੁਹਾਡਾ ਸਪਰਮ ਬਣੂਗਾ ਜੇ ਤੁਸੀਂ ਵਧੀਆ ਰਹੋਗੇ ਅੰਦਰੂਨੀ ਵਧੀਆ ਰਹੋਗੇ ਸ਼ਕਲਾਂ ਨਾਲ ਕੁਝ ਨਹੀਂ ਹੋਣਾ ਹਾਂ ਠੀਕ ਹੈ ਅੰਦਰੂਨੀ ਵਧੀਆ ਰਹੋਗੇ ਨਾ ਜਦੋਂ ਤੁਸੀਂ ਤੇ ਤਾਂ ਹੀ ਤੁਸੀਂ ਲੌਂਗ ਲਾਈਫ ਵਧੀਆ ਜੀ ਸਕਦੇ ਹੋ ਜੇ ਤੁਸੀਂ 70 ਸਾਲ ਦੇ ਹੋ 80 ਸਾਲ ਦੇ ਹੋ ਤਾਂ ਵੀ ਤੁਸੀਂ ਵਧੀਆ ਰਹੋਗੇ ਜੀ ਹਾਂ ਅੱਛਾ ਤੁਹਾਡਾ ਵਿਆਹ ਹੋ ਗਿਆ ਮੇਰਾ ਵਿਆਹ ਹੋ ਜਾਣੀ ਬਸ ਮੈਂ ਇਸ ਸਾਲ ਵਿਆਹ ਕਰਾ ਲੈਣਾ ਦਿਖਾ ਦਵਾਂਗੇ ਮਤਲਬ ਵਿਆਹ ਹਾਂ ਹਾਂ ਜ਼ਰੂਰ ਦਿਖਾਵਾਂਗੇ ਵਿਆਹ ਸੋਸ਼ਲ ਹੋਵਾਂਗੇ ਬਿਲਕੁਲ ਪ੍ਰੋਪਰ ਸੋਸ਼ਲ ਹੋਵਾਂਗੇ ਹਾਂ 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 ਬਾਕੀ ਜਿੰਮ ਵਾਲਿਆ ਬਾਰੇ ਕੋਈ ਮਾੜਾ ਨਾ ਕਵੇ ਜੀ ਬੜੇ ਜ਼ੋਰ ਲੱਗਾ ਹੁੰਦਾ ਬੜੀ ਮਿਹਨਤ ਲੱਗੀ ਹੁੰਦੀ ਆ ਥੋੜਾ ਜਿਹਾ ਇੱਧਰ ਨਵ ਆਓ ਸਭ ਕੁਝ ਛੱਡ ਕੇ ਖਰਾਕ ਖਾਓ ਜਿੰਮ ਲਾਓ ਜਦੋਂ ਚਾਰ ਬੰਦੇ ਤੁਹਾਨੂੰ ਦੇਖਣਗੇ ਨਾ ਕਿ ਤੁਸੀਂ ਜਿੰਮ ਲਾ ਰਹੇ ਹੋ ਖਰਾਕ ਖਾ ਰਹੇ ਹੋ ਫਿਰ ਤੁਸੀਂ ਕਹੋਗੇ ਹਾਂ ਯਾਰ ਹੈ ਇੱਥੇ ਕੁਝ ਜਦੋਂ ਜਦੋਂ ਅਤੀ ਸ਼ੁਰੂ ਕੀਤਾ ਸੀ ਜੈਮ ਲਾਈਨ ਦੇ ਵਿੱਚ ਉਦੋਂ ਇਹ ਚੀਜ਼ ਸੋਚ ਕੇ ਸੀ ਵੀ ਮੈਂ ਟ੍ਰੇਨਰ ਬਣਨਾ ਅੱਗੇ ਜਾ ਕੇ ਮੈਂ ਤਾਂ ਭਾਜੀ ਆਪਣੇ ਪਾਪਾ ਨਾਲ ਬਿਜ਼ਨਸ ਕਰਦਾ ਸੀ ਜੀ ਠੀਕ ਹੈ ਮੈਂ ਹੌਲੀ 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 ਜਦੋਂ 2 ਸਾਲ 3 ਸਾਲ ਪੀ ਫਿਰ ਮੈਂ ਬਾਡੀ ਬਿਲਡਿੰਗ ਪ੍ਰੋਫੈਸ਼ਨਲ 2009 ਚ ਕੀਤੀ ਹੂੰ 2007 ਦੇ ਵਿੱਚ ਮੈਂ ਇੱਕ ਜਮਾਲਪੁਰ ਲੁਧਿਆਣਾ ਕੰਪੀਟੀਸ਼ਨ ਖੇਡਿਆ ਸੀਗਾ ਜੀ ਮੈਂ ਭਾਜੀ 20 ਨੰਬਰ ਤੇ ਆਇਆ ਸੀ ਓਏ ਹੋਏ ਹਾਂ ਮੈਂ ਕਿਹਾ ਮੈਂ ਅਜੇ ਇੱਕ ਸਾਲ ਹੋਇਆ ਤੇ ਮੈਂ 20 ਨੰਬਰ ਤੇ ਆਇਆ ਫਿਰ ਮੈਂ 2008 ਦੇ ਵਿੱਚ ਮਿਸਟਰ ਪੰਜਾਬ ਖੇਡਿਆ ਖਾਲਸਾ ਕਾਲਜ ਬॉयਸ ਲੁਧਿਆਣੇ ਜੀ ਫਿਰ ਮੇਰੀ 3rd ਪਲੇਸ ਪਈ ਹੂੰ ਤੀਜੀ ਤੀਦੇ ਨੰਬਰ ਤੇ ਆਇਆ ਆਪਣੇ weight ਚ 55 ਕਿਲੋ ਚ ਫਿਰ 2009 ਦੇ ਵਿੱਚ ਮੈਂ ਇਹ ਜੋਰ ਲਾਇਆ ਐਨੀ ਮਿਹਨਤ ਕੀਤੀ ਮੈਂ ਭਾਜੀ ਜੂਨੀਅਰ ਮਿਸਟਰ ਇੰਡੀਆ ਬਣਿਆ ਗਵਰਨਮੈਂਟ ਕਾਲਜ ਲੁਧਿਆਣੇ ਦੇ ਵਿੱਚ ਉਸ ਤੋਂ ਬਾਅਦ ਫਿਰ ਮੇਰੀ ਭਾਜੀ ਜਰਨੀ ਸ਼ੁਰੂ ਹੋ ਗਈ ਜੀ ਫਿਟਨੈਸ ਇੰਡਸਟਰੀ ਦੇ ਵਿੱਚ ਫਿਰ ਜਿੱਦਾਂ ਜਿੱਦਾਂ ਬਾਜੀ ਮੈਂ ਅੱਗੇ ਵਧੀ ਗਿਆ ਫਿਰ ਮੁੰਡੇ ਕਹਿੰਦੇ ਮੈਂ ਤੁਹਾਡੇ ਵਰਗਾ ਬੰਨਾ ਮੇਰੇ ਕੋ ਕੋਚਿੰਗ ਲੈਂਦੇ ਰਹੇ ਫਿਰ ਮੈਂ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਜੀ ਫਿਰ ਮੈਂ ਜਿੰਮ ਵੀ ਖੋਲੇ ਸਟੋਰ ਵੀ ਖੋਲੇ ਪਰ ਹੁਣ ਮੈਂ ਜੋ ਪ੍ਰੈਸੈਂਟ ਹਾਂ ਸਟਿਲ ਮੈਂ ਇਨਫਲੂਐਂਸਰ ਹਾਂ ਮੈਂ ਆਨਲਾਈਨ ਟ੍ਰੇਨਿੰਗ ਦਿੰਨਾ ਔਰ ਮੇਰੇ ਕੋ ਕਈ ਮੁੰਡੇ ਜਿਹੜੇ ਜਿੰਮ ਆਲੇ ਜਿਹੜੇ ਪ੍ਰੋਫੈਸ਼ਨਲ ਆ ਮੇਰੇ ਕੋ ਸੈਸ਼ਨ ਲੈਣ ਆਉਂਦੇ ਆ ਜੀ ਮਤਲਬ ਐਕਸਰਸਾਈਜ਼ ਲੈਣ ਆਉਂਦੇ ਸਿੱਖਣ ਆਉਂਦੇ ਮੇਰੇ ਕੋ ਮੈਂ ਵੀ ਬਾਜੀ ਕਿਸੇ ਕੋ ਸਿੱਖਣ ਜਾਣਾ ਉਹ ਵੀ ਮੇਰੇ ਕੋ ਸਿੱਖਣ ਆਉਂਦੇ ਆ ਬਿਲਕੁਲ ਅੱਛਾ ਇੱਕ ਮੇਰੇ ਜਿਵੇਂ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਸੀਂ ਅੱਗੇ ਆਏ ਜਿਵੇਂ ਕਦ ਕੱਦ ਦੀ ਗੱਲ ਕਰ ਲਈਏ ਹਾਂ ਉਹ ਜਦੋਂ ਹੁਣ ਮੈਨੂੰ ਕੋਈ ਕਹਿ ਦਿੰਦਾ ਯਾਰ ਤੇਰੀ ਥੋੜੀ ਜੀ ਹਾਈਟ ਵੱਡੀ ਹੁੰਦੀ ਬਹੁਤ ਵਧੀਆ ਹੋਣਾ ਸੀਗਾ ਜੀ ਉਹ ਮੈਂ ਕਹਾਂ ਮੈਨੂੰ ਮੇਰੀ ਹਾਈਟ ਮੇਰੇ ਜਿਹੜੇ ਉੱਪਰ ਬੈਠੇ ਨਾ ਰੱਬ ਬੈਠਾ ਉਹਨਾਂ ਨੇ ਮੈਨੂੰ ਮੇਰੀ ਹਾਈਟ ਗੋਡ ਗਿਫਟਡ ਦਿੱਤੀ ਹੈ ਬਿਲਕੁਲ ਮੈਂ ਜੇ ਉਹਨੂੰ ਕਹਿੰਦੇ 6 ਫੁੱਟ ਦਾ ਹੁੰਦਾ ਮੈਂ ਬੋਡੀ ਬਿਲਡਰ ਨਾ ਹੁੰਦਾ ਹਾਂ ਹਨਾ ਮੈਂ ਨੋਰਮਲ ਜਿਹਾ ਇਨਸਾਨ ਹਾਂ ਦਾ ਜਿੰਨੀ ਮੇਰੀ ਹਾਈਟ 'ਚ ਮੈਂ ਜਿੰਨਾ ਉਹਨਾਂ ਕਹਿੰਦੇ ਨਾਮ ਕਮਾਇਆ ਮਿਹਨਤ ਨਾਲ ਫੇਸ ਵੈਲਿਊ ਕਮਾਈ ਹੈ ਇਹ ਛੋਟੀ ਹਾਈਟ 'ਚ ਕਮਾਈ ਹੈ ਇਹ ਹੁੰਦੇ ਪਾਜੀ ਜੈਨੇਟਿਕ ਮੇਰੀ ਮੰਮੀ ਦੀ ਹਾਈਟ ਛੋਟੀ ਹੈ ਮੇਰੀ ਨਾਨੀ ਦੀ ਹਾਈਟ ਛੋਟੀ ਹੈ ਤਾਂ ਕਰਕੇ ਮੇਰੀ ਸ਼ਾਰਟ ਹਾਈਟ ਹੈ ਵੇ ਕਿੰਨਾ ਹੈ ਕਿੰਨਾ ਕੱਦ ਮੇਰਾ ਹੋਊਗਾ ਭਾਜੀ 5 ਫੁੱਟ 4 ਇੰਚ ਦਾ ਹਾਈਟ ਹੈ ਮੇਰੀ 4 ਇੰਚ ਠੀਕ ਹੈ ਨਾ ਇੰਨੀ ਕੁ ਹਾਈਟ ਹੈਗੀ ਐ ਮਤਲਬ ਪਾਇਆ ਲਾਇਆ ਖਾਦਾ ਪੀਤਾ ਘੁੰਮਿਆ ਫਿਰਿਆ ਸਭ ਜੱਚਦਾ ਆਪਣੇ ਲਈ ਮੇਰੇ ਮਤਲਬ ਕਿਉਂ ਦਿਮਾਗ ਚ ਆਖਰ ਸੁਣਨ ਨੂੰ ਮਿਲਦਾ ਨਹੀਂ ਵੀ ਯਾਰ ਜਿੰਮ ਨਾਲ ਆਉ ਕੱਦ ਖੜੀ ਛੋਟੀ ਇਦਾਂ ਥੋੜੀ ਨਾ ਹੁੰਦਾ ਉਹ ਤਾਂ ਜੈਨੇਟਿਕ ਹੁੰਦੇ ਆ ਭਾਜੀ ਜੇ ਤੁਹਾਡੇ ਫਾਦਰ ਦੀ ਮਾਮ ਦੀ ਹਾਈਟ ਵੱਡੀ ਹੈ ਤੁਹਾਡੀ ਹੁਣੀ ਹੋਣੀ ਹੈ ਜਿੰਮ ਲਾਨਾ ਤਾਂ ਕਦੀ ਇਦਾਂ ਹੋਣਾ ਹੀ ਨਹੀਂਗਾ ਨਹੀਂ ਤੁਸੀਂ ਸੁਣਿਆ ਹੁਣ ਤੁਸੀਂ ਵੀ ਇਹ ਚੀਜ਼ ਬਸ ਉਹ ਤਾਂ ਕਹਿੰਦੇ ਆ ਜਿਵੇਂ ਅਨਪੜ ਲੋਕ ਜਿਹੜੇ ਅੱਜ ਕੱਲ ਦੇ ਹਨ ਜਿਹੜੇ ਜੈਨੇਟ ਲੈ ਗ ਲੈ ਗਈ ਤੇਰੀ ਹਾਈਟ ਰੁਕ ਜਣੀ ਜੇ ਮਨ ਲਾਨਾ ਹਾਈਟ ਥੋੜੀ ਨਾ ਰੁਕਦੀ ਹੈ ਯਾਰ ਤੁਸੀਂ ਗੋਰੇ ਦੇਖ ਲਓ ਬੱਚੇ ਦੇਖੇ ਤੁਸੀਂ ਗੋਰਿਆਂ ਦੇ ਚਾਈਨਿਸ ਹੈਨਾ ਕਿੱਦਾਂ ਉਹਨੂੰ ਕਹਿੰਦੇ ਉਹ ਕਰਾਟੇ ਕਰਦੇ ਆ ਉਹਨੂੰ ਕਹਿੰਦੇ ਜੁਨੈਕ ਉਹ ਕਰਦੇ ਕਰਾਟੇ ਕਰਦੇ ਹੈਨਾ ਹੋਰ ਬਹੁਤ ਕੁਝ ਕਰਦੇ ਕਿੰਨੀ ਸਪੋਰਟਸ ਦੇ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਆ 5 5 ਸਾਲ ਦੇ ਉਹਨਾਂ ਦੇ ਪੇਟ ਮਸਲ ਬਣੇ ਹੁੰਦੇ ਆ ਕੋਈ ਬੋਡੀ ਬਿਲਡਰ ਬਣੇ ਹੁੰਦੇ ਉਹ ਹੁਣ ਹਾਈਟ ਰੁਕ ਜਾਈ ਉਹਨਾਂ ਦੀ ਉਹ ਫੁੱਦੂ ਬੈਠੇ ਆ ਸਾਡੇ ਤੋਂ ਅੱਗੇ ਆ ਉਦੋਂ ਦਾ ਕੁਝ ਨਹੀਂ ਹੁੰਦਾ ਇਹਦਾ ਕੁਝ ਨਹੀਂ ਹੈਗਾ ਇਹ ਗੱਲਾਂ ਹੀ ਹੈਗੀਆਂ ਵੇ ਫੇਰੀ ਹਾਈਡ ਰੁਕ ਜੂਗੀ ਨਹੀਂ ਜੇ ਮਲਾਣਾ ਨਾ ਲਾਓ ਉਹਨੂੰ ਕੋਈ ਗੱਲ ਨਹੀਂ ਬੱਚੇ ਨੂੰ ਕਹਦੇ ਹਜੇ ਤਾਂ ਟਾਈਮ ਨਹੀਂ ਆਇਆ ਤੇ ਉਹਨੂੰ 18 ਸਾਲ ਤੋਂ ਬਾਅਦ ਲਾਵਾਂਗੇ ਪਰ ਉਹਦਾ ਦਿਲ ਤਾਂ ਨਾ ਟੁੱਟ ਉਹਦੀ ਹਾਈਡ ਰੁਕ ਜਾਈਂ ਐਂ ਹੀ ਰੁਕ ਦਿੰਦੇ ਸੀ ਮਾਵਾ ਵੀ ਵੀ ਨਾ ਵੇ ਵਜਨ ਨਾ ਚੱਕ ਤਰਾ ਕੱਦ ਰੋ ਤੇ ਕੱਟ ਕਿਉਂ ਰੁਕ ਜੂਗਾ ਖਾਂਬਾ ਜਨ ਉੱਪਰ ਠੰਗਾ ਆਣੇ ਰੁਕ ਦੇਣਾ ਵਾ ਜਿਹੜੀ ਜਿਹੜੇ ਜੈਨੇਟਿਕ ਹੈਗੇ ਮਾਂ ਪਿਓ ਦੇ ਉੱਤੇ ਹਾਈਡ ਜਾਣੀ ਹੈ ਜੀ ਨੈਨ ਨਕਸ਼ ਜੋ ਵੀ ਹੈ ਸਾਰੇ ਮਮ ਡੈਡ ਤੇ ਜਾਣਗੇ ਨਾ ਬਿਲਕੁਲ ਪਰਵਾਰਤ ਹੀ ਜਾਂਦੇ ਆ ਹੁਣ ਮੈਂ ਆਪਣੀ ਮੰਮੀ ਦੇ ਆਪਣੀ ਨਾਨੀ ਤੇ ਗਿਆ ਉਹਦੀ ਹਾਈਟ ਛੋਟੀ ਹੈ ਮੇਰੀ ਤਾਂ ਉਹਨੂੰ ਕਹਿੰਦੇ ਹਾਈਟ ਮਤਲਬ ਆਪ ਮੇਰੇ ਮੈਨੂੰ ਨਹੀਂ ਲੱਗਦਾ ਮੇਰੀ ਹਾਈਟ ਛੋਟੀ ਹੈ ਪਰ ਮੈਂ ਠੀਕ ਆ ਜੇ ਮੈਂ ਲਾ ਲਵਾਂ ਭਾਜੀ ਇਸ ਟਾਈਮ 70 ਕਿਲੋ ਦਾਣਾ ਤੇ ਮੈਂ 100 ਕਿਲੋ ਵਾਲੇ 90 ਕਿਲੋ ਵਾਲੇ ਬੋਡੀ ਬਿਲਡਰ ਦੇ ਸਾਹਮਣੇ ਪਤਾ ਕੀ ਲੱਗਦਾ ਬੀਸਟ ਜਿਹਨੂੰ ਕਹਿੰਦੇ ਤਕੜਾ ਮੇਰੇ ਏਡੇ ਮਸਲ ਹੈ ਕਿਉਂ ਹੈ ਕਿਉਂਕਿ ਮੈਂ ਮਿਹਨਤ ਕੀਤੀ ਹੋਈ ਹੈ ਮੈਂ ਆਪਣੀ ਹਾਈਟ ਤੋਂ ਭਾਜੀ ਖੁਸ਼ ਆ ਜੇ ਕਿਸੇ ਦੀ 3 ਫੁੱਟ ਹਾਈਟ ਹੈ ਉਹ ਸੌਰੀ 5 ਫੁੱਟ 3 ਹੈ ਜਾਂ 2 ਹੈ 4 ਹੈ 5 ਉਹ ਆਪਣੇ ਆਪ ਨੂੰ ਕਦੀ ਵੀ ਘੱਟ ਨਾ ਸਮਝੇ ਬਿਲਕੁਲ ਹਮ ਕਿਉਂ ਨਾ ਸਮਝੇ ਯਾਰ ਸਚਿਨ ਤੋਂ ਦੂਰ ਕਰ ਯਾਰ ਕਿਦਰੀ ਬਹੁਤ ਲੰਬਾ ਹਮ ਕਿ ਡੋਨਾਮ ਕੋ ਵਾਲਿਆ ਯਾਰ ਸਚਿਨ ਤੋਂ ਦੂਰ ਕਰ ਨੇ ਛੋਟੀ ਜੀ ਹਾਈਟ ਆ ਉਹਦੀ ਬਿਲਕੁਲ ਤੁਸੀਂ ਭਾਜੀ ਹਿਸਟਰੀ ਦੇਖ ਲਿਓ ਜਿੰਨੇ ਸ਼ਾਰਟ ਹਾਈਟ ਬਾਡੀ ਬਿਲਡਰ ਜਾਂ ਸ਼ਾਰਟ ਹਾਈਟ ਜਿੰਨੇ ਵੀ ਉਹਨੂੰ ਕਹਿੰਦੇ ਨਾਮੀ ਬੰਦੇ ਆ ਨਾ ਹਨਾ ਉਹ ਸਾਰੇ ਸ਼ਾਰਟ ਹਾਈਟ ਹੋਣਗੇ ਆਪਣੀ ਇੰਡੀਆ ਦੇ ਵਿੱਚ ਜੀ ਛੋਟੀ ਹਾਈਟ ਦੇ ਬੰਦੇ ਦੇਖ ਲਓ ਭਾਜੀ ਕਿੱਥੇ ਕਿੱਥੇ ਆ ਕੁੱਝ ਕਦੇ ਸੋਨਣ ਨੂੰ ਮਿਲੀਆਂ ਕਦਮ ਲੈ ਕੇ ਗੱਲਾਂ ਨਾ ਮੈਨੂੰ ਤਾਂ ਨਹੀਂ ਭਾਜੀ ਮਿਲੀਆਂ ਮੈਨੂੰ ਜੇ ਕਿਸੇ ਨੇ ਕਹਿਣਾ ਮੈਨੇ ਮੂੰਹ ਤੇ ਹੀ ਕਹਿ ਦੇਣਾ ਤੇਰੀ ਹਾਈਟ ਥੋੜੀ ਜੀ ਹੁੰਦੀ ਮੈਂ ਕਹਾ ਮੈਂ ਇਸੇ ਮੈਂ ਬੋਡੀ ਬਿਲਡਰ ਨਾ ਹੁੰਦਾ ਫਿਰ ਮੈਂ ਤੇਰੇ ਵਰਗਾ ਨੋਰਮਲ ਹੁੰਦਾ ਜੀ ਸ਼ਾਇਦ ਮੈਂ ਬੀਡੀ ਪੀਂਦਾ ਹੁੰਦਾ ਸਿਗਰਟ ਪੀਂਦਾ ਹੁੰਦਾ ਮੈਂ ਕਹਾ ਮੇਰੀ ਹਾਈਟ ਛੋਟੀ ਮੈਂ ਬੋਡੀ ਬਿਲਡਰਾਂ ਨੂੰ ਵਧੀਆ ਲੱਗਦਾ ਜੀ ਮੈਂ ਜ਼ਿਆਦਾ ਨਹੀਂ ਭਾਜੀ ਮਾਨ ਨਹੀਂ ਕਰਦਾ ਪਰਮਾਤਮਾ ਦੀ ਕਿਰਪਾ ਵਾ ਅਸੀਂ 50 ਬੰਦਿਆਂ ਦੇ ਵਿੱਚ ਵੀ ਖੜੀਏ ਤਾਂ ਵੀ ਸ਼ਾਈਨ ਕਰਾਂਗੇ ਕਿਉਂ ਕਰਾਂਗੇ ਅਸੀਂ ਮਿੰਤ ਲਈ ਹੋਈ ਹੈ ਡੋਲੇ ਸ਼ਾਈਨ ਨਹੀਂ ਕਰਨਗੇ ਰੰਗ ਵੀ ਸ਼ਾਈਨ ਸ਼ੁਕਰਮਾਨ ਹੰਨ ਵੀ 24 ਦਿੱਤਾ ਸ਼ੁਕਰ ਬਨਾਨਾ ਰੱਬ ਦਾ ਜੋ ਮੈਨੂੰ ਦਿੱਤਾ ਮੈਂ ਉਹਨੂੰ ਸਾਮ੍ਹਿਆ ਹੋਇਆ ਤੇ ਮੈਨੂੰ ਹੋਰ ਵਧੀਆ ਕਰਨਾ ਕਿਉਂ ਕਰਨਾ ਵਾ ਕਿਉਂਕਿ ਮੇਰਾ ਬਿਜ਼ਨਸ ਹੈ ਮੇਰੇ ਤੋਂ ਬਹੁ ਬੰਦੇ ਸਿੱਖਦੇ ਆ ਹੂੰ ਜਿਨ੍ਹਾਂ ਨੂੰ ਮੋਟੀਵੇਸ਼ਨ ਮਿਲਦਾ ਤੁਹਾਡੇ ਵਰਗਾ ਬੰਨਣਾ ਵਾ ਜੀ 40 40 ਸਾਲ ਦੇ 50 50 ਸਾਲ ਦੇ ਛੋਟੇ ਵੀ ਵੱਡੇ ਵੀ ਭਾਈ ਜੀ ਤੁਹਾਡੇ ਵਰਗਾ ਬੰਨਣਾ ਬਨਣਾ ਜ਼ਰੂਰ ਹੈ ਬਣੋਗੇ ਪਰ ਉਹਨੂੰ ਟਾਈਮ ਲੱਗਦਾ ਜੀ ਇੱਕਨਾਂ ਤੁਸੀਂ ਇੰਸਟਾਗ੍ਰਾਮ ਤੇ ਵੀਡੀਓ ਦੇਖਦੇ ਹੋਗੇ ਇੱਕ ਮੁੰਡੇ ਨਾ ਹੁਣ ਗਰਾਊਂਡ ਦੇ ਵਿੱਚ ਭੱਜਾਂਦਾ ਹੋਇਆ ਨੇ ਪੈਂਕੇ ਜਾਰਗਨਿਕ ਮੁੰਡਾ ਅਤੇ ਜਿਹੜੇ ਗਰਾਊਂਡ 'ਚ ਭਜਦੇ ਆ ਮਤਲਬ ਭੱਜੀ ਜਾ ਰਹੇ ਆ ਆਪਣੀ ਰੀਲਾ ਪਾਈ ਜਾ ਰਹੇ ਆ ਉਹ ਬਸ ਪਤਾ ਕੀ ਗੱਲ ਆ ਇਹ ਨਾ ਇੱਕ ਕੈਮਰਾ ਹੁੰਦਾ ਅਸੀਂ ਵੀ ਕੈਮਰੇ 'ਕੇ ਬੈਠੇ ਆ ਜੇ ਸਾਨੂੰ ਕੋਈ ਕੈਮਰੇ 'ਕੇ ਹੁਣ ਦੇਖੇਗਾ ਨਾ ਸਾਡਾ ਪੋਡਕਾਸਟ ਦੇਖੇਗਾ ਉਹ ਸਾਨੂੰ ਲਾਈਵ ਵੀ ਆ ਕੇ ਦੇਖ ਲਈ ਲਾਈਵ ਆ ਕੇ ਦੇਖੇਗਾ ਨਾ ਅਸੀਂ ਉੱਧਰ ਦੇ ਹੋਵਾਂਗੇ ਜੀ ਕਿਉਂਕਿ ਆਪਾਂ ਬਿਲਕੁਲ 100% ਜੈਨੂਇਨ ਆ ਅਸੀਂ ਕੋਈ ਫਿਲਟਰ ਨਹੀਂ ਲਾਣੇ ਹੈਗੇ ਜੀ ਆਵਾਜ਼ਾਂ ਨਹੀਂ ਚੇਂਜ ਕਰਨੀਆਂ ਹੈਗੀਆਂ ਉਹ ਭਾਜੀ ਅੱਜਕੱਲ ਕੀ ਕਰਦੇ ਇੰਸਟਾਗ੍ਰਾਮ ਦੇ ਵਿੱਚ ਬਹੁਤ ਮਤਲਬ ਐਡੀਟਿੰਗ ਹੈ ਜੀ ਜਿਹੜੀ ਮੁੰਡਿਆਂ ਨੂੰ ਖਿੱਚਦੀ ਆ ਯਾਰੋ ਗਰਾਊਂਡ 'ਚ ਭੱਜ ਰਿਹਾ ਔਰੇ ਐਪਸ ਬਿਲਕੁਲ ਹਣਾ ਜਦੋਂ ਆਪਾਂ ਕੋਲ ਖੜਦੇ ਆ ਸਾਰੀ ਸਕਿਨ ਗੰਦੀ ਜੀ ਹਾਂ ਦਾਣੇ ਹੋਏ ਹੁੰਦੇ ਆ ਐਡੇ ਐਡੇ ਛੋਟੇ ਛੋਟੇ ਮਸਲ ਬਸ ਇੰਸਟਾਗ੍ਰam ਨੇ ਪਾਗਲ ਕੀਤਾ ਹੋਇਆ ਪਹਿਲੇ ਬੰਦੇ ਨੂੰ ਦੇਖੋ ਤਾਂ ਸਹੀ ਫੇਸ ਟੂ ਫੇਸ ਔਰ ਚ ਹੈ ਕੀ ਆ ਹਾਂ ਮੈਂ ਜੀ ਇੱਕ ਮੁੰਡਾ ਆਇਆ ਮੇਰੇ ਕੋਲ ਉਹ ਵੀ ਮੁੰਡਾ ਆਪਣਾ ਰਾਮਪੁਰੇ ਬਠਿੰਡੇ ਤੋਂ ਆਇਆ ਮੈਂ ਤਾਂ ਨਾਮ ਨਹੀਂ ਲਾਵਾਂਗਾ ਤੇ ਮੈਂ ਉਹਦੀ ਨਾ ਜਦੋਂ WhatsApp ਤੇ ਪ੍ਰੋਫਾਈਲ ਦੇਖੀ ਯਾਰ ਮੈਂ ਕਿਹਾ ਬੜਾ ਲਾਲ ਜਾ ਯਾਰ ਮੁੰਡਾ ਬੜਾ ਘੁਰਾ ਚਿੱਟਾ ਮੁੰਡਾ ਭਾਜੀ ਮੈਂ ਉਹਨੂੰ ਦੇਖਿਆ ਮੈਂ ਕਿਹਾ ਯਾਰ ਇਹਨੇ ਫਿਲਟਰ ਮੈਨ ਲੱਗਦਾ ਹੈਗਾ ਤਾਂ ਯਾਰ ਸਮਾਰਟ ਜਾਈ ਹੋਊਗਾ ਹਾਈਟ ਮੇਰੇ ਜਿੰਨੀ ਉਹਦੀ ਭਾਈ ਜਦੋਂ ਮੈਂ ਉਹਨੂੰ ਲਾਈਵ ਦੇਖਿਆ ਉਹ ਤਾਂ ਮੈਨੂੰ ਦੇਖ ਕੇ ਆ ਹੋ ਗਿਆ ਯਾਰ ਕਹਿੰਦਾ ਮੈਂ ਕਿਹੜੀ ਦੁਨੀਆ ਚ ਆ ਗਿਆ ਮੈਂ ਕਿਹਾ ਮੈਂ ਤੈਨੂੰ ਦੇਖਦਾ ਮੈਂ ਤੂੰ ਕਿਹੜੀ ਦੁਨੀਆ ਚ ਆ ਗਿਆ ਭਾਜੀ ਇੱਕ ਨੇ ਹੋਏ ਹੋਏ ਦਾਣੇ ਹੋਏ ਹੋਏ ਪੱਕਾ ਰੰਗ ਜਕੀਰ ਮੰਨੋ ਤੁਸੀਂ ਮੇਰਾ ਦਾ ਭਾਜੀ ਮਨ ਹੀ ਟੁੱਟ ਗਿਆ ਕਿ ਮਤਲਬ ਇੰਨਾ ਇੰਨੀ ਐਡੀਟਿੰਗ ਹੈ ਤੇ ਪ੍ਰਦੀਪ ਭਾਈ ਜਿਵੇਂ ਰੀਅਲ ਲਾਈਫ ਤੇ ਰੀਅਲ ਲਾਈਫ 'ਚ ਕਿੰਨਾ ਕੁ ਫਰਕ ਹੁੰਦਾ ਫਿਰ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਜ਼ਿਆਦਾ ਨਹੀਂ 75% ਫਰਕ ਹੈਗਾ ਹੀ ਹੈਗਾ ਮੈਂ 50 ਵੀ ਨਹੀਂ ਕਹਿੰਦਾ ਹਮ ਅੱਧੋ-ਅੱਧ ਨਹੀਂ ਕਹਿੰਦਾ 75% ਫਰਕ ਐਡੀਟਿੰਗ ਇੰਨੀ ਹੋ ਚੁੱਕੀ ਹੈ ਜੀ ਇੰਨੀ ਤਾਂ ਐਡੀਟਿੰਗ ਹੋ ਚੁੱਕੀ ਹੈ ਹਮ ਕਾਲੇ ਨੂੰ ਗੋਰਾ ਕਰੀ ਜਾਂਦੇ ਗੋਲੇ ਨੂੰ ਕਾਲਾ ਕਰੀ ਜਾਂਦੇ ਪਈ ਠੀਕ ਹੈ ਮਸਲ ਏਡੇ ਨੂੰ ਹੁੰਦੇ ਏਡੇ ਕਰ ਦਿੰਦੇ ਹਮ ਕੋਈ ਕੁੜੀ ਕੋਈ ਮੁੰਡਾ ਕਿਸੇ ਨੂੰ ਮੈਂ ਗਲਤ ਨਹੀਂ ਬੋਲਦਾ ਪਿਆ ਕਿਉਂਕਿ ਇੰਸਟਾਗ੍ਰਾਮ ਤੇ ਇੰਨਾ ਕੁਝ ਆ ਚੁੱਕਾ ਐਪਸ ਤੇ ਨਹੀਂ ਆ ਚੁੱਕੀਆਂ ਹੋਈਆਂ ਜਿੱਤੇ ਐਡੀਟਿੰਗ ਹੋ ਜਾਂਦੀ ਹੈ ਹਣਾ ਜੇ ਆਪਾਂ ਉਹਨੂੰ ਰੀਅਲ ਦੇਖੀਏ ਦੇਖਣ ਦਾ ਦਿਲ ਨਹੀਂ ਕਰੂਗਾ ਰੀਅਲ ਚ ਰੀਅਲ ਲਾਈਫ ਚ ਦੇਖੀ ਜਾ ਰਹੇ ਆਂ ਬਹੁਤ ਵਧੀਆ ਬਹੁਤ ਵਧੀਆ ਫੋਲੋਅਰਸ ਵੀ ਵਧੀਆ ਆ ਰਹੇ ਕੰਮ ਹੀ ਮਿਲੇ ਜਦੋਂ ਫੇਸ ਟੂ ਫੇਸ ਦੇਖਦੇ ਆਂ ਦੇਖਣ ਦਾ ਮਨ ਨਹੀਂ ਕਰਦਾ ਜੀ ਸੋ ਜਿੰਨੇ ਵੀ ਬੰਦੇ ਮੇਰੇ ਨਾਲ ਜੁੜੇ ਹੋਏ ਆ ਹਾਂ ਮੇਰੀ ਇੰਸਟਾਗ੍ਰam ਤੇ ਜਾਂ ਮੈਨੂੰ ਬਹੁਤ ਪੁਰਾਣੇ ਜਾਣਦੇ ਜਾਂ ਨਵੇਂ ਜਾਣਦੇ ਆ ਜਦ ਮਰਜ਼ੀ ਆ ਕੇ ਮੈਨੂੰ ਫੇਸ ਟੂ ਫੇਸ ਦੇਖ ਲਿਓ ਜੋ ਮੈਂ ਇੰਸਟਾਗ੍ਰam ਤੇ ਆ ਉਹੀ ਮੈਂ ਰੀਅਲ ਲਾਈਫ 'ਚ ਆ ਰੀਅਲ ਤੇ ਰੀਅਲ ਸੇਮ ਹੈ ਤੇ ਜਿਹੜੇ ਐਡਿਟਿੰਗ ਕਰ ਰਹੇ ਆ ਚਲੋ ਵਧੀਆ ਉਹਨਾਂ ਦਾ ਬਿਜ਼ਨਸ ਹੈ ਕਰਨ ਆਪਾਂ ਨੂੰ ਕੋਈ ਐ ਨਹੀਂ ਆ ਕਿ ਮਤਲਬ ਜੈਲਸ ਹੈ ਜੈਲਸੀ ਤਾਂ ਮੈਂ ਚਾਹਨਾ ਵਾਗੀ ਮੇਰੇ ਤੋਂ ਇੰਨੀ ਦੁਨੀਆ ਜੈਲਸ ਕਰੇ ਇੰਨੀ ਬੈਕਬਾਈਟ ਕਰੇ ਕਿ ਤਾਂ ਕਿ ਮੇਰਾ ਫੋਕਸ ਹੋਰ ਜ਼ਿਆਦਾ ਵਧੇ ਮੈਨੂੰ ਪਿਆਰ ਕਰਨ ਨਾਲ ਨਹੀਂ ਚਾਹੀਦੇ ਮੈਨੂੰ ਹੇਟਰਸ ਚਾਹੀਦੇ ਆ ਕਿਉਂਕਿ ਹੇਟਰਸ ਤੋਂ ਤਾਂ ਭਾਜੀ ਮੋਟੀਵੇਸ਼ਨ ਮਿਲਦਾ ਬਿਲਕੁਲ ਲੱਤਾਂ ਖਿੱਚੇ ਨਾਲੇ ਦਾ ਉੱਪਰ ਲੈ ਕੇ ਜਾਂਦੇ ਆ ਹੂੰ ਕਿੰਨਾ ਮਜ਼ਾ ਆਂਦਾ ਜੀ ਤੂੰ ਕਰ ਨਹੀਂ ਸਕਦਾ ਓਏ ਯਾਰ ਮੈਂ ਨਹੀਂ ਕਰਨਾ ਜੋ ਮੈਂ ਕਰਨਾ ਤੂੰ ਨਹੀਂ ਕਰ ਸਕਦਾ ਮੈਂ ਇਦਾਂ ਦਾ ਕੁਝ ਕਰਨਾ ਮੈਂ ਇਹ ਸਵਾਲ ਪੁੱਛਿਆ ਤੁਹਾਨੂੰ ਵੀ ਕਦੇ ਕਿਸੇ ਨੇ ਕਹੀਆਂ ਇਹ ਚੀਜ਼ਾਂ ਵੀ ਯਾਰ ਤੂੰ ਤਾਂ ਇੱਥੋਂ ਨਹੀਂ ਹੋਣਾ ਇਹ ਚੀਜ਼ਾਂ ਤੂੰ ਕਰ ਨਹੀਂ ਸਕਦਾ ਇਹ ਚੀਜ਼ਾਂ ਸੁਣਨ ਨੂੰ ਮਿਲੀਆਂ ਹੁਣ ਕਦੇ ਲਾਈਕ ਚ ਭਾਜੀ ਉਹ ਪੁੱਛੋ ਉਹਨੂੰ ਕਹਿੰਦੇ ਸੁਣਨ ਨੂੰ ਮਿਲਦਾ ਪਰ ਮੂੰਹ ਤੇ ਨਹੀਂ ਬੋਲਦੇ ਨਾ ਪਿੱਠ ਪਿੱਛੇ ਬੋਲਦੇ ਆ ਫਿਰ ਉਹਨਾਂ ਨੂੰ ਜਵਾਬ ਵੀ ਉਦਾਂ ਮਿਲਦਾ ਜੀ ਕਿਉਂ ਮਿਲਦਾ ਪਿੱਛੇ ਮੇਰਾ ਮਸਲ ਟੇਅਰ ਹੋ ਗਿਆ ਸੀ ਹਾਂ ਮੇਰਾ ਬਾਈਸੈਪਸ ਟੇਅਰ ਹੋ ਗਿਆ ਸੀ ਇਹਨੂੰ ਕਹਿੰਦੇ ਐ ਜਿਹੜਾ ਮੇਰਾ ਬਾਈਸੈਪਸ ਸੀ ਨਾ ਇਹਦਾ ਉਹਨੂੰ ਕਹਿੰਦੇ ਬਾਈਸੈਪਸ ਦਾ ਟੈਂਡਨ ਟੇਅਰ ਹੋ ਗਿਆ ਸੀਗਾ ਬਾਈਸੈਪਸ ਟੈਂਡਨ ਟੇਅਰ ਹੋ ਗਿਆ ਸੀ ਮੇਰਾ ਡੋਲਾ ਟੁੱਟ ਗਿਆ ਸੀ ਇੱਥੋਂ ਦੀ ਅੱਛਾ ਇੱਥੇ ਇੱਕ ਟੈਂਡਰ ਹੁੰਦਾ ਟੁੱਟ ਗਿਆ ਸੀਗਾ ਹਾਂ ਫਿਰ ਭਾਜੀ ਮੈਂ ਸਰਜਰੀ ਕਰਾਈ ਮੇਰਾ 1 ਡੇਢ ਲੱਖ ਰੁਪਏ ਲੱਗਿਆ ਮੇਰਾ ਦੋਸਤ ਸੀਗਾ ਮੇਰੇ ਨਾਲ ਜਿਹੜੇ ਉਹਨੇ ਮੈਨੂੰ ਬੜੀ ਸਪੋਰਟ ਕੀਤੀ ਉਹਦਾ ਨਾਮ ਹੈ ਨikhil ਉਹ ਹਮੇਸ਼ਾ ਮੇਰੇ ਨਾਲ ਰਹਿੰਦਾ ਉਹਨੇ ਮੇਰੀ ਬੜੀ ਸਪੋਰਟ ਕੀਤੀ ਨikhil ਨੇ ਜੀ ਸਾਰਾ ਮੈਨੂੰ ਉਹਨੇ ਗਾਈਡ ਕੀਤਾ ਅਸੀਂ ਭਾਜੀ ਚੰਡੀਜਗੜ੍ਹ ਜਾ ਕੇ ਨਾ ਇਹਦੀ ਸਰਜਰੀ ਕਰਾਈ 1.5 ਲੱਖ ਰੁਪਏ ਲੱਗਿਆ ਹਫਤੇ ਬਾਅਦ ਮੈਂ ਕਰਾ ਲਈ ਸੀਗੀ ਇਹਦੀ ਸਰਜਰੀ 3 ਮਹੀਨੇ ਬਾਅਦ ਜਾ ਕੇ ਤੇ ਮੈਂ ਜਿੰਮ ਫਿਰ ਸਟਾਰਟ ਕੀਤਾ ਰੀਜੋਇਨ ਤੇ ਉਹ ਜਿਹੜੇ 3 ਮਹੀਨੇ ਜਿਹੜੀਆਂ ਮੈਂ ਗੱਲਾਂ ਸੁਣੀਆਂ ਨਾ ਉਹ ਮੈਨੂੰ ਭਾਜੀ ਉਹ ਗੱਲਾਂ ਨੇ ਮੋਟੀਵੇਸ਼ਨ ਹੀ ਬੜਾ ਦਿੱਤਾ ਤੇ ਫਿਰ ਮੈਂ ਜਦੋਂ ਉੱਭਰ ਕੇ ਆਇਆ ਫਿਰ ਉਹ ਜਿਹੜੇ ਬੈਗ ਬਾਈਟ ਕਰਦੇ ਸੀਗੇ ਜਿਹੜੇ ਪਿੱਛੇ ਬੋਲਦੇ ਸੀ ਉਹਨਾਂ ਨੂੰ ਜਵਾਬ ਮਿਲ ਗਿਆ ਭਾਈ ਬਿਲਕੁਲ ਬੋਲਣਾ ਨਹੀਂ ਕਰਕੇ ਦਿਖਾਣਾ ਕਰਕੇ ਦਿਖਾਉਣਾ ਬੜੀਆਂ ਚੀਜ਼ਾਂ ਕਰਕੇ ਦਿਖਾਈਆਂ ਜਿਹੜੇ ਬਾਰੇ ਉਹ ਬੋਲੇ ਆ ਪਰ ਕਮੈਰੀਜ਼ਨ ਹੀ ਨਹੀਂ ਹੈਗਾ ਮੇਰੇ ਤੋਂ ਉੱਪਰ ਵੀ ਹੈ ਮੈਂ ਵੀ ਨਹੀਂ ਕਰ ਸਕਦਾ ਉਹਨਾਂ ਦਾ ਪਰ ਜਿਹੜੇ ਬੈਗ ਬਾਈਟ ਕਰਦੇ ਆ ਨਾ ਉਹਨਾਂ ਕੋ ਕਮੈਰੀਜ਼ਨ ਨਹੀਂ ਹੈਗਾ ਉਹਨਾਂ ਕੋ ਇੱਕੋ ਹੀ ਚੀਜ਼ ਹੈ ਜੈਲਸ ਕੰਮਾ ਬੋਲਦਿਆ ਬਸ ਹੁਣ ਕੰਮ ਬੋਲਦਾ ਭਾਈ ਕਰੋ ਜੈਲਸ ਕੋਈ ਗੱਲ ਨਹੀਂ ਕਰਨੀ ਚਾਹੀਦੀ ਆ ਅਸੀਂ ਨਹੀਂ ਕਰਦੇ ਕਿਸੇ ਤੋਂ ਸਾਨੂੰ ਪ੍ਰਮਾਤਮਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਡੈਰੀ ਬਣਾ ਕੇ ਦਿੱਤੀ ਹੋਈ ਹੈ ਜੀ ਜਿਹੜੇ ਕਰਮ ਹਨ ਉਹ ਮਿਲਣਾ ਹੀ ਮਿਲਣਾ ਆਪਣੇ ਕਰਮਾਂ ਦਾ ਸਭ ਕੋਈ ਖਾਂਦਾ ਵੈ ਜੇ ਕੋਈ ਹਾਰਡ ਵਰਕ ਕਰੂਗਾ ਆਪਣੇ ਕਰਮ ਵੀ ਚੇਂਜ ਕਰ ਸਕਦਾ ਜੀ ਜੇ ਉਹ ਮਿਹਨਤ ਕਰ ਰਿਹਾ ਤੁਸੀਂ ਕਿਹਦੇ ਵਰਗਾ ਬਣਨਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਵੀ ਕੋਈ ਹੁੰਦਾ ਨਾ ਇੱਕ ਨਿਸ਼ਾਨਾ ਵੀ ਯਾਰ ਮੈਂ ਉਹਦੇ ਵਰਗਾ ਬਣਨਾ ਮੈਂ ਆਪਣੇ ਵਰਗਾ ਆ ਬਣਨਾ ਚਾਹੁੰਦਾ ਮੈਂ ਕਿਸੇ ਵਰਗਾ ਨਹੀਂ ਬਣਨਾ ਚਾਹੁੰਦਾ ਜੀ ਕਿਉਂਕਿ ਜੇ ਮੈਂ ਇਨਸਾਨ ਆ ਨਾ ਮੇਰਾ ਦਿਲ ਸਾਫ਼ ਹੈ ਮੈਂ ਇੱਦਾਂ ਦੀ ਰਹਿਣਾ ਚਾਹੁੰਦਾ ਜੇ ਮੈਂ ਕਿਸੇ ਵਰਗਾ ਸੋਚੂਗਾ ਨਾ ਬੰਨਣਾ ਵਾ ਕੀ ਪਤਾ ਉਹਦੇ ਦਿਲ ਦੇ ਅੰਦਰ ਖੋਟ ਹੋਵੇ ਨਿਤ ਨਿਤ ਮਨ ਖਰਾਬ ਹੋਵੇ ਹਨ ਦਿਲ ਖਰਾਬ ਹੋਵੇ ਨੀਤ ਖਰਾਬ ਮੈਂ ਕਿਸੇ ਵਰਗਾ ਨਹੀਂ ਬੰਨਣਾ ਚਾਹੁੰਦਾ ਮੈਂ ਆਪਣੇ ਵਰਗਾ ਹੀ ਰਹਿਣਾ ਚਾਹੁੰਦਾ ਮੈਂ ਇਹੀ ਬੰਨਣਾ ਚਾਹੁੰਦਾ ਮੈਂ ਇਦਾਂ ਦਾ ਹੀ ਰਹਾ ਬਹੁਤ ਵਧੀਆ ਮੈਂ ਕਿਸੇ ਵਰਗਾ ਨਹੀਂ ਬੰਨਣਾ ਚਾਹੁੰਦਾ ਮੇਰਾ ਕੋਈ ਆਈਡਲ ਨਹੀਂ ਹੈਗਾ ਮੇਰਾ ਟ੍ਰੇਨਰ ਹੈਗਾ ਮੇਰੇ ਮਾਪਿਓ ਹੈਗੇ ਆ ਜਿੰਨਾਂ ਕੋ ਮੈਂ ਟ੍ਰੇਨਿੰਗ ਲੈਂਦਾ ਉਹਨਾਂ ਦਾ ਨਾਮ ਕੁਲਦੀਪ ਜਾਦਵ ਕੁਲਦੀਪ ਜਾਦਵ ਸਿੰਘ ਜਿਹੜੇ ਦਿੱਲੀ ਤੋਂ ਹੈ ਮੇਰੇ ਪੇਰੈਂਟਸ ਨੇ ਬੜੀ ਬੜੀ ਹੈਲਪ ਕੀਤੀ ਹਨਾ ਮੇਰਾ ਉਹਨਾਂ ਦਾ ਆਸ਼ੀਰਵਾਦ ਹੈ ਮੇਰੇ ਉੱਪਰ ਹਨਾ ਜਿਨ੍ਹਾਂ ਨੇ ਮੈਨੂੰ ਪਹਿਲੇ ਵੀ ਸਿਖਾਇਆ ਉਹਨਾਂ ਦਾ ਵੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਥੈਂਕਸ ਜਿਹੜੇ ਮੈਨੂੰ ਸਿਖਾ ਰਹੇ ਆ ਤੇ ਮੈਂ ਦਿਲੋਂ ਉਹਨਾਂ ਦਾ ਵੀ ਥੈਂਕਸ ਕਰਦਾ ਆ ਤੇ ਹਮੇਸ਼ਾ ਕਰਦਾ ਰਾਵਾਂਗਾ ਤੇ ਜਿਨ੍ਹਾਂ ਨੇ ਮੈਨੂੰ ਛੱਡਿਆ ਤੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਹੜੇ ਮੇਰੇ ਨਾਲ ਚੱਲ ਰਹੇ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਇਹੀ ਜ਼ਿੰਦਗੀ ਹੈ ਜਿੰਨਾ ਕਰਾਂਗੇ ਉਹਨਾਂ ਮਿਲੇਗਾ ਠੀਕ ਹੈ ਜੇ ਆਪਾਂ ਕਿਸੇ ਨੂੰ ਜੈਲਸ ਕਰਾਂਗੇ ਰੱਬ ਨੇ ਆਪੇ ਖਿੱਚ ਲੈਣਾ ਵਾ ਜੇ ਤੁਸੀਂ ਕਿਸੇ ਨੂੰ ਜੈਲਸ ਕਰੋਗੇ ਪਹਿਲੇ ਉਹ ਤੁਹਾਨੂੰ ਦਲੇ ਸੱਟੂਗਾ ਹਮ ਹਣਾ ਇਹ ਤਾਂ ਹੈ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਸਭ ਨਾਲ ਜ਼ਿਆਦਾ ਦਿਖਾਵਾ ਹੈ ਦਿਖਾਵਾ ਹਣਾ ਜੇਬ ਚ ਰੁਪਈਆ ਨਹੀਂ ਹੈਗਾ ਆਪਾਂ ਆ ਚੀਜ਼ ਖਾਣੀ ਹੈ ਖਾ ਲੈਣੀ ਹੈ ਧਾਰੇ پیسے ਮੰਗ ਕੇ ਹਮ ਆਪਾਂ ਉਦਾਂ ਦੇ ਨਹੀਂ ਹੈਗੇ ਜੋ ਸਾਡੇ ਕੋਲ ਹੈਗਾ ਸੀ ਉਹ ਕਰਨਾ ਜੀ ਇਹ ਕਹਿੰਦਾ ਚਲੋ ਹੁਣ ਆਪਾਂ ਆ ਟਾਪਿਕ ਚੇਂਜ ਕਰ ਥੋੜਾ ਜਿਹਾ ਨਾ ਆ ਸਟੀਰੋਡ ਦੇ ਉੱਤੇ ਗੱਲ ਕਰਨੀ ਆਪਾਂ ਹਾਂ ਮੈਨੂੰ ਮੈਨੂੰ ਪਤਾ ਨਹੀਂ ਸੀ ਟਰਮ ਮੈਂ ਜਮਾ ਜਮ ਵਿੱਚ ਗਿਆ ਨਹੀਂ ਮੰਨ ਲਓ ਬਿਲਕੁਲ ਬਿਲਕੁਲ ਇਹਨੂੰ ਚੀਜ਼ ਬਾਰੇ ਪਤਾ ਨਹੀਂ ਆਪਾਂ ਉਹ ਚੀਜ਼ ਵੀ ਮਾਨੂੰ ਵੀ ਪਤਾ ਲੱਗਣਾ ਚਾਹੀਦਾ ਦਰਸ਼ਕਾਂ ਨੂੰ ਵੀ ਬਿਲਕੁਲ ਇੱਕ ਹੀ ਚੀਜ਼ ਹੁੰਦੀ ਆ ਉਹ ਮੈਂ ਤਾਂ ਪਹਿਲੇ ਇਹੀ ਕਵਾਂਗਾ ਕਿ ਜਿੰਨੇ ਵੀ ਮੁੰਡੇ ਆ ਜਾਂ ਮੇਰੇ ਨਾਲ ਜੁੜੇ ਹੋਏ ਆ ਠੀਕ ਆ ਨਾ ਜਾਂ ਮੇਰੇ ਤੋਂ ਟ੍ਰੇਨਿੰਗ ਲੈਂਦੇ ਆ ਨਾ ਜੀ ਕੈਟਾਬੋਲਿਕ ਐਨਾਬੋਲਿਕ ਜਿਹਨੂੰ ਐਨਾਬੋਲਿਕ ਕਹਿ ਦਿੰਦੇ ਹੋ ਇੱਕ ਟਾਈਮ ਤੇ ਆ ਕੇ ਉਹ ਲੈਣੇ ਪੈਂਦੇ ਆ ਜੀ ਇੰਡੀਆ ਦੇ ਵਿੱਚ ਉਹ ਲੈ ਨਹੀਂ ਰਹੇ ਉਹ ਬੇਸ਼ਮਾਰ ਚੱਲ ਰਿਹਾ ਜੀ ਬੇਤਿਹਾਰਾ ਸ਼ਟੀਰੋਇਡ ਚੱਲ ਰਿਹਾ ਇੰਡੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਬੇਤਿਹਾਰਾ ਸ਼ਟੀਰੋਇਡ ਚੱਲ ਰਿਹਾ ਛੋਟ ਚੱਲ ਰਿਹਾ ਕਿਉਂ ਚੱਲ ਰਿਹਾ ਇੱਕ ਟਾਈਮ ਹੁੰਦਾ ਭਾਜੀ ਸਟੀਰੋਇਡ ਲੈਣ ਦਾ ਜੀ ਜੇ ਕਿਸੇ ਨੇ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਕਰਨੀ ਹੈ ਹਮਮ ਕੰਪੀਟੀਸ਼ਨ ਕਰਨਾ ਉਹਨੂੰ ਭਾਜੀ ਲੈਣਾ ਪਊਗਾ ਜੀ ਠੀਕ ਹੈ ਨਾ ਲੈਣਾ ਪੈਣਾ ਹੀ ਹੈ ਹਮ ਇਹ ਨਹੀਂ ਹੈਗਾ ਕਿ ਮੈਂ ਵੀ ਬਹੁਤ ਸਾਫ਼ ਆ ਕਿ ਮਤਲਬ ਮੈਂ ਨਹੀਂ ਲਿਆ ਹੋਇਆ ਮੈਨੂੰ 18 ਸਾਲ ਹੋ ਗਏ ਭਾਜੀ ਕਿੰਨੇ ਸਾਲ ਲਿਆ ਹੋਊਗਾ ਮੈਂ ਵੀ ਲੈਣਾ ਪਰ ਹਿਸਾਬ ਨਾਲ ਇੱਕ ਤਰੀਕਾ ਹੁੰਦਾ ਇੱਕ ਡੋਸ ਦਾ ਤਰੀਕਾ ਹੁੰਦਾ ਜੀ ਠੀਕ ਹੈ ਕੋਈ ਬੰਦਾ ਸਟੀਰੋਇਡ ਨਾਲ ਮਰਦਾ ਨਹੀਂ ਹੈਗਾ ਹਮ ਠੀਕ ਹੈ ਤੇ ਕੋਈ ਬੰਦਾ ਆਉਣੋਂ ਕਹਿੰਦੇ ਖਰਾਬ ਨਹੀਂ ਹੁੰਦਾ ਇੱਕ ਲਿਮਟ ਨਾਲ ਚੱਲਣਾ ਪੈਂਦਾ ਆਪਾਂ ਭਾਜੀ 6 ਲੀਟਰ ਪਾਣੀ ਪੀਣਾ 12 ਲੀਟਰ ਪੀ ਲਾਂਗੇ ਤੇ ਸਾਡਾ ਢਿੱਡ ਨਹੀਂ ਫਟੂਗਾ ਜੀ ਇਹ ਹੀ ਸਟੀਰੋਇਡ ਦਾ ਹਿਸਾਬ ਹੈ ਜਿੰਨੀ ਡੋਸ ਤੁਹਾਡਾ ਕੋਚ ਤੁਹਾਨੂੰ ਦੇ ਰਿਹਾ ਹਮ ਉਨੀ ਡੋਸ ਲਵੋ ਓਵਰਡੋਸ ਨਾ ਲਵੋ ਓਵਰਡੋਸ ਨਾਲ ਪ੍ਰੋਬਲਮਸ ਹੁੰਦੀਆਂ ਅੰਦਰ ਸਾਡੇ ਜਿੰਨੇ ਵੀ ਅੰਦਰ ਕਿੱਟਨੀ ਲੀਵਰ ਹਨਾ ਜੀ ਸਾਰੇ ਫੰਕਸ਼ਨ ਸਾਡੇ ਖਰਾਬ ਹੋ ਜਾਂਦੇ ਆ ਜੀ ਬਲੱਡ ਖਰਾਬ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਹਮ ਕੈਸਟਰੋਲ ਵੱਧ ਜਾਂਦਾ ਤੇ ਸਟੀਰੋਇਡ ਜਿਹੜਾ ਨਾ ਉਹ ਤਰੀਕੇ ਨਾਲ ਭਾਈ ਲੈਂਦਾ ਬੰਦਾ ਜੇ ਕਿਸੇ ਨੇ ਬਾਡੀ ਬਿਲਡਿੰਗ ਕਰਨੀ ਹੈ ਜਾਂ ਕਿਸੇ ਨੇ ਫਿੱਟ ਵੀ ਹੋਣਾ ਉਹ ਵੀ ਬੰਦਾ ਥੋੜਾ ਬੋਤਾ ਲੈ ਸਕਦਾ ਪਰ ਤਰੀਕੇ ਨਾਲ ਜੀ ਹਰੇਕ ਬੰਦੇ ਵਾਸਤੇ ਸਟੀਰੋਇਡ ਨਹੀਂ ਬਣਿਆ ਹੋਇਆ ਮੈਂ ਕਿਸੇ ਨੂੰ ਸਟੀਰੋਇਡ ਰეკਮੈਂਡ ਨਹੀਂ ਕਰ ਰਿਆ ਕਿ ਤੂੰ ਦੀ ਸਟੀਰੋਇਡ ਲਵੋ ਕਦੀ ਕੋਈ ਕਿਸੇ ਦੀ ਬਾਹ ਫੜ ਕੇ ਨਹੀਂ ਆਂਦਾ ਲੈ ਕੇ ਆਂਦਾ ਹੁੰਦਾ ਕਿ ਆ ਜਾ ਭਾਈ ਤੈਨੂੰ ਮੈਂ ਦਵਾਈਆਂ ਦਵਾ ਜਾਂ ਟੀਕੇ ਦਵਾ ਜਾਂ ਗੋਲੀਆਂ ਦਵਾਣਾ ਜੀ ਜੇ ਉਹਨੂੰ ਹੈਗਾ ਵਾ ਕਿ ਮੈਨੂੰ ਲੈਣਾ ਵਾ ਆਪਣੀ ਮਰਜ਼ੀ ਨਾਲ ਲੈ ਰਿਆ ਨਾ ਅਸੀਂ ਤਾਂ ਨਹੀਂ ਉਹਨੂੰ ਰეკਮੈਂਡ ਕਰ ਰਹੇ ਜੇ ਉਹਨੂੰ ਰეკਮੈਂਡ ਕਰਾਂਗੇ ਵੀ ਕੁਝ ਸੋਚ ਸਮਝ ਕੇ ਕਰਾਂਗੇ ਕਿਉਂਕਿ ਉਹਦੀ ਜ਼ਿੰਦਗੀ ਸਾਡੇ ਹੱਥ ਦੇ ਵਿੱਚ ਹੈ ਜੀ ਤੇ ਐਸ ਕਰਕੇ ਕੁਝ ਟਾਈਮ ਤੇ ਆ ਕੇ ਇਹ ਚੀਜ਼ ਲੈਣੀ ਪੈਂਦੀ ਹੈ ਇਹ ਸਟੀਰੋਇਡ ਦਵਾਈਆਂ ਤੇ ਠੀਕ ਐਂ ਦੇ ਰੂਪ ਚ ਹੀ ਲੈ ਲੈਂਦੇ ਨੇ ਇਹ ਇਹ ਭਾਜੀ ਔਰਲ ਵੀ ਹੁੰਦਾ ਜਿਵੇਂ ਗੋਲੀਆਂ ਹੋ ਗਈਆਂ ਕੈਪਸੂਲ ਹੋ ਗਏ ਇੰਜੈਕਸ਼ਨ ਹੋ ਗਏ ਲਿਕਵਿਡ ਹੋ ਗਿਆ ਇਹ ਭਾਈ ਸਾਰਾ ਕੁਝ ਹੈ ਜੀ ਹਾਂ ਜੇ ਕੋਈ ਸਟੀਰੋਇਡ ਲੈ ਰਿਹਾ ਆਪਣੇ ਜੇ ਕੋਈ ਕੋਚ ਦੇ ਜੇ ਟ੍ਰੇਨਰ ਤੇ ਤੇ ਆਪਣੇ ਗੁਰੂ ਤੇ ਵਿਸ਼ਵਾਸ ਕਰ ਰਿਹਾ ਹੈ ਪਹਿਲੀ ਗੱਲ ਤਾਂ ਤੇ ਉਹ ਪੀਲੀਆਂ ਚਿੱਟੀਆਂ ਨੀਲੀਆਂ ਹਰੀਆਂ ਗੋਲੀਆਂ ਨਾ ਲਵੇ ਜੀ ਜਿੰਨੂੰ ਕਹਿੰਦੇ ਲੂਸ ਟੈਬਲੇਟ ਅੱਛਾ ਰੰਗ ਭਰਗੀਆਂ ਗੋਲੀਆਂ ਨਾ ਖਾਵੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਣਾ ਮੈਂ ਕੀ ਖਾ ਰਿਹਾ ਹੂੰ ਤੇ ਲੇਬਰ ਲੇਬਰ ਲਾ ਦਿੰਦੇ ਆ ਨਾ ਵਾਇਲਾ ਤੋਂ ਇੰਜੈਕਸ਼ਨਾਂ ਤੋਂ ਪਤਾ ਹੀ ਨਾ ਲੱਗੇ ਸਾਲਟ ਕਿਹੜਾ ਵਾ ਚਲੋ ਜੀ ਅਸੀਂ ਨੀਲੀਆਂ ਪੀਲੀਆਂ ਹਰੀਆਂ ਲੇਵਲ ਅੱਥੇ ਉਹ ਸਮਾਨ ਵਾਇਲਾ ਲੈ ਲਈਆਂ ਪਿਊਲ ਲੈ ਲੈ ਲਾਲੇ ਖਾਲੇ ਅਸੀਂ ਬਿਮਾਰ ਹੋ ਗਏ ਜੀ ਅਸੀਂ ਡਾਕਟਰ ਨੂੰ ਜਾ ਕੇ ਕੀ ਕਵਾਂਗੇ ਉਹ ਯਾਰ ਮੈਂ ਨੀਲੀ ਗੋਲੀ ਖਾਦੀ ਸੀ ਪੀਲੀ ਗੋਲੀ ਖਾਦੀ ਸੀ ਤੇ ਉਹਦੇ ਨਾਲ ਮੈਨੂੰ ਪ੍ਰੋਬਲਮ ਹੋ ਗਈ ਐ ਡਾਕਟਰ ਕਹੂਗਾ ਕਿਹੜੀ ਤੇਰੀ ਨੀਲੀ ਤੇ ਕਿਹੜੀ ਤੇਰੀ ਪੀਲੀ ਹੂੰ ਸੋ ਮੈਂ ਹੀ ਰეკਮੈਂਡ ਕਰਦਾ ਮੁੰਡਿਆਂ ਨੂੰ ਸਲਾਹ ਦਿੰਦਾ ਉਹਨਾਂ ਨੂੰ ਜੇ ਕਿਸੇ ਕੋਚ ਕੋਈ ਜਾਂ ਟ੍ਰੇਨਰ ਕੋਲ ਤੁਸੀਂ ਗੁਰੂ ਆਪਣੇ ਕੋ ਟ੍ਰੇਨਿੰਗ ਲੈਂਦੇ ਆ ਨਾ ਤੇ ਪਹਿਲੇ ਤਾਂ ਉਹਨੂੰ ਪੁੱਛੋ ਕਿ ਸਾਨੂੰ ਤੂੰ ਦੇ ਕੀ ਰਿਹਾ ਕਿਹੜਾ ਸਟੂਡੈਂਟ ਦੇ ਰਿਹਾ ਕਿਉਂ ਦੇ ਰਿਹਾ ਇਹਦਾ ਇਹਦਾ ਕੰਮ ਕੀ ਐ ਜੀ ਕਿਉਂ ਦੇ ਰਿਹਾ ਕਿਸ ਲਈ ਦੇ ਰਿਹਾ ਵਾ ਹੂੰ ਕਦੀ ਵੀ ਕੋਈ ਸਮਾਨ ਨੂੰ ਜਾਂ ਸਾਈਕਲ ਨੂੰ ਇਦਾਂ ਨਾ ਲਵੋ ਚਾਹੇ ਤੁਸੀਂ ਉਹਨੂੰ ਆਪਣਾ ਗੁਰੂ ਨਹੀਂ ਪਿਓ ਹੀ ਮੰਨਦੇ ਹੋ ਪਰ ਉਹਨੂੰ ਪੁੱਛੋ ਕਿਉਂ ਦੇ ਰਿਆਂ ਮਤਲਬ ਆਪਾਂ ਭਾਜੀ ਕੋਈ ਬ੍ਰਾਂਡ ਲੈਣੇ ਆ ਜੀ ਹਨਾ ਕੋਈ ਚੀਜ਼ ਖਾਣ ਜਾਣੇ ਆ ਹੂੰ ਕੁਝ ਵੀ ਲੈਣੇ ਆ ਲਿਖਿਆ ਹੁੰਦਾ ਨਾ ਬਿਲਕੁਲ ਆਪਾਂ ਫਾਸਟ ਫੂਡ ਦੀ ਦੁਕਾਨ ਤੇ ਜਾਵਾਂਗੇ ਉਹਦੇ ਨਾਮ ਲਿਖਿਆ ਹੁੰਦਾ ਨਾ ਹੂੰ ਹਨਾ ਟਿੰਕੂ ਫਾਸਟ ਫੂਡ ਪਾਵਾ ਫਾਸਟ ਫੂਡ ਮੈਂ ਉੱਥੋਂ ਖਾਦਾ ਸੀਗਾ ਹਾਂ ਮੈਂ ਉੱਥੋਂ ਖਾਦਾ ਸੀ ਮੈਨੂੰ ਉੱਥੋਂ ਪ੍ਰੋਬਲਮ ਹੋ ਗਈ ਹੁੰਦਾ ਡਾਕਟਰ ਨੂੰ ਕੀ ਕਹਾਂਗੇ ਪੀ ਨੀਲੀਆਂ ਪੀਲੀਆਂ ਗੋਲੀਆਂ ਖਾਦੀਆਂ ਤਾਂ ਪ੍ਰੋਬਲਮ ਹੋ ਗਈ ਹੂੰ ਇਹ ਕਹਿਣਾ ਚਾਹੁੰਦਾ ਮੈਂ ਅੱਜ ਦੀ ਯੂਥ ਨੂੰ ਕਿ ਮਤਲਬ ਜੇ ਕੋਈ ਚੀਜ਼ ਤੁਸੀਂ ਸਟੇਰੀਡ ਲੈ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਲੈ ਰਹੇ ਹੋ ਇੱਕ ਨਾ ਆਪਾਂ ਜਿੰਮ ਜੈਮ ਦੇ ਵੀਡੀਓ ਦੇਖਿਆ ਨੇ ਬਹੁਤ ਸਾਰੇ ਲੋਕਾਂ ਨੇ ਜਿੰਮ ਦੇ ਵਿੱਚ ਵੀ ਕਈ ਮੁੰਡੇ ਮੌਕੇ ਤੇ ਮੈਂ ਕਹਦੀ ਮੌਤ ਹੋ ਗਈ ਸੀ ਨਾ ਕਈ ਬੰਦਿਆਂ ਦੀ ਕਹਿੰਦੇ ਸਟੇਰੀਡ ਦਾ ওভারਡੋਜ਼ ਲਿਆ ਸੀਗਾ ਉਹ ਕੀ ওভারਡੋਜ਼ ਦਾ ਫਰਕਾਰਨ ਬਣਦਾ ਉਹਦਾ ਨਹੀਂ ਨਹੀਂ ਉਹਦਾ ਭਾਜੀ ਜਿਹੜੇ ਜਿਹੜੇ ਮੈਂ ਬਹੁਤ ਬੋਡੀ ਬਿਲਡਰ ਭਾਜੀ ਅਬਰੋਡ ਦੇ ਵੀ ਐ ਗੋਰੇ ਵੀ ਐ ਜੀ ਬਹੁਤ ਇੰਡੀਅਨ ਵੀ ਐ ਜਿਨ੍ਹਾਂ ਨੂੰ ਸਾਇਲੈਂਟ ਅਟੈਕ ਹੋਇਆ ਜੀ ਜਿਨ੍ਹਾਂ ਦੀ ਕਿਡਨੀ ਵੀ ਫੇਲ ਹੋਈ ਐ ਲੀਵਰ ਵੀ ਫੇਲ ਹੋਇਆ ਹ ਠੀਕ ਹੈ ਉਹਨਾਂ ਦੀਆਂ ਗਲਤੀਆਂ ਨਾ ਹੋਇਆ ਜੀ ਕਿ ਕਿਸ ਤਰ੍ਹਾਂ ਦੀ ਗਲਤੀ ਇੱਕ ਤਾਂ ਭਾਜੀ ਜਦੋਂ ਪ੍ਰੈਪ ਕਰਦੇ ਜਦੋਂ ਕੰਪੀਟੀਸ਼ਨ ਕਰਦੇ ਆ ਹਾਂ ਉਹ ਇਦਾਂ ਦੀ ਪੀਲਸ ਲੈ ਲੈਂਦੇ ਇਦਾਂ ਦੀ ਟੈਪਲਰ ਲੈ ਲੈਂਦੇ ਆ ਬੋਡੀ ਚ ਸਾਰਾ ਪਾਣੀ ਕੱਢ ਦਿੰਦੇ ਸਲੈਡ ਕਰਕੇ ਠੀਕ ਹੈ ਜਦ ਸਾਡੀ ਬੋਡੀ ਚ ਪਾਣੀ ਨਹੀਂ ਰਹੂਗਾ 70% ਪਾਣੀ ਹੈ 5 10% ਪਾਣੀ ਰਹਿ ਜਾਊਗਾ ਹਾਰਟ ਨੇ ਤਾਂ ਫਿਰ ਧੜਕਣਾ ਨਹੀਂ ਜੀ ਸੈਲੈਂਟੈਕ ਇੱਕ ਤਾਂ ਆ ਹੁੰਦਾ ਭਾਜੀ ਬੋਡੀ ਚ ਜਦੋਂ ਸਾਰਾ ਪਾਣੀ ਨਿਕਲ ਜਾ ਸਾਡੀ ਬੋਡੀ ਚ 70% ਪਾਣੀ ਹੈ ਭਾਜੀ ਪਾਣੀ ਨਿਕਲ ਜਾ ਮੌਤ ਹੋਣੀ ਹੋਣੀ ਹੈ ਹੋਣੀ ਹੈ ਪਾਣੀ ਨਿਕਲ ਗਿਆ ਖੂਨ ਸੁੱਕ ਗਿਆ ਹਾਂ ਸਟੀਰੋਇਡ ਨਾ ਹੋ ਗਈ ਕਿਉਂ ਹੋਈ ਕਿਉਂਕਿ ਗਾਈਡ ਨਹੀਂ ਕੀਤਾ ਕੋਚ ਨੇ ਹੁਣ ਇੱਕ ਹੋਰ ਜਿਹੜੀਆਂ ਮੋਤਾ ਹੁੰਦੀਆਂ ਵਾ ਓਵਰਡੋਸ ਨਹੀਂ ਹੁੰਦੀਆਂ ਭਾਜੀ ਡੋਸ ਲੈਣ ਤੋਂ ਬਾਅਦ ਜਿਹੜੀ ਖਰਾਖ ਹੁੰਦੀ ਹੈ ਨਾ ਖਰਾਖ ਖਰਾਖ ਦੇ ਵਿੱਚ ਭਾਜੀ ਪਾਣੀ ਆ ਗਿਆ ਪਾਣੀ ਛੱਡਿਆ ਪਟਾਕਾ ਪੈ ਗਿਆ ਟੈਗ ਹੋ ਗਿਆ ਜੇ ਪਾਣੀ ਪੀਂਦਾ ਰਹਿੰਦਾ ਨਹੀਂ ਹੋਣਾ ਸੀ ਨਾ ਪਾਣੀ ਛੱਡਣਾ ਹੋਇਆ ਨਾ ਸਟੀਰੋਇਡ ਦੀ ਗਲਤੀ ਨਹੀਂ ਹੈ ਹੁਣ ਇਦਾਂ ਹੀ ਜਿਹੜੇ ਬੰਦੇ ਬਹੁਤ ਤਗੜੇ ਹੋ ਜਾਂਦੇ ਆ ਬੜੇ ਬੜੇ ਭਾਰੇ ਹੋ ਜਾਂਦੇ ਆ ਪਹਿਲਵਾਨ ਹੋ ਜਾਂਦੇ ਦੇਸੀ ਪਹਿਲਵਾਨ ਵੀ ਆ ਬਾਡੀ ਬਿਲਡਰ ਵੀ ਉਹਨਾਂ ਟੈਗ ਪਤਾ ਕਿ ਹੁੰਦੀ ਆ ਉਹਨਾਂ ਦੀ ਡਾਈਟ ਕਰਕੇ ਠੀਕ ਸਟੀਰੋਇਡ ਤਾਂ ਲੈ ਲਿਆ ਉਹਨਾਂ ਨੇ ਹਾਂ ਲਾ ਲਿਆ ਡਾਈਟ ਕੀ ਖਾਦੀ ਉਹਨਾਂ ਨੇ ਫੈਟ ਫੈਟ ਕਿਉਂ ਖਾ ਲਿਆ ਮੱਖਣ ਖਾ ਲਿਆ ਹਨਾ ਜੀ ਡਰਾਈ ਫਰੂਟ ਖਾ ਲੇ ਭਸਮਾ ਖਾ ਲੀਆਂ ਜਿੱਥੇ ਅਸੀਂ ਸਕੂਪ ਇੱਕ ਪੀਣਾ ਉਸ ਤਿੰਨ ਪੀ ਲਏ ਲਾ ਇਹਨੂੰ ਤਾਂ ਮੈਂ ਐਨਾ ਕਰਨਾ ਤਿੰਨ ਪੀ ਕੇ ਅੱਛਾ ਇਹ ਇੰਨਾ ਨਹੀਂ ਹੋਣਾ ਇਹ ਆਰਾਮ ਨਹੀਂ ਹੋਣਾ ਹਾਂ ਸਰੀਰ ਇੱਦਾਂ ਇੱਦਾਂ ਨਹੀਂ ਹੋ ਜਾਣਾ ਇਹਨੇ ਆਰਾਮ ਨਹੀਂ ਹੋਣਾ ਉਹ ਜ਼ਿਆਦਾ ਸਰੀਰ ਬਣਾਉਣ ਵਾਸਤੇ ਨਾ ਜ਼ਿਆਦਾ ਡਾਈਟ ਖਾਣੀ ਸ਼ੁਰੂ ਕਰ ਦਿੰਦੇ ਬਿਲਕੁਲ ਸਟੀਰੋਇਡ ਤਾਂ ਚੱਲ ਹੀ ਰਿਹਾ ਉਹ ਫਿਰ ਖਰਾਕ ਖਾਂਦੇ ਪਚਦੀ ਨਹੀਂ ਕਿਉਂ ਨਹੀਂ ਪਚਦੀ ਉਹ ਬਲੱਡ ਪਾਰਾ ਕਰ ਦਿੰਦੀ ਕੀ ਬਲੱਡ ਥਿੱਕ ਕਰ ਦਿੰਦੀ ਹੈ ਜੀ ਗਾੜਾ ਕਰ ਦਿੰਦੀ ਬਲੱਡ ਵੱਧ ਜਾਂਦਾ ਜੀ ਉਹ ਫਿਰ ਉਹਨੂੰ ਰਸਤਾ ਨਹੀਂ ਮਿਲਦਾ ਨਿਕਲ ਨਾ ਨਾ ਦਾ ਕੈਸਟਰੋਇਲ ਵੱਧ ਜਾਂਦਾ ਦਿਲ ਧੜਕੂਗਾ ਨਹੀਂਗਾ ਜੀ ਅੰਦਰ ਹੁਣ ਸਮਾਨ ਵੀ ਜਾ ਰਿਹਾ ਸਪਲੀਮੈਂਟ ਵੀ ਜਾ ਰਿਹਾ ਡਾਈਟ ਵੀ ਓਵਰ ਜਾ ਰਹੀ ਹੈ ਸਾਹ ਵੀ ਚੜ ਰਹੇ ਐਕਸੇ ਲਾ ਰਹੇ ਮੌਕੇ ਤੇ ਸੈਲੈਂਟ ਐਟੈਕ ਵੀ ਹੋ ਜਾਂਦਾ ਇਹ ਰੀਜ਼ਨ ਆ ਭਾਜੀ ਇਹ ਕਾਰਨ ਬਣਦਾ ਇਹ ਕਾਰਨ ਬਣਦਾ ਸਟੀਰੋਇਡ ਕਾਰਨ ਨਹੀਂ ਹੈਗਾ ਜੀ 70% ਡਾਈਟ ਕਾਰਨ ਹੈ ਮੋਤਾਂ ਦੀ ਇਹ ਨਹੀਂ ਕਹਿ ਸਕਦੇ ਬੋਡੀ ਬਿਲਡਰ ਨੂੰ ਸਟੇਟਡ ਲੈ ਕੇ ਮਰਿਆ ਉਹ ਇਦਾਂ ਮਰਤੇ ਹੈ ਅੱਛਾ ਵੀਰੇ ਹੁਣ ਤੱਕ ਲਾਈਫ ਦੇ ਵਿੱਚ ਫਿਰ ਕਿਹਨੇ ਸਭ ਤੋਂ ਵੱਧ ਸਾਥ ਦਿੱਤਾ ਤੁਹਾਡਾ ਇਹ ਬੋਡੀ ਬਿਲਡਰ ਲਾਈਨ ਦੇ ਵਿੱਚ ਹੁਣ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਸਾਥ ਤਾਂ ਮੇਰੀ ਮੰਮੀ ਤੇ ਮੇਰੇ ਡੈਡੀ ਨੇ ਦਿੱਤਾ ਤੇ ਇੱਕ ਮੇਰਾ ਪਰਮਾਤਮਾ ਬੈਠਾ ਜੇ ਮੇਰਾ ਮੇਰਾ ਮਨ ਸਾਥ ਹੈ ਉਹਦਾ ਹੱਥ ਮੇਰੇ ਉੱਪਰ ਜੀ ਮੰਮੀ ਡੈਡੀ ਪਹਿਲੇ ਹੈ ਮੇਰੇ ਕਿਉਂਕਿ ਘਰ ਦੇ ਵਿੱਚ ਭਗਵਾਨ ਬੈਠਾ ਅਸੀਂ ਮੰਦਿਰ ਗੁਰਦੁਆਰੇ ਜਾ ਰਹੇ ਮੇਰੇ ਮਾਪਿਓ ਦੇ ਤਾਂ ਪਿਆਰੀ ਹੱਥ ਲਾ ਲਓ ਕਿਉਂਕਿ ਮਾਪਿਓ ਹੀ ਰੱਬ ਹੈ ਉਹਨਾਂ ਨੇ ਸਾਥ ਦਿੱਤਾ ਡੈਡੀ ਮੇਰੇ ਖਰਾਕ ਲੈ ਕੇ ਆਂਦੇ ਤੇ ਮੰਮੀ ਮੇਰੀ ਬਣਾਉਂਦੀ ਆ ਤੇ ਮੈਂ ਖਾਣਾ ਵਾਂ ਤੇ ਮੇਰੇ ਲਈ ਰੱਬ ਕੌਣ ਹੋਇਆ ਜਿਹੜਾ ਮੈਨੂੰ ਖਵਾ ਰਿਹਾ ਵਾ ਬਿਲਕੁਲ ਮੈਨੂੰ 10 ਸਾਲ 12 ਸਾਲ ਹੋ ਗਏ ਮੈਂ ਕੰਮ ਕਰ ਰਿਹਾ ਘਰ ਖੁਦ ਚਲਾ ਰਿਹਾ ਉਹ ਕਿੰਨੀਆਂ ਕਿੰਨੇ ਹੀ ਬੰਦੇ ਮੈਂ ਚਲਾ ਰਿਹਾ ਬਹੁਤ ਕੁਝ ਚੱਲ ਰਿਹਾ ਹੈ ਬੜਾ ਖਰਚਾ ਹੁੰਦਾ ਉਹ ਕੁਝ ਹੁੰਦਾ ਆਪਣੀ ਬੋਡੀ ਦੇ ਵੀ ਘੱਟੋ ਘੱਟ 1.5 ਲੱਖ ਰੁਪਏ ਮਹੀਨਾ ਮੇਰਾ ਲੱਗਦਾ ਸਪਲੀਮੈਂਟ ਡਾਈਟ ਹੋ ਗਈ ਘਰ ਦਾ ਖਰਚਾ ਹੋ ਗਿਆ ਛੋਟੀਆਂ ਛੋਟੀਆਂ ਚੀਜ਼ਾਂ ਹੋ ਗਈਆਂ ਸਿਲੰਡਰ ਖਤਮ ਹੋ ਗਿਆ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਸਿਲੰਡਰ ਕਿੱਥੋਂ ਬੁ ਸਿਲੰਡਰ ਬੋਕ ਹੋ ਗਿਆ ਜੀ ਪੈਸੇ ਦੇ ਦਿੱਤੇ ਆਟਾ ਮੋਕ ਗਿਆ ਜੀ ਪੈਸੇ ਦੇ ਦਿੱਤੇ ਹਨਾ ਜੀ ਬਿਜਲੀ ਦਾ ਬਿੱਲ ਆ ਗਿਆ ਜੀ ਕਿੰਨਿਆ ਕਿੰਨਾ ਕੁਛ ਹੈ ਭਾਜੀ ਬਿਲਕੁਲ ਉਹ ਕੁਛ ਹੁੰਦਾ ਪਤਾ ਨਹੀਂ ਬੱਚਿਆਂ ਨੂੰ ਉਹ ਮਾਪਿਓ ਤੇ ਡਿਪੈਂਡ ਹੈ ਬਿਲਕੁਲ ਅਸੀਂ ਮਾਪਿਓ ਤੇ ਡਿਪੈਂਡ ਨਹੀਂ ਹੈਗੇ ਅਸੀਂ ਮਾਪਿਓ ਦੀ ਸੇਵਾ ਕਰਦੇ ਆ ਕਿਉਂਕਿ ਉਹਨਾਂ ਨੇ ਸਾਨੂੰ ਬਚਪਨ ਦੇ ਵਿੱਚ ਬੋ ਕੁਛ ਸਿਖਾਇਆ ਤੇ ਬੋ ਕੁਛ ਖਵਾ ਪਿਆ ਕੇ ਵੱਡਾ ਹੋ ਰਿਆ ਕੀਤਾ ਅੱਜ ਸਾਡੀ ਇਹ ਆ ਸੀ ਉਹਨਾਂ ਦੀ ਸੇਵਾ ਕਰੀਏ ਤੇ ਪਹਿਲਾ ਪਗਵਾਨ ਕੌਣ ਹੈ ਆਪਣਾ ਮਾਪਿਓ ਤੇ ਅਸੀਂ ਕਿੰਨੂੰ ਮੰਨਦੇ ਆ ਮਾਪਿਓ ਨੂੰ ਜੀ ਬਾਤ ਚੋ ਦੂਤਰੀ ਆਂਦੀ ਆ ਜੀ ਜੇ ਤੁਹਾਡੀ ਵਾਈਫ ਵੀ ਹੈ ਨਾ ਵਾਈਫ ਨੂੰ ਵੀ ਬੰਦਾ ਰੱਬ ਮੰਨਦਾ ਜੋ ਪੂਰੀ ਸਪੋਰਟਵਲ ਹੈ ਹਾਂਜੀ ਉਹ ਵੀ ਤੁਹਾਡੀ ਸਪੋਰਟ ਪੂਰੀ ਸਪੋਰਟ ਕਰ ਰਹੀ ਹੈ ਨਾ ਤੁਹਾਡੀ ਜੌਬ ਦੇ ਵਿੱਚ ਜਾਂ ਤੁਹਾਡੇ ਬਿਜ਼ਨਸ ਦੇ ਵਿੱਚ ਕੋਈ ਵੀ ਇੰਡਸਟਰੀ ਦੇ ਵਿੱਚ ਤੇ ਉਹ ਵੀ ਇੱਕ ਭਗਵਾਨ ਹੈ ਜੀ ਲੇਡੀਸ ਇੱਕ ਰੱਬ ਦਾ ਰੂਪ ਹੈ ਸਭ ਨਾਲ ਪਹਿਲੇ ਕਿਉਂਕਿ ਉਹ ਬਹੁਤ ਦਰਦ ਲੈਂਦੀ ਹੈ ਜਦੋਂ ਜਨਮ ਦਿੰਦੀ ਹੈ ਤੇ ਹਮੇਸ਼ਾ ਲੈਂਦੀ ਰਹਿੰਦੀ ਹੈ ਬਿਲਕੁਲ ਪਹਿਲੇ ਉਹਨੇ ਕੀ ਬੰਨਣਾ ਬੇਟੀ ਬੇਟੀ ਫਿਰ ਉਸ ਤੋਂ ਬਾਅਦ ਉਹਨੇ ਕੀ ਬੰਨਣਾ ਬਹੂ ਬਹੂ ਫਿਰ ਉਸ ਤੋਂ ਬਾਅਦ ਉਹਨੇ ਕਿ ਬੰਨਾ ਸੱਸ ਨਹੀਂ ਆ ਮਾਂ ਮਾਂ ਬੰਨਾ ਨੇ ਨਾ ਪਹਿਲੇ ਬੇਟੀ ਬਣੂਗੀ ਉਸ ਤੋਂ ਬਾਅਦ ਉਹਨੇ ਮਾਂ ਬੰਨਾ ਫਿਰ ਦਾਦੀ ਬੰਨਾ ਕਿੰਨੇ ਉਹਨੂੰ ਰੂਪ ਅਟੈਂਟ ਕਰਨੇ ਪੈਂਦੇ ਆ ਨਾ ਜੀ ਮੇਰੀ ਮੰਮੀ ਮੇਰੇ ਲਈ ਲੱਭ ਹੈ ਤੇ ਮੇਰੇ ਡੈਡੀ ਮੇਰੇ ਲਈ ਭਗਵਾਨ ਹੈ ਜੀ ਮੈਂ ਉਹਨਾਂ ਨੂੰ ਮੰਨਦਾ ਜੀ ਮੈਨੂੰ ਉਹਨਾਂ ਨੇ ਅੱਜ ਤੱਕ ਮੇਰੇ ਸਿਰ ਤੇ ਹੱਥ ਰੱਖਿਆ ਉਹਨਾਂ ਨੇ ਹੀ ਮੈਨੂੰ ਵੱਡਾ ਕੀਤਾ ਉਹਨਾਂ ਨੇ ਮੈਨੂੰ ਤਕੜਾ ਕੀਤਾ ਜੀ ਬਾਕੀ ਰਹੀ ਗੱਲ ਮੇਰੇ ਕੋਚ ਦੀ ਮੈਂ ਉਹਨਾਂ ਦੀ ਰਿਸਪੈਕਟ ਵੀ ਕਰਦਾ ਕੁਲਦੀਪ ਸਿੰਘ ਜਾਦਵ ਮੇਰੇ ਕੋਚ ਹੈ ਉਹਨਾਂ ਨੇ ਵੀ ਮੈਨੂੰ ਬਹੁਤ ਕੁਝ ਸਿਖਾਇਆ ਤੇ ਮੈਂ ਸਿੱਖ ਰਿਹਾ ਔਰ ਜਿਨ੍ਹਾਂ ਨੇ ਮੇਰੇ ਹੋਰ ਵੀ ਪਹਿਲੇ ਰਏ ਆ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੇ ਤੁਸੀਂ ਮੈਨੂੰ ਕੁਝ ਸਿਖਾਇਆ ਤੇ ਮੈਂ ਵੀ ਤੁਹਾਨੂੰ ਬੜਾ ਕੁਝ ਸਿਖਾ ਕੇ ਹੀ ਤੁਹਾਡੇ ਕੋਲ ਖੜਾ ਛੁਡਾਇਆ ਜੀ ਸੋ ਚਲੋ ਗੱਲਾਂ ਬਾਤਾਂ ਬਹੁਤ ਹੋ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਹੁਣ ਅੱਛਾ ਤੁਸੀਂ ਅ ਮਿਸਟਰ ਪੰਜਾਬ ਕਈ ਵਾਰੀ ਬਣ ਗਏ ਹੋ ਹਾਂਜੀ ਮਿਸਟਰ ਇੰਡੀਆ ਮਿਸਟਰ 올ੰਪੀਆ ਇਸ ਤੋਂ ਉੱਤੇ ਵੀ ਕੋਈ ਹੁੰਦਾ ਭਾਜੀ ਜਿਹੜਾ ਮਿਸਟਰ ਪੰਜਾਬ ਹੈ ਉਹ ਤਾਂ ਹੁੰਦਾ ਸਟੇਟ ਚੈਂਪੀਅਨ ਪੰਜਾਬੀ ਐਮਚੋਰ ਬਾਡੀ ਬਿਲਡਿੰਗ ਇੱਕੋ ਹੀ ਫੈਡਰੇਸ਼ਨ ਹੈ ਜਿੱਚ ਬਹੁਤ ਤਕੜੇ ਲੈਵਲ ਦਾ ਕੰਪੀਟੀਸ਼ਨ ਹੁੰਦਾ ਆ ਆਪਾਂ ਉਹਨੂੰ ਸਟੇਟ ਚੈਂਪੀਅਨ ਗਿੰਦੇ ਆ ਹੂੰ ਪੰਜਾਬੀ ਐਮਚੋਰ ਬਾਡੀ ਬਿਲਡਿੰਗ ਜੀ ਇਹੀ ਇੱਕ ਫੈਡਰੇਸ਼ਨ ਹੈ ਜਿੱਚ ਬੰਦਾ ਜਦੋਂ ਮਿਸਟਰ ਪੰਜਾਬ ਬਣਦਾ ਤੇ ਉਹਨੂੰ ਹੀ ਸਟੇਟ ਚੈਂਪੀਅਨ ਗਿੰਦੇ ਆ ਇੱਦਾਂ ਦੀਆਂ 25 ਫੈਡਰੇਸ਼ਨ ਆ ਵਾ ਚਾਹੇ ਤੁਸੀਂ ਮਿਸਟਰ ਪੰਜਾਬ ਬਣ ਜੋ ਆਪਾਂ ਨਹੀਂ ਗਿੰਦੇ ਜੀ ਫਿਰ ਆਪਾਂ ਆਗੇ ਮਿਸਟਰ ਇੰਡੀਆ ਦੇ ਆਈਬੀਬੀਐਫ ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਸਭ ਤੋਂ ਟਫ ਬਾਡੀ ਬਿਲਡਿੰਗ ਹੈ ਫੈਡਰੇਸ਼ਨ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਸਰਵਿਸ ਖੇਲਦੀ ਹੈ ਕਟੋ-ਕਟ ਵੀ 10 ਤੋਂ इंडियन पुलिस आर्मी हम्म इनकप टैक्स 10 सर्विस खेल दिए जी सर्विस ਦੇ ਲੋਕ ਖੇਲਦੇ ਹੋਰੇ ਵੇਜੇ ਤਾਂ ਕਿ ਸਾਨੂੰ ਜਦੋਂ ਮੈਡਲ ਬਾਬੇ ਸਾਡੀ ਪ੍ਰੋਮੋਸ਼ਨ ਹੋਵੇ ਮੈਂ ਇਹ ਫੈਡਰੇਸ਼ਨ ਨੂੰ ਮੰਨਦਾ ਇਹ ਫੈਡਰੇਸ਼ਨ ਦੇ ਵਿੱਚੋਂ ਜੇ ਕੋਈ ਮਿਸਟਰ ਇੰਡੀਆ ਬਣਿਆ ਤੇ ਉਹ ਫਿਰ ਉਹ ਮਿਸਟਰ ਇੰਡੀਆ باقی ਸਾਰੀਆਂ ਫੁੱਦੂ ਆ ਜੀ ਠੀਕ ਹੈ ਜੀ ਹੁਣ ਆ ਗਏ ਆਪਾਂ ਮਿਸਟਰ 올ੰਪੀਆ 올ੰਪੀਆ ਆ 올ੰਪੀਆ ਭਾਈ ਦੋ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਹੁੰਦਾ IHF ਹੂੰ ਉਹ ਹੁੰਦਾ ਐਮਚੋਰ 올ੰਪੀਆ ਜੀ ਜਿਹੜਾ ਹੁੰਦਾ ਬੰਬੇ ਇਹ ਹੁੰਦਾ ਦਿੱਲੀ ਜਦੋਂ ਬੰਦਾ ਉਹ ਚ ਪ੍ਰੋ ਕਾਰਡ ਲੈ ਕੇ ਪ੍ਰੋ ਸ਼ੋ ਖੇល ਕੇ ਪ੍ਰੋ ਸ਼ੋ ਨੂੰ ਜਿੱਤ ਕੇ ਫਿਰ ਉਹ 올ੰਪੀਆ ਖੇਡਿਆ ਜਾਂਦਾ ਯੂ ਐਸ ਏ ਜਿਹੜਾ ਮੇਨ 올ੰਪੀਆ ਯੂ ਐਸ ਏ ਹੁੰਦਾ ਬਾਕੀ ਇੱਕ ਐਮਚੋਰ 올ੰਪੀਆ ਹੁੰਦਾ ਜੀ ਉਹ ਇੰਡੀਆ ਚ ਹੁੰਦਾ ਜੀ ਪੂਰੇ ਵਰਲਡ ਚ ਹੁੰਦਾ ਬੜੀਆ ਕੰਟਰੀ ਚ ਹੁੰਦਾ ਐਮਚੋਰ 올ੰਪੀਆ ਚਰੋਰੇ ਵਿੱਚ ਮੈਡਲ ਮਿਲਦਾ ਪ੍ਰੋ ਕਾਰਡ ਮਿਲਦਾ ਉਹ ਪ੍ਰੋ ਬੋਡੀ ਬਿਲਡਰ ਹੋ ਗਿਆ ਫਿਰ ਉਸ ਤੋਂ ਬਾਅਦ ਉਹ ਪ੍ਰੋ ਸ਼ੋ ਖੇਡਦਾ ਜਦੋਂ ਪ੍ਰੋ ਸ਼ੋ ਖੇਡਦਾ ਪ੍ਰੋ ਸ਼ੋ ਖੇលਨ ਤੋਂ ਬਾਅਦ ਜਦੋਂ ਉਹਨੂੰ ਓਵਰ ਆਲ ਬਣਦਾ ਫਿਰ ਉਹ 212 ਖੇਡਦਾ 212 ਐਲ ਬੀ ਐਸ ਜੀ ਉਹ ਹੁੰਦਾ ਅਮਰੀਕਾ 'ਚ ਜਦੋਂ ਉਹ 212 lbs ਖੇលੂਗਾ ਉਥੇ ਦੇ ਵਿੱਚ ਓਵਰਆਲ ਖੇលੂਗਾ ਫਿਰ ਐਂਟਰੀ ਹੋਊਗੀ ਉਹਦੀ 올ੰਪੀਆ ਦੇ ਵਿੱਚ ਜਿਹਦੇ ਵਿੱਚ ਆਪਣੇ ਬਹੁਤ ਵੱਡੇ ਵੱਡੇ ਬੋਡੀ ਬਿਲਡਰ ਰਹੇ ਆ ਰੋਨੀ ਕੋਲਮੈਨ ਜੇ ਕਟਰਲ ਫਿਲ ਹਿੱਸ ਕਾਈ ਗ੍ਰੀਨ ਜੀ ਫਿਰ ਸੁਪਨਾ ਤੁਹਾਡਾ ਗੱਲਾਂ ਉਹੀ ਹੈ ਮੇਰਾ ਤਾਂ ਭਾਜੀ ਸ਼ਾਇਦ ਮੈਂ ਤਾਂ ਚਾਹਨਾ ਵਾ ਕਿ ਮੈਂ 212 ਖੇਲਾਂ ਜੀ 212 ਦਾ ਜਿਹੜਾ ਟਾਰਗੇਟ ਆ ਨਾ ਭਾਜੀ ਉਹ ਬਹੁਤ ਲੰਬਾ ਜੀ ਮੈਂ ਚਾਹਨਾ ਵਾ ਕਿ ਮੈਂ 212 ਖੇਲਾਂ ਬਿਲਕੁਲ 212 ਖੇਲਣ ਨਾਲ ਆਪਾਂ ਪੂਰੇ ਨਹੀਂ ਪੂਰੇ ਵਰਲਡ ਦੇ ਵਿੱਚ ਪਤਾ ਲੱਗੂਗਾ ਕਿ ਆਂਦੇ ਅੱਜ ਖੜੇ ਆ ਉਹਦੇ ਲਈ ਆਪਾਂ ਨੂੰ ਮਸਲਮਾਸ ਚਾਹੀਦਾ ਟਾਈਮ ਚਾਹੀਦਾ ਘੱਟੋ ਘੱਟ ਵੀ ਤੁਹਾਨੂੰ 2 4 ਸਾਥ ਚਾਹੀਦੇ ਆ ਤੇ ਤੁਸੀਂ ਇਹ 70 ਕਿਲੋ ਦੇ ਤੁਹਾਨੂੰ 90 ਕਿਲੋ ਦਾ ਹੋਣਾ ਬੈਣਾ 212 ਲਈ ਬਿਲਕੁਲ ਸੋ ਵੀਰੇ ਗੱਲਾਂ ਬਾਤਾਂ ਤਾਂ ਆਪਾਂ ਬਹੁਤ ਕਰੀਏ ਪਰ ਅਸੀਂ ਤੁਹਾਡੇ ਤੇ ਨਾ ਅਸੀਂ ਵੀ ਦਬਾਅ ਕਰਦੇ ਆ ਸਾਡੇ ਦਰਸ਼ਕਾਂ ਨਾ ਵੀ ਤੁਸੀਂ ਆਪਣਾ ਜਿਹੜਾ ਤੁਹਾਡਾ ਅਗਲਾ ਸੁਪਨਾ ਉਹ ਪੂਰਾ ਕਰੋ ਤੇ ਫਿਰ ਆਪਾਂ ਦੁਬਾਰਾ ਪੋਡਕਾਸਟ ਬਿਲਕੁਲ ਬਿਲਕੁਲ ਭਾਈ ਜੀ ਰਾਤ ਦੇ 10 11 ਵਜੇ ਤੱਕ ਗੱਲਾਂ ਬਾਤਾਂ ਬਹੁਤ ਲੰਬੀਆਂ ਹੋ ਗਈ ਮਿਲਦੇ ਆਂ ਫਿਰ ਅਗਲੀ ਵਾਰ ਠੀਕ ਆ ਧੰਨਵਾਦ ਤੁਹਾਡਾ ਟਾਈਮ ਤੁਹਾਡਾ ਵੀ ਭਾਜੀ ਲਵ ਪੰਜਾਬ ਵੱਲੋਂ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਪੋਡਕਾਸਟ ਕੀਤਾ ਵਾ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਤੁਸੀਂ ਮਤਲਬ ਕੁਝ ਨਾ ਕੁਝ ਨਵਾਂ ਲੈ ਕੇ ਆਓ ਜਿਹਦੇ ਕਰਕੇ ਅੱਜ ਦੀ ਯੂਥ ਨੂੰ ਅਨਪੜ ਨੂੰ ਜਿਹੜੇ ਨਹੀਂ ਮਤਲਬ ਜਾਣਦੇ ਇਹ ਚੀਜ਼ਾਂ ਉਹਨਾਂ ਨੂੰ ਪਤਾ ਲੱਗੀ ਸਾਰੇ ਮੇਰੇ ਭਰਾ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਜੇ ਕਿਸੇ ਨੂੰ ਮੇਰੀ ਗੱਲ ਕੋਈ ਚੁੱਭੀ ਐ ਮਾੜੀ ਲੱਗੀ ਐ ਜਾਂ ਵਧੀਆ ਲੱਗੀ ਐ ਤੇ ਬਸ ਹੱਸਦੇ ਰਹੋ ਖੇਡਦੇ ਰਹੋ ਸਭ ਨੂੰ ਮੇਰੇ ਵੱਲੋਂ ਰਾਮ ਰਾਮ ਬਿਲਕੁਲ ਦੋਸਤੋ ਇਸ ਹਨਾ ਪ੍ਰਦੀਪ ਬਰਮਾ ਬਈ ਜਨਾ ਮੁਲਾਕਾਤ ਕਰਵਾਈ ਕਿੰਨੇ ਹੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸਿਹਤ ਪੱਖੋਂ ਤੇ ਉਮੀਦਾਂ ਗੱਲਾਂਬਾਤਾਂ ਵਧੀਆ ਲੱਗੀਆਂ ਹੋਣਗੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਅਗਲੇ ਪੋਡਕਾਸਟ ਦੇ ਵਿੱਚ ਧੰਨਵਾਦ